ਦੇਸ਼ ਦੇਸ਼ ਵਿੱਚ ਬੈਠ ਕੇ ਡੀਡੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਹੀ ਨਿੱਘਾ ਸਵਾਗਤ ਹੈ ਪਿਆਰੇ ਦਰਸ਼ਕੋ ਪ੍ਰੋਗਰਾਮ ਸੰਵਾਦ ਇੱਕ ਅਜਿਹਾ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਤੁਹਾਡਾ ਨਾਲ ਗੱਲਬਾਤ ਕਰਦੇ ਆਂ ਕੁਝ ਮਹਿਮਾਨ ਬੁਲਾਉਂਦੇ ਆਂ ਔਰ ਹਰ ਵਾਰ ਕੋਈ ਨਾ ਕੋਈ ਖਾਸ ਵਿਸ਼ਾ ਲੈ ਕੇ ਤੁਹਾਡਾ ਨਾਲ ਗੱਲਬਾਤ ਕਰਦੇ ਆਂ ਅੱਜ ਅਸੀਂ ਕਿਉਂਕਿ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ ਤਿਉਹਾਰ ਸਾਡੇ ਜੀਵਨ ਦੇ ਵਿੱਚ ਬਹੁਤ ਰੰਗინੀਆਂ ਭਰਦੇ ਆ ਬੜੀ ਖੁਸ਼ੀ ਹੁੰਦੀ ਆ ਤਿਉਹਾਰ ਮਨਾ ਕੇ ਔਰ ਇਹ ਸਾਡੇ ਜੀਵਨ ਦੇ ਵਿੱਚ ਹੁਲਾਰਾ ਵੀ ਦਿੰਦੇ ਆ ਪਰ ਅਫਸੋਸ ਇਸ ਗੱਲ ਦਾ ਹੈ ਕਿ ਇਹ ਖੁਸ਼ੀਆਂ ਲੈਂਦੇ ਲੈਂਦੇ ਅਸੀਂ ਕਿਸੇ ਹੋਰ ਪਾਸੇ ਨੂੰ ਤੁਰ ਪਏ ਔਰ ਅਸਾਨੂੰ ਇਹਨਾਂ ਤਿਉਹਾਰਾਂ ਨੂੰ ਮਨਾਉਣ ਦੇ ਉੱਤੇ ਬੰਧਨ ਲਗਾਉਣੇ ਪੈ ਰਹੇ ਆ ਆਪਣੇ ਆਪ ਦੇ ਉੱਤੇ ਸੰਜਮ ਲਗਾਉਣਾ ਪੈ ਰਿਹਾ ਹੈ ਕੰਟਰੋਲ ਕਰਨਾ ਪੈ ਰਿਹਾ ਹੈ ਅਜਿਹਾ ਕਿਉਂ ਵਾਪਰਿਆ ਕਿਤੇ ਅਸੀਂ ਕਹਿ ਰਹੇ ਹਾਂ ਪ੍ਰਦੂਸ਼ਣ ਵੱਧ ਰਿਹਾ ਹੈ ਕਿਤੇ ਕੋਈ ਹੋਰ ਸਮੱਸਿਆ ਬਿਮਾਰੀਆਂ ਵੱਧ ਰਹੀਆਂ ਹਨ ਸਾਨੂੰ ਖੁਸ਼ੀਆਂ ਦੇ ਤਿਉਹਾਰਾਂ ਉੱਤੇ ਬੰਧਨ ਕਿਉਂ ਲਾਉਣੇ ਪੈ ਗਏ ਔਰ ਜਿਹੜੀ ਸਾਡੀ ਇਨਸਾਨੀਅਤ ਹੈ ਉਹ ਅੱਜ ਖਤਰੇ ਦੇ ਵਿੱਚ ਪਹੁੰਚ ਗਈ ਇਹਨਾਂ ਤਿਉਹਾਰਾਂ ਨੂੰ ਮਨਾਉਂਦਿਆਂ ਮਨਾਉਂਦਿਆਂ ਔਰ ਅਸਾਨੂੰ ਸੋਚਣ ਤੇ ਇਹਨਾਂ ਵਿਸ਼ਿਆਂ ਨੂੰ ਲੈ ਕੇ ਸਾਨੂੰ ਤੁਹਾਡੇ ਤੱਕ ਆਉਣਾ ਪੈ ਰਿਹਾ ਵਾਰ-ਵਾਰ ਸੋ ਅੱਜ ਜਿਹੜਾ ਸਾਡਾ ਵਿਸ਼ਾ ਰਹੇਗਾ ਪ੍ਰਦੂਸ਼ਣ ਨਾਲ ਸੰਬੰਧਿਤ ਹੈ ਔਰ ਸ਼ੁੱਧ ਸੁਰੱਖਿਆਤ ਅਤੇ ਹਰੀ ਦੀਵਾਲੀ ਕਿਵੇਂ ਮਨਾਈਏ ਤੁਸੀਂ ਸਮਝ ਰਹੇ ਹੋ ਕਿ ਫੋਨ ਨੰਬਰ ਵੀ ਸਕਰੀਨ ਤੇ ਦੇਖ ਰਹੇ ਹੋ ਤੁਸੀਂ 0181 281 48 0181 281 4264 ਤੋਂ ਅਸੀਂ ਗੱਲ ਕਰਾਂਗੇ ਅੱਜ ਸ਼ੁੱਧ ਸੁਰੱਖਿਆਤ ਅਤੇ ਹਰੀ ਦੀਵਾਲੀ ਦੀ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਹੈ ਕੁਝ ਤਿਉਹਾਰ ਲੰਘ ਗਏ ਨੇ ਕੁਝ ਤਿਉਹਾਰ ਆਉਣ ਵਾਲੇ ਔਰ ਤਿਉਹਾਰਾਂ ਦਾ ਜਿਹੜਾ ਸਭ ਤੋਂ ਵੱਡਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਜਾਣ ਵਾਲਾ ਦਿਵਾਲੀ ਹੈ ਔਰ ਅੱਜ ਅਸੀਂ ਐਸੇ ਵਿੱਚ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਤੁਹਾਨੂੰ ਵੀ ਜਿਆ ਅਖਾਂਗਾ ਤੁਸੀਂ ਇੱਕ ਗੱਲ ਦਾ ਧਿਆਨ ਰੱਖਿਓ ਕਿ ਜਦੋਂ ਹੀ ਸਾਨੂੰ ਫੋਨ ਲਗਾਉਣਾ ਹੈ ਆਪਣੀ ਆਵਾਜ਼ ਟੀਵੀ ਸੈੱਟ ਤੇ ਨਹੀਂ ਸੁਣਨੀ ਸਾਡੇ ਨਾਲ ਸਿੱਧੀ ਗੱਲ ਕਰਨੀ ਹੈ ਉਹਦੇ ਨਾਲ ਸਮਾਂ ਵੀ ਬਚੇਗਾ ਔਰ ਅਸੀਂ ਤੁਹਾਡੀ ਗੱਲ ਜਿਹੜੀ ਹੈ ਚੰਗੀ ਤਰ੍ਹਾਂ ਲੈ ਸਕਾਂਗੇ ਉਮੀਦ ਹੈ ਤੁਸੀਂ ਇਸ ਗੱਲ ਦਾ ਧਿਆਨ ਰੱਖੋਗੇ ਜਿਹੜੇ ਅੱਜ ਮਹਿਮਾਨ ਬੁਲਾਏ ਨੇ ਇਸ ਪ੍ਰੋਗਰਾਮ ਦੇ ਵਿੱਚ ਗੱਲਬ ਪਰਵੀਨ ਅਬਰੋਲ ਜੀ ਉੱਗੇ ਸਮਾਜ ਸੇਵਕ ਨੇ ਲੇਖਕ ਨੇ ਤੁਸੀਂ ਇਹਨਾਂ ਦੀਆਂ ਰਚਨਾਵਾਂ ਨੂੰ ਅਜੀਤ ਵਰਗੇ ਜਿਹੜੇ ਨਾਮ ਵਰ ਜਿਹੜੇ ਪੇਪਰ ਹੈ ਸਾਡੇ ਉਹਨਾਂ ਦੇ ਵਿੱਚ ਪੜ੍ਹਦੇ ਹੋਂ ਨਾਰੀ ਮੰਚ ਦੇ ਉੱਤੇ ਲਿਖਦੇ ਨੇ ਸਾਂਝ ਕੇਂਦਰ ਦੇ ਵਿੱਚ ਔਰ ਲੋਕ ਅਦਾਲਤ ਦੇ ਮੈਂਬਰ ਨੇ ਸੁਭਾਵਕ ਹੈ ਕਿ ਸਮਾਜਿਕ ਵਿਸ਼ਿਆਂ ਨਾਲ ਜੁੜੇ ਹੋਏ ਆ ਬਹੁਤ ਸਰੋਕਾਰ ਹੈ ਉਹਨਾਂ ਦੇ ਸਮਾਜਿਕ ਵਿਸ਼ਿਆਂ ਦੇ ਨਾਲ ਤੇ ਇਸ ਵਿਸ਼ੇ ਦੇ ਉੱਤੇ ਵੀ ਸਾਡੇ ਨਾਲ ਭਰਪੂਰ ਸਾਂਝ ਪਾਉਣਗੇ ਆਪਣੇ ਵਿਚਾਰਾਂ ਦੀ ਔਰ ਸਾਨੂੰ ਗਾਈਡ ਕਰਨਗੇ ਮੈਡਮ ਸਵਾਗਤ ਹੈ ਜੀ ਪ੍ਰੋਗਰਾਮ ਚ ਧੰਨਵਾਦ ਜੀ ਜਿਹੜੇ ਸਾਡੇ ਦੂਸਰੇ ਮਹਿਮਾਨ ਨੇ ਡਾਕਟਰ ਰਮਨਿਤਾ ਸ਼ਰਦਾ ਜੀ ਇਹ ਡੀਨ ਇਨੋਵੇਸ਼ਨ ਨੇ ਐਚਐਮਵੀ ਕਾਲਜ ਜਲੰਧਰ ਦੇ ਔਰ ਇਹਨਾਂ ਨੇ ਵੀ ਜਿਹੜਾ ਜਿਵੇਂ ਨਾਮ ਤੋਂ ਹੀ ਸਪਸ਼ਟ ਹੈ ਇਨੋਵੇਸ਼ਨ ਔਰ ਨਵੇਂ-ਨਵੇਂ ਜਿਹੜੇ ਕੰਮ ਕੀਤੇ ਜਾਂਦੇ ਆ ਉਹਨਾਂ ਦੇ ਨਾਲ ਇਹਨਾਂ ਦਾ ਸੰਬੰਧ ਹੈ ਗ੍ਰੀਨ ਦੀਵਾਲੀ ਦੇ ਉੱਤੇ ਡੀਸੀ ਸਾਹਿਬ ਦੇ ਨਾਲ ਰਲ ਕੇ ਔਰ ਜ਼ਿਲ੍ਹੇ ਦੀਆਂ ਹੋਰ ਕਮੇਟੀਆਂ ਨਾਲ ਰਲ ਕੇ ਬਹੁਤ ਸਾਰਾ ਕੰਮ ਕਰ ਚੁੱਕੇ ਆ ਕਿਵੇਂ ਦੀਵਾਲੀ ਨੂੰ ਗ੍ਰੀਨ ਦੀਵਾਲੀ ਵਾਲੇ ਪਾਸੇ ਮੋੜਨਾ ਮੈਡਮ ਸਾਨੂੰ ਬਖੂਬੀ ਦੱਸਣਗੇ ਉਮੀਦ ਹੈ ਮੈਡਮ ਸਵਾਗਤ ਹੈ ਜੀ ਤੁਹਾਡਾ ਵੀ ਪ੍ਰੋਗਰਾਮ 'ਚ ਦਰਸ਼ਕੋ ਤੁਹਾਨੂੰ ਮੈਂ ਪਹਿਲਾਂ ਹੀ ਸੱਦਾ ਦੇ ਚੁੱਕਿਆ ਜੀ ਆਖਾਂਗਾ ਜਦੋਂ ਵੀ ਸਾਡੇ ਨਾਲ ਜੁੜੋਗੇ ਅਸੀਂ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ ਮੈਡਮ ਕਿਉਂਕਿ ਗੱਲ ਤਿਉਹਾਰਾਂ ਦੀ ਕਰ ਰਹੇ ਹਾਂ ਤੇ ਮੈਂ ਚਾਹੁੰਦਾ ਥੋੜੇ ਸ਼ਬਦਾਂ 'ਚ ਪਹਿਲਾਂ ਇਹ ਹੀ ਦੱਸੋ ਕਿ ਤਿਉਹਾਰਾਂ ਦਾ ਮਹੱਤਵ ਕੀ ਹੈ ਤਿਉਹਾਰ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਾਨ ਨੇ ਜੀ ਇਹ ਸਾਡੇ ਆਪਸੀ ਸਾਂਝ ਨੂੰ ਵਧਾਉਂਦੇ ਨੇ ਤੇ ਸਾਡੇ ਜੀਵਨ ਨੂੰ ਰੰਗਾਂ ਨਾਲ ਭਰਦੇ ਨੇ ਇਸ ਕਰਕੇ ਇਸ ਤਿਉਹਾਰਾਂ ਨੂੰ ਹਰ ਕੋਈ ਖੁਸ਼ੀ-ਖੁਸ਼ੀ ਨਾਲ ਮਨਾਉਂਦਾ ਹੈ ਹੂੰ ਇਸ ਕਰਕੇ ਇਹ ਦੀਵਾਲੀ ਦਾ ਤਿਉਹਾਰ ਜਿਹੜਾ ਹੈ ਬਹੁਤ ਹੀ ਸਰਤਾਜ ਤਿਉਹਾਰ ਮੰਨਿਆ ਜਾਂਦਾ ਹੈ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅੱਜ ਇਹਨਾਂ ਨੂੰ ਕਿਉਂ ਮਨਾਉਂਦੀ ਸਾਨੂੰ ਕੁਝ ਬਦਲਣ ਦੀ ਲੋੜ ਪਈ ਕਿਉਂਕਿ ਕੁਝ ਨਾ ਕੁਝ ਸਾਨੂੰ ਇਹਦੇ ਵਿੱਚ ਕਮੀਆਂ ਨਜ਼ਰ ਆਣ ਲੱਗੀਆਂ ਕਿ ਤਿਉਹਾਰਾਂ ਦੀਆਂ ਜਿਹੜੀਆਂ ਖੁਸ਼ੀਆਂ ਨੇ ਸਾਡੀਆਂ ਕਿਸੇ ਹੱਥ ਸੇ ਜਨਾ ਬਦਲ ਜਾਣ ਇਸ ਕਰਕੇ ਅਸੀਂ ਇਹਦੇ ਵਿੱਚ ਕੁਝ ਤਬਦੀਲੀਆਂ ਜਾਂਦੇ ਹਾਂ ਬਿਲਕੁਲ ਜਿਵੇਂ ਮੈਡਮ ਦੱਸ ਰਹੀ ਸੀ ਕਿ ਤਿਉਹਾਰ ਜਿਵੇਂ ਸਾਰੇ ਫਲਾਂ ਦੇ ਵਿੱਚੋਂ ਆਂਬ ਨੂੰ ਰਾਜਾ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਸਾਰੇ ਤਿਉਹਾਰਾਂ ਦੇ ਵਿੱਚ ਦੀਵਾਲੀ ਨੇ ਉਹੀ ਦਰਜਾ ਹਾਸਲ ਕੀਤਾ ਹੋਇਆ ਹੈ ਬੜਾ ਖੁਸ਼ੀ ਦਾ ਤਿਉਹਾਰ ਹੈ ਰੌਸ਼ਨੀਆਂ ਦਾ ਤਿਉਹਾਰ ਹੈ ਇਸ ਗੱਲ ਨੂੰ ਬਾਅਦ ਚ ਕਰਾਂਗਾ ਪਹਿਲਾਂ ਮੈਂ ਚਾਹਨਾ ਕਿਉਂਕਿ ਦੀਵਾਲੀ ਤੇ ਅਸੀਂ ਖਾਸ ਸਾਡਾ ਫੋਕਸ ਹੈ ਇਸ ਗੱਲ ਦੇ ਉੱਤੇ ਤੇ ਮੈਂ ਚਾਹਨਾ ਕਿ ਤੁਸੀਂ ਦੀਵਾਲੀ ਦਾ ਅਰਥ ਜਿਹੜਾ ਅੱਜ ਬਦਲ ਰਿਹਾ ਹੈ ਉਹਦੇ ਬਾਰੇ ਥੋੜੀ ਜੀ ਗੱਲ ਕਰੋ ਜਿਹੜਾ ਕਿ ਸਾਡਾ ਮੀਨਿੰਗ ਦੀਵਾਲੀ ਦਾ ਅਸਲੀ ਅਰਥ ਹੈਗਾ ਉਹ ਤੇ ਹੈਗਾ ਦੀਪਾਂ ਵਾਲੀ ਜੀ ਯਾਨੀ ਕਿ ਦੀਵੇ ਜਲਾ ਕੇ ਰੌਸ਼ਨੀ ਕੀਤੀ ਜਾਵੇ ਤੇ ਉਹਨੋਂ ਅਸੀਂ ਦੀਵਾਲੀ ਕਹਿ ਦਿੰਨੇ ਆ ਲੇਕਿਨ ਅੱਜ ਜਿਹੜਾ ਅਰਥ ਬਦਲਦਾ ਜਾ ਰਿਹਾ ਹੈਗਾ ਉਹ ਇਹ ਹੈਗਾ ਕਿ ਅਸੀਂ ਦੀਵਾਲੀ ਨੂੰ ਇੱਕ ਕੰਪੀਟੀਸ਼ਨ ਤੇ ਤੌਰ ਤੇ ਲਿਆਇਆ ਜਿਹਦੇ ਚ ਅਸੀਂ ਇੱਕ ਦੂਸਰੇ ਨਾਲ ਪ੍ਰਤੀਸਵਰਧਾ ਕਰਦੇ ਆ ਕਿ ਕੌਣ ਜ਼ਿਆਦਾ ਖਰਚਾ ਕਰਦਾ ਹੈ ਕੌਣ ਜ਼ਿਆਦਾ ਪਟਾਕੇ ਚਲਾਉਂਦਾ ਹੈ ਕੌਣ ਜ਼ਿਆਦਾ ਵੱਡਾ ਹੈ ਤੇ ਇਸ ਕਰਕੇ ਉਹ ਜਿਹੜੀ ਸੁਹਿਰਦਤਾ ਸੀਗੀ ਜਿਹੜੀ ਕੋ ਸਾਂਝ ਵਾਲੀ ਗੱਲ ਸੀ ਉਹ ਖਤਮ ਹੁੰਦੀ ਗਈ ਹੈ ਅਸਲੀ ਗੱਲ ਹੈ ਕਿ ਦੀਪ ਨਾਲ ਦੀਪ ਜਲਾਉਣਾ ਤੇ ਰੌਸ਼ਨੀ ਕਰਨੀ بس ਇੰਨੀ ਕ ਗੱਲ ਸੀ ਤੇ ਅਸੀਂ ਉਹਨੂੰ ਕੁਝ ਹੋਰ ਹੀ ਬਣਾ ਦਿੱਤਾ ਅੱਜ ਦੀ ਦੇਰ ਦੀ ਦੀਪ ਨਾਲ ਦੀਪ ਜਲਾਉਣਾ ਸੀ ਸਾਡੀ ਦੀਵਾਲੀ ਜਿੱਥੋਂ ਅਸੀਂ ਹੌਲੀ ਹੌਲੀ ਦੀਵਾਲੀ ਦੀ ਪਾਵਲੀ ਅਰਥ ਨਿਕਲੇ ਔਰ ਅਸੀਂ ਦੀਪ ਜਲਾਉਂਦੇ ਜਲਾਉਂਦੇ ਰੌਸ਼ਨੀਆਂ ਕਰਦੇ ਕਰਦੇ ਖੁਸ਼ੀਆਂ ਮਾਣਦੇ ਮਾਣਦੇ ਘਰ ਦੀਆਂ ਮਠਾਈਆਂ ਖਾਂਦੇ ਖਾਂਦੇ ਸ਼ੋਰ ਸ਼ਰਾਬੇ ਵਾਲੀ ਜਿਹੜੀ ਦੀਵਾਲੀ ਆ ਉਹ ਮਨਾਉਣੀ ਸ਼ੁਰੂ ਕਰਤੀ ਮੈਡਮ ਇਹ ਤਬਦੀਲੀ ਕਿਵੇਂ ਆ ਗਈ ਇਹ ਤਬਦੀਲੀ ਸਵੇ ਨਾਲ ਆਈ ਜਿਸ ਰਾਜਸਥਾਨ ਨਵੀਆਂ ਟੈਕਨੀਕਸ ਆਈਆਂ ਅੱਜ ਜੀ ਸਿਰ ਡੀਸੀ ਸਾਹਿਬ ਇਹ ਗੱਲ ਕਰ ਰਹੇ ਸੀ ਕਿ ਜਦੋਂ ਰਾਮਚੰਦਰ ਜੀ ਆਏ ਸੀ ਉਦੋਂ ਉਹਨਾਂ ਆਉਣ ਤੇ ਲੋਕਾਂ ਨੇ ਦੀਵਾਲੀ ਮਨਾਈ ਜਿਸ ਦਾ ਮਤਲਬ ਉਹਨਾਂ ਕਹਿੰਦੇ ਕਿ ਦੀਪਾਂ ਦਾ ਤਿਉਹਾਰ ਹੈ ਜੀ ਬਿਲਕੁਲ ਤੇ ਇਹ ਉਸ ਵੇਲੇ ਤਾਂ ਜਿਹੜੀਆਂ ਚੀਜ਼ਾਂ ਪਟਾਖੇ ਜਾਂ ਜਿਹੜੀਆਂ ਇਹਨਾਂ ਦੇ ਵਿੱਚ ਇਸਤੇਮਾਲ ਕੀਤੀਆਂ ਜਾਂਦੀਆਂ ਉਹਦੀ ਤਾਂ ਇਨਵੈਂਸ਼ਨ ਵੀ ਨਹੀਂ ਸੀ ਹੋਈ ਹੂੰ ਕਿਉਂਕਿ ਇਸੇ ਕਰਕੇ ਅਸੀਂ ਇਹ ਕਹਿੰਦੇ ਕਿ ਦੀਪਾਵਲੀ ਜਿਹੜੀ ਹੈ ਦੀਪਾਂ ਦਾ ਤਿਉਹਾਰ ਹੈ ਨਾ ਕਿ ਪਟਾਕਿਆਂ ਦਾ ਤਿਉਹਾਰ ਪਰ ਜਦੋਂ-ਜਦੋਂ ਲੋਗਰ ਨੂੰ ਇਸ ਚੀਜ਼ ਦੀ ਸਮਝ ਲੱਗੀ ਸ਼ੋਰ ਸ਼ਰਾਬਾ ਚੰਗਾ ਲੱਗਣ ਲੱਗਾ ਤੇ ਉਹਨਾਂ ਨੇ ਇਸ ਨੂੰ ਇਸ ਦਾ ਇੱਕ ਹਿੱਸਾ ਬਣਾ ਲਿਆ ਪਰ ਸਮੇਂ ਦੇ ਨਾਲ-ਨਾਲ ਜਿੰਨਾ ਪਰਵਰਤਨ ਹੋਇਆ ਇਹ ਪ੍ਰਦੂਸ਼ਣ ਵੱਲੇ ਵੱਧ ਗਿਆ ਔਰ ਕੋਈ ਅੱਜ ਇਸ ਤਰ੍ਹਾਂ ਦੇ ਮੋੜ ਤੇ ਖੜੇ ਹੋ ਗਏ ਕਿ ਆਮ ਆਦਮੀ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਸ਼ਾਇਦ ਇਹੀ ਗੱਲ ਸੀ ਜਿਨ੍ਹਾਂ ਨੇ ਸਾਡੇ ਮਹਾਨ ਕਵੀ ਸਰਜੀਤ ਪਾਤਰ ਜੀ ਨੂੰ ਇਹ ਕਹਿਣ ਤੇ ਮਜਬੂਰ ਕਰ ਦਿੱਤਾ ਕਿ ਬੰਬ ਸ਼ੁਰਲੀਆਂ ਨਾਲ ਦੀਵਾਲੀ ਬਸ ਕਰੀਏ ਹੁਣ ਬਹੁਤ ਮਨਾ ਲਈ ਚਲਾ ਪਟਾਕੇ ਦਿੱਤਾ ਹੁਣ ਤੱਕ ਕਿੰਨਾ ਧੂਆਂ ਫੈਲਾ ਬੇਲੀਆ ਵਾਤਾਵਰਨ ਬਚਾ ਜਿੱਡਾ ਵੱਡਾ ਕਵੀ ਓਡਾ ਵੱਡਾ ਵਿਚਾਰ ਉਹਨਾਂ ਨੇ ਦੀਵਾਲੀ ਨੂੰ ਲੈ ਕੇ ਸਾਨੂੰ ਦਿੱਤਾ ਕਿ ਅਸੀਂ ਬਹੁਤ ਕੁਝ ਕਰ ਚੁੱਕੇ ਹਾਂ ਹੁਣ ਸਾਨੂੰ ਪਿੱਛੇ ਮੁੜਨ ਦਾ ਟਾਈਮ ਹੈ ਮੈਡਮ ਕੀ ਲੱਗਦਾ ਹੈ ਜਿਹੜੀ ਦੀਵਾਲੀ ਹੈ ਅਸੀਂ ਇਹ ਖੁਸ਼ੀਆਂ ਤੋਂ ਦੂਸਰੇ ਪਾਸੇ ਨੂੰ ਲੈ ਤੁਰੇ ਆਂ ਇਹਦਾ ਮੋੜ ਤੁਹਾਨੂੰ ਲੱਗਦਾ ਹੈ ਕਿ ਜਿੰਨੀ ਅਸੀਂ ਅੱਜ ਖੇਚਲ ਕਰ ਰਹੇ ਹਾਂ ਜਿੰਨਾ ਅਸੀਂ ਪ੍ਰਚਾਰ ਕਰ ਰਹੇ ਹਾਂ ਉਹਦਾ ਫਰਕ ਕਿੰਨਾ ਪੈ ਰਿਹਾ ਹੈ ਅ ਜਿਹੜਾ ਅੱਜ ਤੱਕ ਜਿੱਥੇ ਅਸੀਂ ਹੁਣ ਤੱਕ ਪਹੁੰਚ ਚੁੱਕੇ ਹਾਂ ਜੀ ਉਹਦੇ ਵਿੱਚ ਜਿਹੜੀ ਅਸੀਂ ਪ੍ਰਦੂਸ਼ਣ ਵਾਲੀ ਗੱਲ ਕਰ ਰਹੇ ਹਾਂ ਇਹ ਮੈਂ ਇੱਕ ਬਹੁਤ ਖਾਸ ਤੌਰ ਤੇ ਇਹ ਕਹਿਣਾ ਚਾਹਾਂਗੀ ਕਿ ਪ੍ਰਦੂਸ਼ਣ ਜਿਹੜਾ ਹੈ ਉਹ ਕੱਲੀ ਦੀਵਾਲੀ ਨੇ ਨਹੀਂ ਕੀਤਾ ਜੀ ਬਿਲਕੁਲ ਠੀਕ ਹੈ ਦੀਵਾਲੀ ਜੇ ਅਸੀਂ ਮਨਾਉਣੀ ਹੈ ਨਾ ਤੇ ਸਾਨੂੰ ਸਾਰਾ ਸਾਲ ਪ੍ਰਦੂਸ਼ਣ ਦਾ ਖਿਆਲ ਰੱਖਣਾ ਪਵੇ ਬਿਲਕੁਲ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਚੰਗੀ ਤਰ੍ਹਾਂ ਦੀਵਾਲੀ ਮਨਾਈਏ ਇਸ ਕਰਕੇ ਅਸੀਂ ਪੂਰਾ ਸਾਲ ਚੰਗੇ ਬੱਚੇ ਬਣ ਕੇ ਕੋਈ ਅਸੀਂ ਪ੍ਰਦੂਸ਼ਣ ਨਾ ਫੈਲਾਈਏ ਤੇ ਅਸੀਂ ਦੀਵਾਲੀ ਵੀ ਮਨਾ ਸਕਦੇ ਹਾਂ ਇਹ ਤੁਸੀਂ ਕਹਿ ਰਹੇ ਹੋ ਕਿ ਇਸ ਤਰ੍ਹਾਂ ਕਿੱਧਰ ਤੁਰ ਪਏ ਆਪਾਂ ਇਹ ਬਿਲਕੁਲ ਗੱਲ ਇਹੀ ਹੈ ਕਿ ਜਿਸ ਤਰ੍ਹਾਂ ਮੈਡਮ ਨੇ ਕਿਹਾ ਕਿ ਡੀਸੀ ਸਾਹਿਬ ਨੇ ਦੱਸਿਆ ਕਿ ਜਿਹੜੀ ਦੀਵਾਲੀ ਜਿਹੜੇ ਪਟਾਕੇ ਆ ਉਹ ਬਹੁਤ देर ਬਾਅਦ ਉਹਨਾਂ ਦੀ ਉਹਨਾਂ ਦੀ ਜਿਹੜੀ ਇਨਵੈਂਸ਼ਨ ਹੋਈ ਸੀਗੀ ਉਹ 11ਵੀਂ ਸਦੀ ਦੇ ਵਿੱਚ ਚੀਨ ਦੇ ਵਿੱਚ ਹੋਈ ਸੀਗੀ 10ਵੀਂ 11ਵੀਂ ਸਦੀ ਦੇ ਕਰੀਬ 16ਵੀਂ 17ਵੀਂ ਸਦੀ ਦੇ ਕਰੀਬ ਉਹ ਭਾਰਤ ਦੇ ਵਿੱਚ ਗਨ ਪਾਊਡਰ ਆਇਆ ਠੀਕ ਹੈ ਤੇ ਉਦੋਂ ਜਿਹੜੀ ਦੀਵਾਲੀ ਮਨਾਈ ਜਾਂਦੀ ਸੀਗੀ ਆ ਦੀਵਾਲੀ ਨਹੀਂ ਆ ਕੋਈ ਵੀ ਜਿਹੜੇ ਪਟਾਕੇ ਚਲਾਏ ਜਾਂਦੇ ਸੀਗੇ ਉਹ ਸ਼ਾਸਕ ਲੋਕ ਚਲਾਉਂਦੇ ਸੀਗੇ ਜਿਹੜੇ ਰਾਜੇ ਮਹਾਰਾਜੇ ਸੀਗੇ ਉਹ ਵੱਡਾ ਪ੍ਰਦਰਸ਼ਨ ਕਰਨ ਲਈ ਚਲਾਉਂਦੇ ਸੀ ਤੇ ਆਮ ਲੋਕਾਂ ਦੇ ਹੱਥ ਦੇ ਵਿੱਚ ਪਟਾਕੇ ਨਹੀਂ ਸੀਗੇ ਉਹਦੇ ਨਾਲ ਬਹੁਤ ਘਟੋਦੀ ਵਰਤੋਂ ਹੁੰਦੀ ਸੀਗੀ 19ਵੀ 20ਵੀ ਸਦੀ ਤੱਕ 19ਵੀ ਸਦੀ ਦੇ ਐਂਡ ਤੱਕ ਇਦਾਂ ਚੱਲਦਾ ਰਿਹਾ ਫਿਰ 19ਵੀ ਸਦੀ ਦੇ ਵਿੱਚ ਇੱਥੇ ਕੋਲਕੱਤਾ ਦੇ ਵਿੱਚ ਪਹਿਲੀ ਫੈਕਟਰੀ ਲਗਾਈ ਗਈ ਉਸ ਤੋਂ ਬਾਅਦ ਸ਼ਿਵਾਕਾਸੀ ਦੇ ਵਿੱਚ ਲੱਗੀ ਤਾਮਿਲਨਾਡੂ ਦੇ ਵਿੱਚ ਤੇ ਉਸ ਤੋਂ ਬਾਅਦ ਦੇਰ ਉਸ ਨੋ ਅਸੀਂ ਪਿੱਛੇ ਮੁੜ ਕੇ ਨਹੀਂ ਵੇਖਿਆ ਅਸੀਂ ਪਿੱਛਾ ਮੁੜ ਕੇ ਨਹੀਂ ਦੇਖਿਆ ਤੇ ਫੇਰ ਪਟਾਕੇ ਜਿਹੜੇ ਜਦੋਂ ਆਮ ਲੋਕਾਂ ਦੇ ਹੱਥ ਆ ਗਏ ਉਹ ਫੇਰ ਇੱਕ ਕੰਪੀਟੀਸ਼ਨ ਬਣ ਗਿਆ ਕਿ ਕੌਣ ਜ਼ਿਆਦਾ ਚਲਾਉਂਦਾ ਹੈ ਕੌਣ ਵੱਡਾ ਪਟਾਕਾ ਚਲਾਉਂਦਾ ਹੈ ਕਿ ਤੇ ਦੇਰ ਰਾਤ ਤੱਕ ਪਟਾਕੇ ਚਲਾਏ ਇਹਨਾਂ ਕਰਕੇ ਹੌਲੀ-ਹੌਲੀ ਜਿਹੜਾ ਪ੍ਰਦੂਸ਼ਣ ਜਿਹੜਾ ਹੈਗਾ ਇਹ ਵਧਿਆ ਲੇਕਿਨ ਅੱਜ ਅਸੀਂ ਜਿਸ ਮੁਕਾਮ ਤੇ ਖੜੇ ਆਂ ਜੇ ਅਸੀਂ ਇੱਥੋਂ ਯੂ ਟਰਨ ਨਹੀਂ ਲੈਂਦੇ ਤੇ ਫੇਰ ਇਹ ਸਮਝ ਲਿਏ ਅਸੀਂ ਕਿ ਅਸੀਂ ਪੂਰੀ ਧਰਤੀ ਦੇ ਹੀ ਜਿਹੜੇ ਹੈਗੇ ਆ ਅਸੀਂ ਮੈਂ ਇਹਨੂੰ ਇਕੋ ਟੈਰਰਿਸਟ ਦਾ ਨਾਮ ਦਿੰਨੀ ਆ ਕਿ ਅਸੀਂ ਉਹ ਕੰਮ ਕਰ ਰਹੇ ਆ ਜਿਹਦੇ ਨਾਲ ਅਸੀਂ ਆਪਣੀ ਹੋਂਦ ਨੂੰ ਹੀ ਮਿਟਾ ਦੇਵਾਂਗੇ ਬਿਲਕੁਲ ਉਹ ਸਮਾਂ ਦੂਰ ਨਹੀਂ ਆ ਕਿ ਜੋ ਅਸੀਂ ਅੱਜ ਦਿੱਲੀ ਜਾਂ ਐਨਸੀਆਰ ਦਿੱਲੀ ਦੇ ਜਿਹੜੀਆਂ ਗੱਲਾਂ ਪੜ੍ਹਦੇ ਆ ਉਹਨਾਂ ਦਾ ਸਾਹ ਕੁੱਟਣ ਹੋ ਰਿਹਾ ਪਿਛਲੇ 2 ਸਾਲਾਂ ਤੋਂ ਲਗਭਗ ਸਕੂਲ ਬੰਦ ਕਰਨੇ ਪੈ ਰਹੇ ਆ ਲੋਕਾਂ ਨੂੰ ਸੜਕ ਤੇ ਨਿਕਲਣ ਦੀ ਜਿਹੜੀ ਆ ਔਖਾਈ ਹੋ ਰਹੀ ਆ ਸਵੇਰੇ ਲੋਕ ਸ਼ਹਿਰ ਤੇ ਕਰਨਾ ਉਹਨਾਂ ਨੇ ਮਨਾ ਕੀਤਾ ਵੀ ਸ਼ਹਿਰ ਤੇ ਨਾ ਨਿਕਲੋ ਜੀ ਇਸ ਤਰ੍ਹਾਂ ਨਹੀਂ ਹੋਏਗਾ ਕਿ ਇਹ ਗੱਲ ਸਿਰਫ ਦਿੱਲੀ ਤੱਕ ਹੀ ਸੀਮਤ ਰਹਿ ਜਾਏਗੀ ਪੰਜਾਬ ਹਰਿਆਣਾ ਔਰ ਕੋਈ ਵੀ ਜਿਹੜਾ ਸਾਡਾ ਪੂਰਾ ਵਰਲਡ ਹੈ ਪੂਰੇ ਸੰਸਾਰ ਦੀ ਸਮੱਸਿਆ ਬਣ ਜਾਏਗੀ ਪ੍ਰਦੂਸ਼ਣ ਸਾਨੂੰ ਪਿੱਛੇ ਮੁੜਨਾ ਹੀ ਪਏਗਾ ਮੈਡਮ ਕਿਵੇਂ ਲੱਗਦਾ ਤੁਹਾਨੂੰ ਕਿ ਜਿਹੜੀਆਂ ਕੰਮ ਕੀਤੇ ਜਾ ਰਹੇ ਆ ਸਰਕਾਰ ਵੱਲੋਂ ਜਾਂ ਜਿਹੜੀਆਂ ਐਨ ਜੀਓਜ਼ ਹੈਗੀਆਂ ਉਹਨਾਂ ਵੱਲੋਂ ਕੀ ਇਹ ਬਹੁਤ ਜ਼ਿਆਦਾ ਸੈਟੀਸਫੈਕਸ਼ਨ ਤੱਕ ਹੈਗੇ ਆ ਤਸੱਲੀ ਬਖਸ਼ ਹੈਗਾ ਹਾਂ ਸਰ ਮੈਂ ਇਹ ਗੱਲ ਖਵਾਂਗੀ ਇੱਥੇ ਕਿ ਬਹੁਤ ਜ਼ਿਆਦਾ ਸراہਨੀਏ ਕਦਮ ਬਹੁਤ ਸਾਰੀਆਂ ਸੰਸਥਾਵਾਂ ਸਕੂਲ ਕਾਲਜ ਇਹ ਮਿਲ ਕੇ ਕਰ ਰਹੇ ਨੇ ਔਰ ਅਸੀਂ ਵੀ ਖੁਦ ਇੱਕ तकरीबन ਸਾਂਝ ਕੇਂਦਰ ਨਾਮ ਮਿਲ ਕੇ ਪਤਾ ਨਹੀਂ ਕਿੰਨੇ ਸਕੂਲਾਂ ਵਿੱਚ ਮੈਸਿਸ ਦੇ ਚੁੱਕੇ ਹੋ ਔਰ 4.5 ਲੱਖ ਜਿਸ ਨਾਲ ਮੈਡਮ ਨੇ ਕਿਹਾ ਸੀ ਸਟੂਡੈਂਟਸ ਅਜ ਤੱਕ ਸ਼ਬਦ ਲੈ ਚੁੱਕੇ ਅੱਛਾ ਕੀ ਤੁਸੀਂ ਬਾਅਦ ਚ ਉਹਦਾ ਆਊਟਕਮ ਵੀ ਲੈਣੇ ਆ ਹਾਂ ਬਿਲਕੁਲ ਲੈਣੇ ਆ ਬਿਲਕੁਲ ਲੈਣੇ ਆ ਕਿੰਨੇ ਬੱਚਿਆਂ ਨੇ ਸਹਪਤ ਲਈ ਸੀ ਵਾਦਾ ਕੀਤਾ ਸੀ ਔਰ ਕਿੰਨਿਆਂ ਨੇ ਨਹੀਂ ਚਲਾਇਆ ਇਹ ਤੁਸੀਂ ਅੱਜਕਲ ਮਹਿਸੂਸ ਕਰੋਗੇ ਕਿ ਅੱਗੇ ਦੀਵਾਲੀ ਤੋਂ ਬਹੁਤ ਦਿਨ ਪਹਿਲੇ ਪਟਾਕੇ ਵੱਜਨੇ ਸ਼ੁਰੂ ਹੋ ਜਾਂਦੇ ਸੀ ਤੁਸੀਂ ਹੁਣ ਮਹਿਸੂਸ ਕਰੋਗੇ ਕਿ 에ਰ ਕਿਉਂ ਚੀਜ਼ ਬਹੁਤ ਘੱਟੀ ਹੋਈ ਅੱਛਾ ਕਿਤੇ ਨਾ ਕਿਤੇ ਇਹ ਕਾਰਨ ਇਸ ਸੰਸਥਾਵਾਂ ਦੁਆਰਾ ਔਰ ਜਾਂ ਲੋਕਾਂ ਦੁਆਰਾ ਜਾਂ ਪੁਲਿਸ ਡਿਪਾਰਟਮੈਂਟ ਬਾ ਦੁਆਰਾ ਪ੍ਰਸ਼ਾਸਨ ਦੁਆਰਾ ਗਗਨੰਦਰ ਦੇਵ ਜੀ ਕੀਤੀਆਂ ਜਾਣ ਵਾਲੇ ਕਾਰਜਾਂ ਜਿਨ੍ਹਾਂ ਵਿੱਚ ਡੀਸੀ ਸਾਹਿਬ ਸ਼ਾਮਲ ਹੈ ਆਪਾਂ ਸਕਰੀਨ ਤੇ ਦੇਖ ਰਹੇ ਹਾਂ ਮੈਸੇਜ ਦਿੱਤਾ ਜਾ ਰਿਹਾ ਪਟਾਕੇ ਨਾ ਚਲਾਓ ਵਾਤਾਵਰਨ ਬਚਾਓ ਰੁੱਖ ਲਗਾਓ ਗ੍ਰੀਨ ਦੀਵਾਲੀ ਦਾ ਮੈਸੇਜ ਹੈ ਜਾਗਰੂਕਤਾ ਰੈਲੀ ਹੈ ਬੱਚਿਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਵੱਖ-ਵੱਖ ਸੰਸਥਾਵਾਂ ਦੇ ਵਿੱਚ ਜਾ ਕੇ ਇਹ ਇੱਕ ਅੱਛਾ ਉਪਰਾਲਾ ਹੈ ਡੀ ਸਭ ਸਿੱਧੇ ਤੌਰ ਤੇ ਇਹਦੇ ਚ ਆਪ ਇਨਵੋਲਵ ਨੇ ਵੱਖ-ਵੱਖ ਜਿਹੜੀਆਂ ਵਿਦਿਅਕ ਸੰਸਥਾਵਾਂ ਹੈਗੀਆਂ ਉਹਨਾਂ ਦੇ ਚ ਜਾਂਦੇ ਐ ਔਰ ਬੱਚਿਆਂ ਨੂੰ ਪ੍ਰੋਤਸਾਹਨ ਵੀ ਦਿੰਦੇ ਐ ਬੱਚਿਆਂ ਦਾ ਹੰਗਾਰੇ ਦੀ ਮੈਂ ਗੱ हां ये मैं दस रही है कि ये ਤੁਸੀਂ ਇੱਥੋਂ ਦੇਖ ਹੀ ਰਹੇ ਹੋ ਕਿ ਬੱਚੇ ਜਿਹੜੇ ਨੇ ਖੁਦ ਸਾਡਾ ਪਲੈਚ ਕਰਦੇ ਨੇ ਔਰ ਮੈਨੂੰ ਪੂਰਾ ਯਕੀਨ ਹੈ ਜਦੋਂ ਅਸੀਂ ਨੈਕਸਟ ਟਾਈਮ ਮਿਲਦੇ ਆਂ ਤੇ ਬਹੁਤ ਸਾਰੇ ਬੱਚੇ ਕਹਿੰਦੇ ਨੇ ਕਿ ਅਸੀਂ ਇਹ ਪੈਸੇ ਬਚਾ ਕੇ ਹੋਰ ਬੱਚਿਆਂ ਦੀ ਮਦਦ ਕਰ ਰਹੇ ਹਾਂ ਇਹ ਸਭ ਤੋਂ ਵੱਡੀ ਸਾਡੀ ਸਾਂਝ ਅਕਸਰ ਤਾਂ ਤਿਉਹਾਰਾਂ ਦਾ ਮਤਲਬ ਸਾਂਝ ਹੈ ਤੇ ਜੇ ਅਸੀਂ ਆਪਣੇ ਪਟਾਕੇ ਵਰਗੇ ਪੈਸੇ ਬਚਾ ਕੇ ਜਿਹੜੇ ਲੋਕ ਬੱਚੇ ਕਹਿੰਦੇ ਕਿ ਮੈਂ ਕਹਿੰਦੀ ਹੁਣੀ ਕਿ ਕਦੀ ਤੁਸੀਂ 10 ਰੁਪਏ ਨੂੰ ਵੀ ਅੱਗ ਲਾਈਏ ਤੇ ਇਥੇ ਪਟਾਕੇ ਦੇ ਰੂਪ ਚ ਅਸੀਂ ਅਰਬ ਰੁਪਏ ਨੂੰ ਸਾੜਦੇ ਬਿਲਕੁਲ ਅਸੀਂ ਅਸੀਂ ਇਸ ਗੱਲ ਵੱਲ ਸਾਡਾ ਧਿਆਨ ਨਹੀਂ ਅਸੀਂ ਪਟਾਕੇ ਲੈ ਕੇ ਉਹਨਾਂ ਨੂੰ ਅੱਗ ਲਾਉਂਦੇ ਇਹ ਨਹੀਂ ਸਮਝਦੇ ਕਿ ਅਸੀਂ ਪੈਸਿਆਂ ਨੂੰ ਅੱਗ ਲਾ ਰਹੇ ਹਾਂ ਬਹੁਤ ਸਾਰੇ ਵੀਡੀਓ ਛੋਟੇ ਛੋਟੇ ਵਟਸਐਪ ਜਾਂ ਹੋਰ ਮੀਡੀਆ ਦੇ ਉੱਤੇ ਵੀ ਦੇਖ ਰਹੇ ਹਾਂ ਜਿਨ੍ਹਾਂ ਦੇ ਸਾਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਇੰਡਾਇਰੈਕਟਲੀ ਅ ਸਿੱਧੇ ਤਰੀਕੇ ਨਾਲ ਆਪਣੇ ਪੈਸਿਆਂ ਨੂੰ ਹੀ ਅਗਲਾ ਤੁਸੀਂ ਸਕਰੀਨ ਦੇ ਉੱਤੇ ਵੀ ਅਸੀਂ ਕਾਫੀ ਸਾਰੀਆਂ ਸਲਾਈਡਸ ਅੱਜ ਤੁਹਾਨੂੰ ਦਿਖਾਉਣੀਆਂ ਐ ਦੇਖ ਰਹੇ ਹੋ ਕਿਸ ਤਰ੍ਹਾਂ ਪਟਾਕਿਆਂ ਦੇ ਨਾਲ ਜਿਹੜਾ ਸ਼ੋਰ ਸ਼ਰਾਬਾ ਔਰ ਪ੍ਰਦੂਸ਼ਣ ਜਿਹੜਾ ਉਹਨੂੰ ਕੀਤਾ ਜਾ ਰਿਹਾ ਹੈ ਇਹ ਪ੍ਰਦੂਸ਼ਣ ਦੀ ਜਿਹੜੀ ਘਾਟ ਜਾਂ ਇਹਦਾ ਨੁਕਸਾਨ ਜਿਹੜਾ ਹੈ ਅਸੀਂ ਪਿਛਲੇ ਦਿਨੀ ਦੁਸਹਿਰੇ ਦੇ ਵਿੱਚ ਦੇਖਿਆ ਹੈ ਅੰਮ੍ਰਿਤਸਰ ਦੇ ਵਿੱਚ ਪਟਾਕਿਆਂ ਦੇ ਸ਼ੋਰ ਨੇ ਬਹੁਤ ਸਾਰੀਆਂ ਜਿਹੜੀਆਂ ਮਨੁੱਖੀ ਜਾਨਾਂ ਕੀਮਤੀ ਜਾਨਾਂ ਸਾਡੇ ਹੱਥੋਂ ਲਈਆਂ ਸਾਨੂੰ ਮੈਂ ਫਿਰ ਵਾਪਸ ਕਵਾਂਗਾ ਹਰ ਗੱਲ ਤੇ ਵਾਪਸ ਇੱਕ ਗੱਲ ਕਹਿੰਦਾ ਰਵਾਂਗਾ ਕਿ ਸਾਨੂੰ ਵਾਪਸ ਮੁੜਨਾ ਪੈਣਾ ਹੈ ਜਿੰਨੀ ਜਲਦੀ ਅਸੀਂ ਵਾਪਸ ਮੁੜਾਂਗੇ ਉਹ ਸਾਡੇ ਲਈ ਚੰਗਾ ਮੈਡਮ ਮੈਂ ਗੱਲ ਕਰ ਰਿਹਾ ਸੀ ਦਿੱਲੀ ਦੀ ਹਾਲਾਤ ਇਦਾਂ ਦੇ ਬਣ ਗਏ ਕਿ ਸੁਪਰੀਮ ਕੋਰਟ ਨੂੰ ਸਿੱਧੇ ਤੌਰ ਤੇ ਦਖਲ ਅੰਦਾਜ਼ੀ ਕਰਕੇ ਕਦੇ ਪਟਾਕਿਆਂ ਨੂੰ ਬੰਨ ਲਗਾਉਣਾ ਪੈਂਦਾ ਕਦੇ ਸਮਾਂ ਘੱਟ ਕਰਨਾ ਪੈਂਦਾ ਕੀ ਸੋਚਦੇ ਹੋ ਤੁਸੀਂ ਵੀ ਇਹ ਸਵਾਲ ਤੁਹਾਡੇ ਕੋਲ ਲੈਣਾ ਮੈਨੂੰ ਲੱਗਦਾ ਇੱਕ ਦਰਸ਼ਕ ਸਾਡੇ ਨਾਲ ਲਾਈਨ ਤੇ ਨੇ ਪਹਿਲਾਂ ਉਹਨਾਂ ਨੂੰ ਲੈਣੇ ਆ ਜੀ ਸਵਾਗਤ ਹੈ ਹੈਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਡਮ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਜੰਡਾ ਕੋਲ ਲੋਕ ਆ ਠਾਕਰਾ ਜੀ ਡੀ ਰੋਡ ਜੀਰਾ ਪਰ ਬੋਲੇ ਜੀ ਹਾਂ ਸਰ ਇਹ ਗੱਲ ਚੱਲ ਰਹੀ ਹੈ ਦਿਵਾਰੀ ਦੇ ਪਰੋਸ਼ਨ ਬਾਰੇ ਜੀ ਜਦੋਂ ਰਾਮਚੰਦਰ ਜੀ ਬਨਵਾਸ ਕਰਕੇ ਆਏ ਸੀਗੇ ਹਾਂ ਜਾਂ ਬਾਅਦ ਵਿੱਚ ਮੇਰੀ ਵੀਰ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਗੋਲੇ ਦੇ ਮਾਰੇ ਬੰਦੇ ਤੇ ਕਿਟਾ ਦੇ ਬਾਜਕਾਰ ਆਏ ਜੀ ਲੋਕਾਂ ਨੇ ਜਿਸੇ ਕਿ ਉਹ ਜਿਹਾ ਸੀ ਉਹਨਾਂ ਕੋਲ ਕੋਈ ਪਟਾਕੇ ਦੀ ਰੌਣਕ ਦੀ ਦਵਾਜੀ ਹੁੰਦੀ ਸੀ ਹਾਂ ਬਿਲਕੁਲ ਬਿਲਕੁਲ ਰਾਜ ਸਾਡੇ ਲੋਕੀ ਪਟਾਕੇ ਚੜਾਜ਼ ਲਾ ਕੇ ਕੱਟਿੰਗ ਦੇ ਬਾਰੇ ਨੋਟਾਂ ਨਵਾਂ ਦਲਾ ਰਿਹਾ ਹੂੰ ਹੂੰ ਬਿਲਕੁਲ ਪਰ ਪ੍ਰਦੂਸ਼ਣ ਆਪਣੇ ਅੱਗੇ ਬੜਾ ਜੇਕਰ ਆਪਣਾ ਇਦਾਂ ਬੜਾ ਕੇ ਚਲਾਉਂਦੇ ਰਹਿ ਜਿਦਾ ਸਾਰੇ ਮਰੀਜ਼ ਦਮੇ ਦੇ ਮਰੀਜ਼ ਉਹਨਾਂ ਦਾ ਹਾਲ ਬੜਾ ਮਾੜਾ ਹੋ ਜਾਊਗਾ ਮੇਰੇ ਸਾਰੇ ਦੋਸਤਾਂ ਨੇ ਬੇਨਤੀ ਆ ਕਿ ਪਟਾਕੇ ਨਾ ਚਲਾਓ ਨੋਟਾਂ ਨੂੰ ਅੱਗ ਨਾ ਲਾਓ ਸਾਡੇ ਤਾਂ ਅਜੀ ਗੱਲ ਸਿੰਘ ਜੀ ਬਹੁਤ ਮਿਹਰਬਾਨੀ ਜੋ ਸੰਦੇਸ਼ ਅਸੀਂ ਲੈ ਕੇ ਬੈਠੇ ਆ ਤੁਸੀਂ ਵੀ ਸਾਡੇ ਦਰਸ਼ਕਾਂ ਵਿੱਚ ਸਿੱਧੇ ਤੌਰ ਤੇ ਆਪ ਸ਼ਾਮਲ ਹੋਏ ਆ ਬਿਲਕੁਲ ਬਹੁਤ ਮਿਹਰਬਾਨੀ ਤੁਹਾਡੀ ਆਪਾਂ ਗੱਲ ਕਰ ਰਹੇ ਸੀ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈ ਗਿਆ ਸੁਪਰੀਮ ਕੋਰਟ ਦਾ ਦਖਲ ਕੀ ਹੈ ਉਹਦੀ ਗੱਲ ਵੀ ਅਸੀਂ ਕਰਾਂਗੇ ਪਰ ਇਹ ਦੱਸੋ ਕਿ ਉਹਨਾਂ ਨੂੰ ਇਸ ਹੱਦ ਤੱਕ ਆਉਣ ਦੀ ਨੋਬਤ ਆਖਦਾ ਗਈ ਇਹ ਬੜਾ ਇੱਕ ਅਫਸੋਸ ਵਾਲੀ ਗੱਲ ਹੈ ਜੀ ਕਿ ਜਿਹੜਾ ਤਿਉਹਾਰ ਅਸੀਂ ਮਨਾਉਣਾ ਹੁੰਦਾ ਹੈ ਉਹਦੇ ਵਿੱਚ ਸਾਨੂੰ ਸਰਕਾਰ ਜੇ ਕਹਵੇ ਕਿ ਤੁਸੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰੋ ਜੀ ਮੈਨੂੰ ਲੱਗਦਾ ਕਿ ਅਸੀਂ ਸਮਾਜਿਕ ਤੌਰ ਤੇ ਇੱਕ ਇਨਸਾਨੀ ਤੌਰ ਤੇ ਇਹ ਸਾਡੀ ਕਿ ਫੇਲਿਅਰ ਹੈ ਸੀ ਕਿਤੇ ਉਹੀ ਹੁੰਦਾ ਨਾ ਕਿ ਜਦੋਂ ਅਸੀਂ ਆਪਣੇ ਆਪ 'ਚ ਭੁੱਲ ਜਾਂਨੇ ਕਿਸੇ ਜ਼ਿੰਮੇਵਾਰੀ ਨੂੰ ਅਸੀਂ ਗੈਰ ਜ਼ਿੰਮੇਵਾਰ ਹੋ ਜਾਂਨੇ ਆ ਫਿਰ ਕੋਈ ਦੂਸਰੀ ਸ਼ਕਤੀ ਜਿਹੜੀ ਹੈ ਉਹ ਸਾਨੂੰ ਕੰਟਰੋਲ ਕਰਦੀ ਹੈ ਉਹਦਾ ਇਦਾਂ ਡਿਸੀਜਨ ਬਣ ਗਈ ਹੈ ਇਹ ਬਣ ਗਈ ਹੈ ਔਰ ਇਹ ਬੜੀ ਅਨਫੋਰਚੂਨੇਟ ਹੈ ਇਹ ਬੜੀ ਅਫਸੋਸ ਵਾਲੀ ਗੱਲ ਹੈ ਜੀ ਤੇ ਹੁਣ ਜਿਹੜੇ ਸੁਪਰੀਮ ਕੋਰਟ ਨੇ ਜੋ ਕੁਝ ਵੀ ਸਾਨੂੰ ਦੱਸਿਆ ਉਹ ਸਾਰਿਆਂ ਨੂੰ ਇਨ ਬਿਨ ਮੰਨਣਾ ਚਾਹੀਦਾ ਹੈ ਬਿਲਕੁਲ ਠੀਕ ਹੈ ਔਰ ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਰਕਾਰ ਨੂੰ ਇਹ ਸਭ ਸਾਨੂੰ ਤੰਗ ਨਾ ਕਰਨਾ ਪਵੇ ਉਹਨਾਂ ਨੂੰ ਨਾ ਆ ਕੇ ਸਾਨੂੰ ਫੜਨਾ ਪਵੇ ਅਸੀਂ ਆਪਣੀ ਜ਼ਿੰਮੇਵਾਰੀ ਦਿਖਾ ਕੇ ਇਹ ਕੰਮ ਕਰੀਏ ਤਾਂ ਕਿ ਤਿਉਹਾਰ ਜਿਹੜਾ ਤਿਉਹਾਰ ਬਣਿਆ ਰਹੇ ਸੋਹਰਦਤਾ ਬਣੀ ਰਹੇ ਖੁਸ਼ੀ ਖੁਸ਼ੀ ਨਾਲ ਅਸੀਂ ਮਨਾਈਏ ਕਿਉਂਕਿ ਸਾਡਾ ਵਿਸ਼ਾ ਜਿਵੇਂ ਅਸੀਂ ਇਹ ਦੀਵਾਲੀ ਦੇ ਤਿੰਨੋਂ ਪੱਖ ਜਿਹੜੇ ਸਾਂਝੇ ਕਰਨੇ ਆ ਦਰਸ਼ਕਾਂ ਦੇ ਨਾਲ ਸ਼ੁੱਧ ਸੁਰੱਖਿਅਤ ਅਤੇ ਗ੍ਰੀਨ ਤਾਂ ਸਭ ਤੋਂ ਪਹਿਲਾਂ ਮੇਰਾ ਧਿਆਨ ਜਾ ਰਿਹਾ ਸ਼ੁੱਧ ਆਲ ਅਸੀਂ ਦੀਵਾਲੀ ਦੀ ਸ਼ੁੱਧਤਾ ਦੀ ਗੱਲ ਕਰਾਂਗੇ ਤੇ ਸੁਭਾਵਕ ਹੈ ਉਹ ਸਾਡਾ ਧਿਆਨ ਜਿਹੜਾ ਉਹ ਖਾਣ ਪੀਣ ਵਾਲੀਆਂ ਵਸਤਾਂ ਵੱਲ ਜਾਏਗਾ ਅਸੀਂ ਘਰ ਦੀਆਂ ਮਠਿਆਈਆਂ ਛੱਡ ਕੇ ਅੱਜ ਅਸੀਂ ਬਾਜ਼ਾਰ ਵਿੱਚ ਤੁਸੀਂ ਜਾਓ ਇਹ ਤਿਹਾਰਾ ਦੇ ਕੁਝ ਦਿਨ ਚੱਲ ਰਹੇ ਆ ਬਾਜ਼ਾਰ ਜਾਓ ਕਿਸੇ ਵੀ ਵਹੀਕਲ ਤੇ ਜਾਓ ਤੁਰ ਕੇ ਜਾਓ ਤੁਹਾਨੂੰ ਲੰਘਣ ਦੀ ਜਗ੍ਹਾ ਨਹੀਂ ਮਿਲ ਰਹੀ ਹੈ ਖਰੀਦਦਾਰੀ ਦਾ ਦੌਰ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਤੁਹਾਡੇ ਲਈ ਜਗ੍ਹਾ ਨਹੀਂ ਹੈ ਮਤਲਬ ਸਮਾਂ ਵੀ ਵੇਸਟ ਹੋ ਰਿਹਾ ਪੈਸਾ ਵੀ ਵੇਸਟ ਹੋ ਰਿਹਾ ਸ਼ੁੱਧ ਦੀਵਾਲੀ ਬਾਰੇ ਕੀ ਕਹਿਣਾ ਤੁਸੀਂ ਸਰ ਮੈਂ ਇੱਥੇ ਦੋ ਸ਼ਬਦ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਅਸੀਂ ਇੱਕ ਤਾਂ ਪ੍ਰਦੂਸ਼ਣ ਫਲਾਕੇ ਆਪਣੀ ਸ਼ੁੱਤਾਂ ਨੂੰ ਖਤਮ ਕਰ ਰਹੇ ਆ ਦੂਜੇ ਪਾਸੇ ਅਸੀਂ ਆਪਣੀ ਸਿਹਤ ਨਾਲੇ ਖੋਰ ਧੋਖਾ ਕਰ ਰਹੇ ਆ ਕਿ ਜਿਹੜੇ ਇਹ ਰੰਗ ਬਰੰਗੇ ਮਠਿਆਈਆਂ ਜਿਹੜੇ ਨਕਲੀ ਖੋਆ ਜਾਂ ਨਕਲੀ ਪਨੀਰ ਜਿਹੜੇ ਕਈ ਵਾਰੀ ਅਸੀਂ ਖੁੰਦਿਆਂ ਉਸ ਜਗ੍ਹਾ ਤੇ ਇਨਾ ਛਾਪਾ ਪੈ ਗਿਆ ਇਹਨੇ ਫੜਿਆ ਗਿਆ ਕਿਸੇ ਨੂੰ ਇਨਸਾਨੀਅਤ ਨਾਲ ਕੋਈ ਪਿਆਰ ਨਹੀਂ ਹਰ ਕੋਈ ਆਪਣਾ ਲਾਭ ਦੇਖਦਾ ਹੈ ਹਰ ਕੋਈ ਆਪਣਾ ਉਹਦੇ ਵਿੱਚ ਧੰਦਾ ਦੇਖਦਾ ਇਹ ਨਹੀਂ ਦੇਖਦਾ ਕਿ ਇਨਸਾਨੀਅਤ ਜਿਹੜੀ ਸਾਡੇ ਮਠਿਆਈਆਂ ਦੀਆਂ ਅਸੀਂ ਤਸਵੀਰਾਂ ਦੇਖ ਰਹੇ ਸਾਡੇ ਮਨ ਨੂੰ ਲੁਭਾਉਂਦੀਆਂ ਨੇ ਅੱਛੀਆਂ ਲੱਗਦੀਆਂ ਪਰ ਇਹਨਾਂ ਵਿੱਚ ਦਿਖਾਈ ਦੇਣ ਵਾਲੇ ਰੰਗ ਜਿਹੜੇ ਆ ਉਹ ਸਾਡੀ ਸਿਹਤ ਲਈ ਕਿੰਨੇ ਖਤਰਨਾਕ ਹੈ ਇਹਦਾ ਅੱਜ ਅਸੀਂ ਵਿਗਿਆਨਕ ਅਧਿਐਨ ਕਿਤੇ ਪੜ੍ਹੀਏ ਤਾਂ ਸ਼ਾਇਦ ਅਸੀਂ ਇਹਨਾਂ ਜਿਹੜੀਆਂ ਰੰਗ-ਬਰੰਗੀਆਂ ਮਠਾਈਆਂ ਦੀ ਜਿਹੜੀ ਸਾਡੇ ਮਨ ਦੇ ਵਿੱਚ ਕਾਹ ਲੈ ਖਾਣ ਦੀ ਜਾਂ ਲਾਲਸਾ ਪੈਦਾ ਹੁੰਦੀ ਹੈ ਸ਼ਾਇਦ ਉਹ ਘਟ ਜਾਵੇ ਅਸੀਂ ਇਸ ਮੰਚ ਤੋਂ ਅੱਜ ਜ਼ਰੂਰ ਇਹ ਬੇਨਤੀ ਕਰਨੀ ਚਾਹਾਂਗੇ ਕਿ ਜਿਹੜੀਆਂ ਵੀ ਮਠਾਈਆਂ ਹੈ ਅ ਬੇਸ਼ੱਕ ਸਾਰੇ ਵਕਰੇਤਾਵਾਂ ਤੇ ਅਸੀਂ ਉਂਗਲ ਨਹੀਂ ਉਠਾ ਸਕਦੇ ਪਰ ਜ਼ਰੂਰੀ ਹੈ ਕਿ ਸਾਨੂੰ ਸ਼ੁੱਧਤਾ ਦਾ ਧਿਆਨ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਹੈ ਔਰ ਜ਼ਿਆਦਾ ਰੰਗ-ਰੰਗੀਆਂ ਜਿਹੜੀਆਂ ਮਠਾਈਆਂ ਦੀ ਬਜਾਏ ਘਰ ਬੈਠ ਕੇ ਸ਼ੁੱਧ ਜਿਹੜੀਆਂ ਮਠਾਈਆਂ ਆਪ ਹੱਥੀ ਤਿਆਰ ਕਰਕੇ ਆਪਣੀ ਮਾਂ ਭੈਣ ਆਪਣੇ ਪਰਿਵਾਰ ਦੇ ਨਾਲ ਸਾਰੇ ਰਲ ਮਿਲ ਕੇ ਬਣਾਉਣ ਤੋਂ ਜ਼ਿਆਦਾ ਠੀਕ ਹੈ ਤੁਸੀਂ ਗੱਲ ਕੰਟੀਨਿਊ ਰੱਖੋਗੇ ਘਰ ਵਿੱਚ ਕਿਵੇਂ ਅਸੀਂ ਮਠਾਈਆਂ ਤਿਆਰ ਕਰਦੇ ਸੀ ਤੁਸੀਂ ਤੁਹਾਡਾ ਸਮਾਂ ਤਾਂ ਤੁਸੀਂ ਸਭ ਤੋਂ ਜ਼ਿਆਦਾ ਛੋਟੀ ਜਿਹੀ ਇੱਥੇ ਗੱਲ ਕਵਾਂਗੀ ਕਿ ਮੇਰੀ ਦਾਦੀ ਮਾਂ ਹੁੰਦੀ ਸੀ ਉਹਨੇ ਕਦੀ ਬਾਜ਼ਾਰ ਦੀ ਮਠਿਆਈ ਨੂੰ ਟੱਚ ਨਹੀਂ ਕੀਤਾ ਸੀ ਅੱਛਾ ਸਾਡੇ ਘਰਾਂ ਦੇ ਵਿੱਚ ਜਦੋਂ ਦੀਵਾਲੀ ਜਾਂ ਕੋਈ ਵੀ ਇਹੋ ਜਿਹਾ ਤਿਉਹਾਰ ਹੁੰਦਾ ਸੀ ਘਰ 'ਚ ਵੇਸਨ ਬਣਾਇਆ ਜਾਂਦਾ ਸੀ ਪਿੰਨੀਆਂ ਬਣਾਈਆਂ ਜਾਂਦੀਆਂ ਸੀ ਸ਼ਕਰ ਪਾਰੇ ਬਣਾਏ ਜਾਂਦੇ ਸੀ ਤੇ ਉਹ ਚੀਜ਼ਾਂ ਦੀ ਸਾਨੂੰ ਅੱਜ ਵੀ ਕੀ ਲੱਗਦਾ ਸਾਡਾ ਸਾਡਾ ਧਿਆਨ ਭਟਕ ਗਿਆ ਹੈ ਕਿ ਸਾਨੂੰ ਉਹ ਚੀਜ਼ਾਂ ਬਣਾਉਣੀਆਂ ਭੁੱਲ ਗਏ ਨਾ ਜਾਂ ਟਾਈਮ ਨਹੀਂ ਹੈ ਸਾਡੇ ਕੋਲ ਬਿਲਕੁਲ ਬਿਲਕੁਲ ਇਹ ਬਹੁਤ ਕੁਝ ਹੋ ਗਿਆ ਤੁਸੀਂ ਤਿੰਨੇ ਗੱਲਾਂ ਕਹੀਆਂ ਕਿ ਸਾਡਾ ਧਿਆਨ ਭਟਕ ਗਿਆ ਜਾਂ ਸਾਡੇ ਕੋਲ ਟਾਈਮ ਨਹੀਂ ਜਾਂ ਮੈਂ ਕੁਝ ਕਹਾਂਗੀ ਕਿ ਅਸੀਂ ਜ਼ਿਆਦਾ ਆਪਣੇ ਆਪ ਨੂੰ ਮਾਡਰਨ ਸਮਝਣ ਲੱਗ ਗਏ ਅੱਛਾ ਮੇਰੀ ਸੋਚ ਇਹ ਕਹਿੰਦੀ ਹੈ ਕਿ ਜਿਆਦਾ ਅਸੀਂ ਮਾਡਰਨ ਬਣ ਕੇ ਮੈਂ ਕਹਿੰਨੀ ਹਣੀ ਕਿ ਜੇ ਅਸੀਂ ਕਦੀ ਮਠਿਆਈਆਂ ਬੰਦੀਆਂ ਦੇਖੀਏ ਸ਼ਾਇਦ ਅਸੀਂ ਫਿਰ ਵੀ ਨਾ ਖਾਈਏ ਤੇ ਜੇ ਅਸੀਂ ਜਦੋਂ ਸ਼ੋਕ ਕੇਸ 'ਚ ਚੰਗੀਆਂ ਲੱਗਦੀਆਂ ਪਰ ਕਦੀ ਅਸੀਂ ਇਹ ਨਹੀਂ ਦੇਖਿਆ ਕਿ ਇਹਨਾਂ ਦੇ ਉੱਤੇ ਕਿੰਨਾ ਡਸਟ ਪੈ ਰਿਹਾ ਸੀ ਜਿਹੜਾ ਸਾਡਾ ਡਾਇਰੈਕਟ ਸਿਹਤ ਤੇ ਸਾਡੇ ਤੇ ਇਫੈਕਟ ਕਰਦਾ ਇਹਦੀ ਸ਼ੁੱਧਤਾ ਅਸੀਂ ਸਿਰੇ ਨਾਲ ਤੋਂ ਲੈਣੇ ਆ ਆਪਣੇ ਵੱਲੋਂ ਹਰ ਚੀਜ਼ ਸਾਫ਼ ਕਰਨੇ ਪਰ ਕਦੀ ਅਸੀਂ ਇਹ ਮਹਿਸੂਸ ਨਹੀਂ ਕੀਤਾ ਕਿ ਅਸੀਂ ਕਿਹੋ ਜਿਹਾ ਖਾਣਾ ਖਾ ਰਹੇ ਹਾਂ ਕਿਹੋ ਜੀਆਂ ਮਠਿਆਈਆਂ ਦਾ ਵਰਤੋਂ ਕਰ ਰਹੇ ਇਹਦੇ ਬਾਰੇ ਸਾਨੂੰ ਦੀਵਾਲੀ ਦੇ ਤੁਹਾਡੇ ਕਹਿੰਦਾ ਮਤਲਬ ਕਿ ਅਸੀਂ ਕஷ்ட ਵੀ ਭੋਗ ਰਹੇ ਆ ਦੁੱਖ ਵੀ ਭੋਗ ਰਹੇ ਆ ਪਰ ਅਸੀਂ ਸੁਚੇਤ ਨਹੀਂ ਹੋ ਰਹੇ ਕਿ ਸਾਨੂੰ ਨੁਕਸਾਨ ਜਿਹੜਾ ਹੋ ਰਿਹਾ ਉਹ ਕਿੱਥੋਂ ਹੋ ਰਿਹਾ ਉਹ ਅਸੀਂ ਆਪਾਂ ਖੁਦ ਖੁਦ ਪੰਜਾਬੀ ਕਹਿੰਦੇ ਸੇੜਨ ਵਾਲੀ ਗੱਲ ਮੈਡਮ ਗੱਲ ਇਹ ਆ ਕਿ ਇਹਦੇ ਤੇ ਚੈੱਕ ਵੀ ਹੁੰਦਾ ਸਰਕਾਰ ਬਹੁਤ ਕੰਮ ਕਰਦੀ ਆ ਮਠਿਆਈਆਂ ਦਾ ਮਲਾਵਟ ਰੋਕਣ ਦੇ ਲਈ ਹੋਰ ਵੀ ਜਿਹੜੀਆਂ ਨਕਲੀ ਚੀਜ਼ਾਂ ਆਉਂਦੀਆਂ ਬਾਜ਼ਾਰ ਦੇ ਵਿੱਚ ਨਾ ਪਰ ਚੈੱਕ ਦੇਖਣ ਵਿੱਚ ਆਉਂਦਾ ਕਿ ਜਦੋਂ ਕੋਈ ਤਿਉਹਾਰ ਆਉਂਦਾ ਉਹਨਾਂ ਦਿਨਾਂ ਵਿੱਚ ਵੇੜੇ ਆਈ ਜਨਤ ਤੇ ਵਿਨੋ ਕੁੜੀ ਦੇ ਕਰਨ ਆਮ ਤੌਰ ਤੇ ਪੰਜਾਬੀ ਖਾਨਾ ਉਹ ਸਾਡੇ ਤਿਉਹਾਰਾਂ ਤੇ ਠੁਕਦਾ ਹੈ ਸਰਕਾਰ ਨੂੰ ਉਦੋਂ ਹੀ ਕਿਉਂ ਚੇਤਾ ਆਉਂਦਾ ਦੇਖੋ ਕਿਉਂਕਿ ਉਦੋਂ ਜ਼ਿਆਦਾ ਮੈਂ ਸਰਕਾਰ ਦਾ ਪੱਖ ਨਹੀਂ ਕਰੀ ਪਰ ਇਹ ਕਿਉਂਕਿ ਉਦੋਂ ਲੋਕਾਂ ਨੇ ਜ਼ਿਆਦਾ ਖਰੀਦਣੀਆਂ ਹੁੰਦੀਆਂ ਤੇ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਕਰਨਾ ਚਾਹੀਦਾ ਹੈ ਇਹ ਕੰਮ ਇਹਦੇ ਬਾਰੇ ਪਰ ਕਿਉਂ ਨਾ ਆਏ ਕਿ ਪੱਕਾ ਹੀ ਬੰਦਨ ਸਰਕਾਰ ਲਗਾ ਦੇਵੇ ਚੈੱਕ ਇੰਨਾ ਜ਼ਬਰਦਸਤ ਹੋਵੇ ਫੋਰਨ ਕੰਟਰੀਜ਼ ਦੇ ਵਿੱਚ ਬਹੁਤ ਸਾਰੇ ਚੈੱਕ ਲੱਗ ਗਏ ਤੁਹਾਡੀ ਜ਼ਰੂਰਤ ਹੀ ਨਹੀਂ ਹੈ ਕਿ ਤੁਸੀਂ ਕੋਈ ਨਕਲੀ ਚੀਜ਼ ਬਣਾ ਜਿਹੜਾ ਆਪਣਾ ਕਸਟਮਰ ਹੈ ਉਹਨੂੰ ਦਿਓ ਇੱਥੇ ਜਾ ਕਿਉਂ ਨਹੀਂ ਇਹਦੇ ਵਿੱਚ ਇਹ ਗੱਲ ਹੈ ਸਰ ਕਿ ਕ腐ਸ਼ਨ ਹੈ ਕਈ ਤਰ੍ਹਾਂ ਦੇ ਹੋਰ ਮੁੱਦੇ ਨੇ ਇਹ ਬਿਲਕੁਲ ਸਹੀ ਗੱਲ ਹੈ ਜੀ ਜਿਹੜੀ ਅਸਲੀ ਗੱਲ ਹੈ ਉਹ ਤੇ ਸਾਰਿਆਂ ਨੂੰ ਹੀ ਪਤਾ ਹੈ ਪਰ ਇਹ ਹੈ ਕਿ ਜੇ ਅਸੀਂ ਐਜ਼ ਕੰਜ਼ਿਊਮਰ ਅਵੇਅਰ ਹੋ ਜਾਣੇ ਆ ਜੀ ਫਿਰ ਸਾਨੂੰ ਕੋਈ ਬੇਵਕੂਫ ਨਹੀਂ ਬਣਾ ਸਕਦਾ ਫਿਰ ਚਾਹੇ ਉਹ ਕੋਈ ਜਦੋਂ ਅਸੀਂ ਡਿਮਾਂਡ ਹੀ ਨਹੀਂ ਕ੍ਰੀਏਟ ਕਰਾਂਗੇ ਇਹੋ ਜੀ ਚੀਜ਼ ਦੀ ਜਿਹੜੀ ਚੰਗੀ ਨਹੀਂ ਹੈ ਬਹੁਤ ਅੱਛਾ ਬਿਲਕੁਲ ਸਭ ਤੋਂ ਵਧੀਆ ਗੱਲ ਕੋਈ ਸਾਨੂੰ ਵੇਚ ਕਿਵੇਂ ਸਕੇਗਾ ਜੇ ਅਸੀਂ ਮੰਗਾਂਗੇ ਹੀ ਨਹੀਂ ਜੇ ਅਸੀਂ ਬਾਜ਼ਾਰ ਵਿੱਚ ਜਾਵਾਂਗੇ ਹੀ ਨਹੀਂ ਗਲਤ ਚੀਜ਼ ਲੈਣ ਵਾਸਤੇ ਇਹਦੇ ਨਾਲ ਨਾਲ ਸਰ ਜਿਵੇਂ ਮੈਡਮ ਨੇ ਵੀ ਕਿਹਾ ਦਾਦੀ ਮਾਂ ਦੀ ਗੱਲ ਕੀਤੀ ਸੀਗੀ ਸਾਡੇ ਬਜ਼ੁਰਗਾਂ ਨੇ ਸਾਨੂੰ ਹਰ ਤਰੀਕੇ ਨਾਲ ਜਿਹੜੀ ਧਰਤੀ ਸੀ ਬੜੀ ਸੋਹਣੀ ਦਿੱਤੀ ਸੀ ਬਿਲਕੁਲ ਠੀਕ ਹੈ ਉਹਨਾਂ ਨੇ ਪ੍ਰਦੂਸ਼ਣ ਵੀ ਨਹੀਂ ਕੀਤਾ ਉਹਨਾਂ ਨੇ ਸਾਨੂੰ ਵਿਜ਼ਡਮ ਦਿੱਤਾ ਕਿ ਕਿਹੜੀ ਕਿਹੜੀ ਚੀਜ਼ ਕਿਵੇਂ ਬਣਾਈ ਜਾ ਸਕਦੀ ਹੈ ਇੱਕ ਸਿਰਫ ਜ਼ਰੂਰਤ ਹੈ ਕਿ ਪਿੱਛੇ ਮੁੜ ਕੇ ਅਸੀਂ ਆਪਣੇ ਪਛੋਕੜ ਵਾਲ ਜਾ ਰਹੇ ਹਾਂ ਜਿਸ ਦਿਨ ਅਸੀਂ ਇਹ ਸਮਝ ਗਏ ਕਿ ਜਿਹੜਾ ਵੈਸਟ ਹੈ ਜਿਹੜਾ ਪੱਛਮ ਹੈ ਉਹ ਕੋਈ ਬਹੁਤ ਆਈਡੀਅਲ ਚੀਜ਼ ਨਹੀਂ ਹੈ ਜਗਾ ਨਹੀਂ ਹੈ ਉਸ ਦਿਨ ਮੈਨੂੰ ਲੱਗਦਾ ਹੈ ਕਿ ਇੱਕ ਉਹ ਮੋੜ ਲੈਣ ਦੀ ਜ਼ਰੂਰਤ ਹੈ ਉਹਦੇ ਨਾਲ ਜਦੋਂ ਸਾਡੀ ਹਰ ਚੀਜ਼ ਦੀ ਡਿਮਾਂਡ ਜਿਸ ਤਰ੍ਹਾਂ ਤੁਸੀਂ ਖਾਣ ਪੀਣ ਦੇ ਬਾਰੇ ਗੱਲ ਕੀਤੀ ਆ ਅਵੇਅਰਨੈਸ ਜਿਸ ਦਿਨ ਅਸੀਂ ਜਾਗਰਿਤ ਹੋ ਗਏ ਉਸ ਦਿਨ ਸਾਨੂੰ ਕੋਈ ਬੇਵਕੂਫ ਬਣਾ ਨਹੀਂ ਸਕਦਾ ਤੁਹਾਡੀਆਂ ਗੱਲਾਂ ਦੇ ਵਿੱਚੋਂ ਦੋ ਗੱਲਾਂ ਉਗੜ ਕੇ ਆਉਂਦੀਆਂ ਮੋٹے ਰੂਪ ਦੇ ਵਿੱਚ ਦੇਖੋ ਸਰਕਾਰ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਵੀ ਹੋ ਸਕਦੀਆਂ ਸਰਕਾਰ ਦੇ ਕੋਲ EMPLOYES ਦੀ ਘਾਟ ਹੈ ਜਿਨ੍ਹਾਂ ਨੇ ਚੈੱਕ ਕਰਨਾ ਹੈ ਹੋਰ ਵੀ ਬਹੁਤ ਸਾਰੀਆਂ ਮਜਬੂਰੀਆਂ ਹਨ ਪਰ ਅਸੀਂ ਇੱਕ ਨੈਸ਼ਨਲ ਕੈਰੈਕਟਰ ਜਿਹੜਾ ਹੈ ਨਾ ਉਹ ਵੀ ਬਣਾਉਣ ਵਾਲੇ ਪਾਸੇ ਨੂੰ ਸਾਨੂੰ ਇਦਾਂ ਦਾ ਕੁਝ ਉਪਰਾਲਾ ਕਰਨਾ ਚਾਹੀਦਾ ਕਿ ਸਾਡਾ ਜਿਹੜਾ ਨੈਸ਼ਨਲ ਕੈਰੈਕਟਰ ਹੋਵੇ ਕਿ ਕੋਈ ਵਿਅਕਤੀ ਇਹ ਗਲਤ ਕੰਮ ਕਰੇ ਹੀ ਨਾ ਐਡਲਟਰੇਸ਼ਨ ਜਾਂ ਮਿਲਾਵਟ ਕਰੇ ਹੀ ਨਾ ਕਿ ਉਹਨੂੰ ਪਤਾ ਹੋਵੇ ਲੋਕਾਂ ਨੇ ਖਾਣੀ ਆ ਬਿਮਾਰ ਹੋਣਗੇ ਕੀ ਕਰਨ ਵਾੜੀ ਸਭ ਤੋਂ ਵੱਡੀ ਗੱਲ ਚੀਜ਼ ਜਿਹੜੀ ਵੀਰ ਜੀ ਤੁਸੀਂ ਕਹੀਏ ਕਿ ਅਸੀਂ ਆਪ ਕਿਉਂ ਨਾ ਜਾਗੀ ਅਸੀਂ ਹਰ ਕੋਈ ਆਪਣਾ ਆਪਣੇ ਬਾਰੇ ਕਿਉਂ ਨਾ ਸੋਚੇ ਕਿ ਇਹ ਮੇਰਾ ਗੁਆਂਢ ਹੈ ਇਹ ਮੇਰਾ ਸਮਾਜ ਹੈ ਇਹ ਮੇਰਾ ਦੇਸ਼ ਹੈ ਮੈਂ ਇਹਦੇ ਲਈ ਕੰਮ ਕਰਨਾ ਉਹ ਮਿਲਾਵਟ ਕਰਨ ਵਾਲਾ ਕਿਉਂ ਨਹੀਂ ਸੋਚਦਾ ਕਿ ਇਹ ਜਿਹੜੀ ਚੀਜ਼ ਹੈ ਉਹ ਕਿਸੇ ਨੇ ਖਾਣੀ ਆ ਕਿਸੇ ਦੇ ਬੱਚੇ ਨੇ ਖਾਣੀ ਆ ਜੇ ਉਹ ਆਪਣੇ ਬੱਚੇ ਨੂੰ ਨਹੀਂ ਖਵਾ ਰਿਆ ਨਕਲੀ ਚੀਜ਼ ਤਾਂ ਉਹ ਦੂਜਿਆਂ ਦੇ ਬੱਚਿਆਂ ਦੀ ਅਜਾ ਕਿਉਂ ਕਰਦਾ ਇਹਦਾ ਮਤਲਬ ਜੇ ਉਹ ਕਰਦਾ ਤਾਂ ਉਹ ਸਿਰਫ ਤੇ ਸਿਰਫ ਆਪਣੀ ਮੁਨਾਫਾਖੋਰੀ ਵਾਸਤੇ ਆਪਣੇ ਸਵਾਰਥ ਲਈ ਕਰਦਾ ਔਰ ਇਨਸਾਨੀਅਤ ਦੇ ਲੈਵਲ ਤੋਂ ਹੇਠਾਂ ਡਿੱਗ ਜਾਂਦਾ ਮੇਰੇ ਖਿਆਲ ਇੱਕ ਦਰਸ਼ਕ ਸਾਡਾ ਨਾਲ ਲੈਂਦੇ ਆ ਮੈਂ ਅਗਲਾ ਸਵਾਲ ਤੋਂ ਪਹਿਲਾਂ ਉਹਨਾਂ ਨੂੰ ਲਾਵਾਂਗਾ ਜੀ ਸਵਾਗਤ ਹੈ ਹੈਲੋ ਹੈਲੋ ਸਵਾਗਤ ਹੈ ਜੀ ਪ੍ਰੋਗਰਾਮ 'ਚ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ 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 ਸਤਿ ਸ਼੍ਰੀ ਅਕਾਲ ਗੁਲਾ ਜੀ ਜੇ ਪਾਂ ਸ਼ੁੱਧ ਵਾਲੀ ਦੀ ਗੱਲ ਕਰੀਏ ਨਾ ਜੀ ਜੀ ਤੇ ਸਾਲ ਦੇ ਵਿੱਚ 365 ਦਿਨ ਹੁੰਦੇ ਆ ਜੀ ਹੂੰ ਇਹ ਜਿਹੜੀ ਸ਼ਾਪੇ ਮਾਰੀ ਆ ਮਠਿਆਈਆਂ ਦੀ ਜਾਂ ਹੋਰ ਮਠਾਈਆਂ ਸਾਰੇ ਜਿੰਨੀਆਂ ਵੀ ਤਰ੍ਹਾਂ ਦੀਆਂ ਮਠਾਈਆਂ ਹੁੰਦੀਆਂ ਜੀ ਤੇ ਇਹ ਤਿਹਾਰਾਂ ਦੇ ਨੇੜੇ ਕਰਕੇ ਕਿਉਂ ਹੁੰਦੀ ਐ ਬੁੱਤਾ ਕਿਉਂ ਸਾਰੇ ਜਾਂਦਾ ਬਾਕੀ ਇਹ ਪੰਜ ਚਾਰ ਦਿਨ ਹੁੰਦੀ ਐ 360 ਦਿਨ ਬਾਕੀ ਫਿਰ ਉਵੇਂ ਹੀ ਚੱਲੀ ਜਾਂਦਾ ਸਾਰਾ ਕੁਝ ਬਿਲਕੁਲ ਇੰਉ ਬੁੱਤਾ ਕਿਉਂ ਸਾਰੇ ਜਾਂਦਾ ਕੀ ਕਰਨਾ ਐ ਜੀ ਇਹੀ ਦੂਸਰਾ ਜਿਆਰ ਕਰ ਰਿਐ ਸੀ ਅਸੀਂ ਜਿਹੜਾ ਮੇਰਾ ਸਵਾਲ ਐ ਜੇ ਆਪਾਂ ਦੁਵਾਲੀ ਤੇ ਕੋਈ ਖੁਸ਼ੀ ਮਨਾਉਣੀ ਐ ਜੀ ਤਾਂ ਉਹ ਪਟਾਖਿਆਂ ਦੇ ਵੀ ਪੈਸੇ ਨਾ ਖਰਚ ਕਰੀਏ ਮਠਾਈ ਤੇ ਨਾ ਵੀ ਨਾ ਕਰੀਏ ਤੇ ਉਹ ਕਿਸੇ ਗਰੀਬ ਬੱਚੇ ਨੂੰ ਜਿਹੜਾ ਜਮਾਂ ਗਰੀਬ ਆ ਉਹਨੂੰ ਕਿਤਾਬਾਂ ਦੇ ਲਈ ਦੇਈਏ ਜਾਓ ਲੀੜੇ ਬਣਾ ਦੀਏ ਕਿ ਉਹ ਆਪ ਦੀ ਪੜ ਸਕੇ ਤੇ ਉਹ ਲੀੜੇ ਨਾਲ گاਹ ਆਪ ਦੀ ਵਧੀਆ ਜ਼ਿੰਦਗੀ ਉਹ ਬਿਜਾਰ ਸਕੇ ਜੀ ਐਉਂ ਨਹੀਂ ਹੋ ਸਕਦਾ ਜੀ ਫਿਰ ਤੁਸੀਂ ਆਪਣੇ ਲੈਵਲ ਤੇ ਆਪਣੇ ਆਂਢ ਗੁਆਣ ਆਪਣੇ ਪਿੰਡ ਦੇ ਚ ਕੀ ਉਪਰਾਲਾ ਕਰ ਰਹੇ ਹੋ ਜੀ ਲੱਗਦਾ ਫੋਨ ਕਾਲ ਕੱਟ ਗਈ ਆ ਮੈਂ ਚਾਹੁੰਦਾ ਸੀ ਕਿ ਦਰਸ਼ਕ ਸਿੱਧੇ ਰੂਪ ਦੇ ਵਿੱਚ ਜੋੜੀਏ ਕਿਉਂਕਿ ਇਹ ਗੱਲ ਸਿਰਫ ਇੱਥੇ ਬੈਠਣ ਨਾਲ ਜਾਂ ਸਾਡੇ ਕਹਿਣ ਨਾਲ ਨਹੀਂ ਹੋਣੀ ਗੱਲ ਤਾਂ ਕਰਨ ਨਾਲ ਹੋਣੀ ਆ ਤੁਹਾਡੀ ਗੱਲ ਬਹੁਤ ਵਧੀਆ ਸੀ ਫੋਨ ਕਾਲ ਲਈ ਸ਼ੁਕਰੀਆ ਮੈਡਮ ਗੱਲ ਕਰ ਰਿਆ ਸੀ ਕਿ ਕਿਉਂ ਨਾ ਅਸੀਂ ਦੂਜੇ ਦੀ ਦੀਵਾਲੀ ਨੂੰ ਹਰੀ ਬਣਾ ਦੀਏ ਖੁਸ਼ੀਆਂ ਵਾਲੀ ਬਣਾ ਦੀਏ ਬੜੀ ਅੱਛੀ ਗੱਲ ਕੀਤੀ ਉਹਨਾਂ ਨੇ ਕੀ ਕਹਿਣਾ ਤੁਸੀਂ ਬਿਲਕੁਲ ਬਿਲਕੁਲ ਸਰ ਦੂਸਰੇ ਦੀਵਾਲੀ ਐਸੀ ਹਰੀ ਕਿਸਾ ਬਣਾ ਸਕਦੇ ਆ ਬੜੀ ਆਸਾਨ ਜਿਆ ਤਰੀਕਾ ਹੈ ਕਿ ਦੇਖੋ ਸਾਡਾ ਅਸੀਂ ਪ੍ਰਦੂਸ਼ਣ ਦੀ ਵੀ ਗੱਲ ਕਰ ਰਹੇ ਆ ਅਸੀਂ ਵਾਤਾਵਰਨ ਦੀ ਵੀ ਗੱਲ ਕੀਤੀ ਅਸੀਂ ਸਾਰੀ ਗੱਲ ਕੀਤੀ ਸਾਰਿਆਂ ਚੀਜ਼ਾਂ ਦਾ ਇੱਕ ਹੱਲ ਹੈ ਕਿ ਅਸੀਂ ਆਪਣੇ ਜਿਹੜੇ ਵੀ ਸਾਡੇ ਦੋਸਤ ਜਿਹੜੇ ਮਿੱਤਰ ਜਿਹੜੇ ਅਫਸਰ ਜਿਨ੍ਹਾਂ ਜਨ ਨੂੰ ਵੀ ਅਸੀਂ ਦੀਵਾਲੀ ਦੀ ਮੁਬਾਰਕਬਾਦ ਦੇਣਾ ਚਾਹੁੰਦੇ ਆ ਜਿਨ੍ਹਾਂ ਨਾਲ ਅਸੀਂ ਖੁਸ਼ੀਆਂ ਸਾਂਝੀਆਂ ਕਰਨਾ ਚਾਹੁੰਦੇ ਆ ਅਸੀਂ ਹਰ ਇੱਕ ਨੂੰ ਇੱਕ ਪੌਦਾ ਇੱਕ ਪlant ਦਈਏ ਇੱਕ ਪੌਦਾ ਐਸਾ ਪੇੜ ਦਾ ਦਈਏ ਜਿਹੜਾ ਫਲਦਾਰ ਹੋਵੇ ਜਿਹੜਾ ਉਹ ਖਾਪੀ ਵੀ ਸਕੇ ਉਹਦੇ ਨਾਲ ਜਿਹੜੀ ਹੈ ਇਹ ਦੀਵਾਲੀ ਜਿਹੜੀ ਹੈ ਮੈਨੂੰ ਲੱਗਦਾ ਜਦ ਤੱਕ ਪੌਦਾ ਰਹੇਗਾ ਤਦ ਤੱਕ ਉਹ ਦੀਵਾਲੀ ਦੀ ਜਿਹੜੀ ਖੁਸ਼ੀ ਹੈ ਉਹ ਵੀ ਸਾਂਝੀ ਹੁੰਦੀ ਰਹੇਗੀ ਤੇ ਲੋਕਾਂ ਦੇ ਨਾਲ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਪ੍ਰਦੂਸ਼ਣ ਨਹੀਂ ਹੋਏਗਾ ਹਰ ਚੀਜ਼ ਦੀ ਔਰ ਕਰਪਸ਼ਨ ਵੀ ਨਹੀਂ ਹੈ ਇਹਦੇ ਵਿੱਚ ਇੱਕ ਪੌਦਾ ਦੇਣਾ ਜਿਹੜਾ ਹੈ ਨਾ ਉਹਦੇ 'ਚ ਬਹੁਤ ਸਸਤਾ ਜਿਹਾ ਇੱਕ ਗਿਫਟ ਹੈ ਪਰ ਉਹਦੇ 'ਚ ਈਮੋਸ਼ਨ ਬਹੁਤ ਜ਼ਿਆਦਾ ਉਹਦੇ 'ਚ ਪਿਆਰ ਹੈ ਉਹਦੇ 'ਚ ਸੂਹਿਰ ਦਿੱਤਾ ਹੈ ਉਹਦੀ ਕੀਮਤ ਬਹੁਤ ਹੈ ਬੇਸ਼ੱਕ ਬੇਸ਼ੱਕ ਅਸੀਂ ਅਸੀਂ ਜਾਗ ਚੁੱਕੇ ਹਾਂ ਸਾਡੇ ਬਹੁਤ ਸਾਰੇ ਦਰਸ਼ਕ ਜਾਗ ਚੁੱਕੇ ਨੇ ਇੱਕ ਆਮ ਜਨਤਾ ਜਿਹੜੀ ਹੈ ਜਾਗ ਚੁੱਕੀ ਹੈ ਰੁੱਖ ਅਸੀਂ ਲਗਾਉਣੇ ਸ਼ੁਰੂ ਕਰ ਦਿੱਤੇ ਆ ਪਰ ਕੀ ਸਾਡੇ ਅੰਦਰ ਉਹ ਅਹਿਸਾਸ ਜਾਗਿਆ ਮੈਡਮ ਜਿਹਦੇ ਨਾਲ ਸਾਨੂੰ ਲੱਗੇ ਕਿ ਇਹ ਰੁੱਖ ਦਾ ਹੀ ਮੈਨੂੰ ਫਾਇਦਾ ਆ ਔਰ ਇੰਨੇ ਵਾਕਿਆ ਨੂੰ ਮੈਂ ਪਾਲਣਾ ਵੀ ਆ ਲਾਉਣ ਤੋਂ ਬਾਅਦ ਨਹੀਂ ਸਰ ਦੇਖੋ ਕੋਸ਼ਿਸ਼ ਤਾਂ ਰੰਗ ਲਿਆਂਦੀਆਂ ਜੀ ਸਮਾਂ ਜ਼ਰੂਰ ਲੱਗਦਾ ਜਿਸ ਤਰ੍ਹਾਂ ਅਸੀਂ ਅੱਜ ਪlant ਲਾਇਆ ਉਸ ਟਾਈਮ ਤੇ ਲੱਗੇਗਾ ਪਰ ਉਹਨੂੰ ਵੇਖ ਕੇ ਲੋਕ ਜਾਗਰੂਤ ਜ਼ਰੂਰ ਹੋ ਰਹੇ ਨੇ ਜੇ ਆਪਾਂ ਕੋਸ਼ਿਸ਼ ਵੀ ਨਾ ਕਰੀਏ ਫਿਰ ਤਾਂ ਅਸੀਂ ਬਿਲਕੁਲ ਅੰਕਾਰ ਵਾਲੇ ਚਲੇ ਜੀ ਤੁਸੀਂ ਜਿਹੜਾ ਪ੍ਰੋਗਰਾਮ ਗ੍ਰੀਨ ਦਿਵਾਲੀ ਦਾ ਕਰ ਰਹੇ ਉਹਦੇ ਵਿੱਚ ਇਸ ਤਰ੍ਹਾਂ ਦੀ ਮੁਹਿੰਮ ਚਲਾਣਿਆ ਤੁਸੀਂ ਬੂਟੇ ਵੰਡਣ ਦੀ ਉਹਦੇ ਬਾਰੇ ਥੋੜਾ ਜਿਆਦਾ ਦੱਸੋ ਤਾਂ ਕਿ ਸਾਡੇ ਜਿਹੜੇ ਦਰਸ਼ਕ ਨੇ ਸੁਣ ਸਕਣ ਬਿਲਕੁਲ ਜੀ ਅਸੀਂ ਕਾਲਜ ਦੇ ਵਿੱਚ ਇਦਾਂ ਕਰੀਦਾ ਹੈ ਕਿ ਹਰ ਇੱਕ ਬੱਚਾ ਹਰ ਇੱਕ ਦੂਸਰੇ ਬੱਚੇ ਨੂੰ ਇੱਕ ਇੱਕ ਪlant ਦਿੰਦਾ ਉਹ ਆਪਸ ਵਿੱਚ ਸ਼ੇਅਰ ਕਰਦੇ ਸਾਡੇ ਜਿਹੜੇ ਵੀ ਅਸੀਂ ਗਿ ਪੌਦੇ ਹੀ ਦਿੰਨੇ ਆ ਪਲਾਂਟ ਹੀ ਦਿੰਨੇ ਆ ਮੰਨ ਲਓ ਜਿਵੇਂ ਕੋਈ ਕੁਝ ਦੋਸਤ ਕਹਿ ਸਕਦੇ ਨੇ ਕਿ ਵੀ ਅਸੀਂ ਫਲੈਟ ਚ ਰਹਨੇ ਆ ਅਸੀਂ ਰੁੱਖ ਨਹੀਂ ਲਗਾ ਸਕਦੇ ਉਹ ਆਪਣੀ ਕਲੋਨੀਜ਼ ਲਗਾ ਸਕਦੇ ਆ ਜਾਂ ਆਪਣੇ ਘਰਾਂ ਦੇ ਵਿੱਚ ਗਮਲਿਆਂ 'ਚ ਲਗਾ ਸਕਦੇ ਨੇ ਤੇ ਇਹ ਜਿਹੜਾ ਮੁਹਿਮ ਹੈਗਾ ਉਹਦਾ ਮੇਨ ਜਿਹੜਾ ਸਾਡੇ ਦੇ ਵਿੱਚ ਆਧਾਰ ਜਿਹੜਾ ਹੈ ਉਹ ਇਹ ਹੀ ਹੈ ਕਿ ਅਸੀਂ ਪ੍ਰਦੂਸ਼ਣ ਨਾ ਕੇਵਲ ਅਸੀਂ ਪ੍ਰਦੂਸ਼ਣ ਨੂੰ ਰੋਕਣਾ ਹੈ ਬਲਕਿ ਅਗਲੇ ਸਾਲਾਂ ਵਾਸਤੇ ਵੀ ਅਸੀਂ ਉਹਨੂੰ ਆਪਣੇ ਵਾਤਾਵਰਣ ਨੂੰ ਬਚਾ ਵਾਤਾਵਰਣ ਨੂੰ ਬਚਾਣਾ ਹੈ ਅਸੀਂ ਆਪਣੇ ਵਾਤਾਵਰਣ ਨੂੰ ਬਚਾ ਜੇ ਜੇ ਗੱਲ ਬੱਚਿਆਂ ਦੀ ਅਸੀਂ ਕਰਦੇ ਆ ਤੇ ਬੱਚਿਆਂ ਨੂੰ ਜਿਵੇਂ ਅਸੀਂ ਦੇਖ ਹੀ ਰਹੇ ਹਾਂ ਫਿਰ ਦੁਬਾਰਾ ਸਕਰੀਨ ਦੇ ਤੇ ਤਸਵੀਰਾਂ ਦੇਖ ਰਹੇ ਹਾਂ ਕਿ ਕਿਵੇਂ ਵੱਖ-ਵੱਖ ਪ੍ਰੋਗਰਾਮਾਂ ਦੇ ਤਹਿਤ ਗ੍ਰੀਨ ਦੀਵਾਲੀ ਮਨਾਉਣ ਦਾ ਜਿਹੜਾ ਸੱਦਾ ਦਿੱਤਾ ਜਾ ਰਿਹਾ ਹੈ ਵੱਖ-ਵੱਖ ਪ੍ਰੋਗਰਾਮ ਉਹ ਲਿਖੇ ਜਾਂਦੇ ਆ ਸਰਕਾਰ ਦੇ ਕੋਲ ਔਰ ਸਕੂਲਾਂ ਕਾਲਜਾਂ ਤੱਕ ਔਰ ਸਮਾਜਿਕ ਪੱਧਰ ਦੇ ਤੇ ਗ੍ਰੀਨ ਦੀਵਾਲੀ ਲਈ ਡੀਸੀ ਸਾਹਿਬ ਜਲੰਧਰ ਚੰਡੀ ਦੇ ਕੇ ਰੈਲੀ ਨੂੰ ਰਵਾਨਾ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਇਹਦੇ ਨਾਲ ਸੁਭਾਵਿਕ ਐ ਇੱਕ ਜਾਗਰੂਕਤਾ ਪੈਦਾ ਹੁੰਦੀ ਐ ਸਾਡੇ ਮੈਡਮ ਬੋਲ ਰਹੇ ਨੇ ਸਕਰੀਨ ਦੇ ਉੱਤੇ ਸੁਭਾਵਕ ਹੈ ਕਿ ਇਹਨਾਂ ਦਾ ਜਿਹੜਾ ਕੰਮ ਮੈਂ ਕਹਿ ਰਿਹਾ ਸੀ ਇਹਨਾਂ ਨੇ ਕਾਫੀ ਸਾਰਾ ਕੰਮ ਕੀਤਾ ਉਹ ਨਜ਼ਰ ਵੀ ਆਇਆ ਸਾਨੂੰ ਕੰਮ ਕਿਉਂਕਿ ਬੱਚਿਆਂ ਦੇ ਨਾਲ ਜੁੜਿਆ ਹੋਇਆ ਹੈ ਬੱਚੇ ਦੇ ਮਨ ਬੜਾ ਸੋਹਲ ਔਰ ਬੜਾ ਕੋਮਲ ਮਨ ਹੈ ਜਿਸ ਤਰ੍ਹਾਂ ਦਾ ਅਸੀਂ ਉਹਨੂੰ ਕਹਿੰਦੇ ਨਾ ਬੱਚੇ ਕੱਚੀ ਮਿੱਟੀ ਹੈ ਜਿਸ ਤਰ੍ਹਾਂ ਦੇ ਅਸੀਂ ਉਹਨਾਂ ਨੂੰ ਬਣਾ ਦੇਾਂਗੇ ਇਹ ਠੀਕ ਹੈ ਕਿ ਉਹ ਬਚਪਨ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਮਨ 'ਚ ਵਿਗਾੜ ਬਹੁਤ ਆ ਚੁੱਕਾ ਕਿਉਂਕਿ ਉਹ ਦੇਖਿਆ ਉਹਨਾਂ ਨੇ ਆਸ-ਪਾਸ ਸਮਾਜ ਤੋਂ ਕਿਵੇਂ ਮੋੜੀਏ ਉਹਨਾਂ ਬੱਚਿਆਂ ਨੂੰ ਨਿੱਕੇ ਨਿੱਕੇ ਬੱਚੇ ਸਿਲੇਬਸ ਕਿੰਨਾ ਕੁ ਮਦਦ ਕਿ ਮੈਂ ਦੀਵਾਲੀ ਪਟਾਕਿਆਂ ਦੀ ਜਗ੍ਹਾ ਤੇ ਕਿਸੇ ਹੋਰ ਤਰ੍ਹਾਂ ਢੰਗ ਨਾਲ ਮਨਾਉਣੀ। ਅਸੀਂ ਕੁਝ ਦਿਨ ਪਹਿਲੇ ਆਪਣੇ ਇੱਥੇ ਇੱਕ ਸੈਮੀਨਾਰ ਕੀਤਾ ਹੈ ਨਹਿਰ ਗਾਰਡਨ ਸਕੂਲ 'ਚ। ਸਾਡੀਆਂ ਬੱਚੀਆਂ ਨੇ ਕਿਹਾ ਕਿ ਸਾਨੂੰ ਪਿਛਲੇ ਸਾਲ ਤੋਂ ਇਹ ਸਟਾਰਟ ਸ਼ੁਰੂ ਹੋਇਆ ਹੈ ਔਰ ਅਸੀਂ ਮੈਡਮ ਕਸਮ ਖਾ ਕੇ ਕਹਿਨੇ ਕਿ ਅਸੀਂ ਕਿਸੇ ਨੇ ਕੋਈ ਦੀਪ ਪਟਾਕਾ ਨਹੀਂ ਚਲਾਇਆ। ਇੱਥੋਂ ਸਾਨੂੰ ਪਤਾ ਲੱਗ ਰਿਹਾ ਕਿ ਸਾਡੇ ਕੀਤੇ ਹੋਏ ਕੰਮ ਦਾ ਅਸਰ ਜਿਹੜਾ ਹੈ ਉਹ ਸਮਾਜ 'ਚ ਜਾ ਰਿਹਾ। ਅੱਛਾ। ਦੂਸਰੇ ਪਾਸੇ ਕਿ ਉਹ ਬੱਚੇ ਹੀ ਜਾ ਕੇ ਬੱਚੇ ਹੀ ਡਿਮਾਂਡ ਕਰਦੇ ਕਿ ਅਸੀਂ ਪਟਾਕੇ ਲੈ ਦੇ। ਹੂੰ। ਜੇ ਉਹ ਬੱਚੇ ਹੀ ਸੋਚ ਲੈਣਗੇ ਕਿ ਅਸੀਂ ਪਟਾਕੇ ਨਹੀਂ ਚਲਾਉਣੇ ਔਰ ਉਹਨਾਂ ਬੱਚਿਆਂ ਨੇ ਕਿਹਾ ਕਿ ਮੈਡਮ ਅਸੀਂ ਰਲ ਕੇ ਕੁਝ ਗਰੀਬ ਬੱਚਿਆਂ ਦਾ ਦਾਖਲੇ ਜੋਗੇ ਪੈਸੇ ਇਕੱਠੇ ਕਰਕੇ ਦੇ ਦਿੰਦੇ ਹਾਂ ਤੇ ਜਿਸ ਤਰ੍ਹਾਂ ਹੁਣੇ ਕਿਸੇ ਆਪਣੇ ਇੱਕ ਦਰਸ਼ਕ ਨੇ ਕਿਹਾ ਸੀ ਕਿ ਇਹ ਕਿਉਂ ਨਾ ਕਿਸੇ ਨੂੰ ਲੀੜੇ ਲੈ ਕੇ ਮੈਨੂੰ ਬੜਾ ਉਹਦਾ ਸ਼ਬਦ ਚੰਗਾ ਲੱਗਾ ਲੀੜੇ ਜਿਹੜੇ ਉਹ ਅਕਸਰ ਪੰਜਾਬੀ ਦੇ ਵਿੱਚ ਵਰਤੇ ਜਾਂਦੇ ਮੈਨੂੰ ਬਹੁਤ ਹੀ ਅੱਛਾ ਲੱਗਾ ਕਿ ਅਜੇ ਵੀ ਕਿਤੇ ਨਾ ਕਿਤੇ ਭਾਸ਼ਾ ਸੁਣ ਕੇ ਇੱਕ ਪੰਜਾਬੀ ਬੋਲੀ ਦੇ ਪ੍ਰਤੀ ਮਾਨ ਮਹਿਸੂਸ ਹੁੰਦਾ ਹੈ ਮੈਨੂੰ ਲੱਗਦਾ ਬਹੁਤ ਕੁਝ ਕਰਨ ਵਾਲਾ ਹੈ ਕਿਉਂਕਿ ਇਹ ਜਿਹੜੇ ਲੀੜੇ ਸ਼ਬਦ ਵਰਤਣ ਵਾਲੇ ਲੋਕ ਹੈ ਜਿਹੜੇ ਮੈਨੂੰ ਬਹੁਤ ਚੰਗਾ ਲੱਗਦਾ ਜਿਹੜੇ ਸੱਚੇ ਸੁੱਚੇ ਮਨ ਦੇ ਹੁੰਦੇ ਹਾਂ ਇਹ ਸੋਲ ਵੀ ਇਹਨਾਂ ਦੀ ਪਿਓਰ ਹੋਏਗੀ ਥੋੜੀ ਜੀ ਅਜੇ ਘਟ ਹੈ ਇਹ ਗਿਣਤੀ ਵਧਾਉਣ ਵਾਸਤੇ ਸਾਡਾ ਉਪ ਗੱਲ ਬੱਚਿਆਂ ਦੀ ਆ ਬੱਚੇ ਤਾਂ ਕਾਬੂ ਚ ਆ ਜਾਣਗੇ ਹੌਲੀ ਹੌਲੀ ਪਰ ਉਹਨਾਂ ਵੱਡਿਆਂ ਦਾ ਕੀ ਕਰੀਏ ਉਹਨਾਂ ਲੀਡਰਾਂ ਦਾ ਕੀ ਕਰੀਏ ਜਿਹੜੇ ਲੱਖਾਂ ਦੀ ਤਦਾਦ ਵਿੱਚ ਲੋਕਾਂ ਨੂੰ ਇਕੱਠੇ ਕਰਦੇ ਆ ਔਰ ਉਹਨਾਂ ਵੱਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਧਮਾਕੇ ਹੁੰਦੇ ਆ ਪਟਾਕੇ ਚੱਲਦੇ ਆ ਔਰ ਸਾਡੀਆਂ ਜਾਨਾਂ ਵੀ ਜਾਂਦੀਆਂ ਕਿਵੇਂ ਕਹੋਗੇ ਉਰ ਤਾਂ ਅਗਵਾਈ ਕਰਨ ਵਾਲੇ ਆ ਉਹਨਾਂ ਨੂੰ ਇਧਰ ਕਿਵੇਂ ਲਿਆਵਾਂਗੇ ਜਿਨ੍ਹਾਂ ਦੇ ਲੀਡਰ ਵੀ ਮਹਾਦੇ ਦੇ ਦੇਖੋ ਜੀ ਇਹਦੇ ਵਿੱਚ ਫੇਰ ਮੈਂ ਦੁਬਾਰਾ ਇਹੀ ਗੱਲ ਕਹਾਂ ਕਿ ਅਸੀਂ ਆਪ ਜਾਗਰੂਕ ਹੋਵਾਂਗੇ ਕਿਉਂਕਿ ਲੀਡਰਾਂ ਨੂੰ ਵੀ ਅਸੀਂ ਚੁੰਦੇ ਆ ਬਿਲਕੁਲ ਹਮ ਬਿਲਕੁਲ ਅਸੀਂ ਇਹ ਸੋਚੀਏ ਅਸੀਂ ਕਿਹੜੇ ਲੀਡਰ ਚੁਣ ਇਹ ਭਾਰਤ ਜਿਹੜਾ ਹੈਗਾ ਇਹ ਜਨਤੰਤਰ ਹੈ ਡੈਮੋਕ੍ਰੇਸੀ ਹੈ ਤੇ ਇਹਦੇ ਵਿੱਚ ਅਸੀਂ ਕਿਹਨਾਂ ਨੂੰ ਲਿਆਣਾ ਹੈ ਜਿਹੜੇ ਸਾਡੇ ਨਾਲ ਚੱਲਣ ਜਿਹੜੇ ਸਾਡੇ ਫਾਇਦੇ ਲਈ ਚੱਲਣਗੇ ਸਾਡੇ ਠੀਕ ਹੈ ਜੀ ਇਹ ਗੱਲਾਂ ਤੇ ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ ਮੇਰਾ ਇਸ਼ਾਰਾ ਸਾਰੇ ਦਰਸ਼ਕ ਤੁਸੀਂ ਵੀ ਸਮਝ ਗਏ ਹੋਗੇ ਮੇਰਾ ਇਸ਼ਾਰਾ ਜਿਹੜੀਆਂ ਕੀਮਤੀ ਜਾਨਾਂ ਪਟਾਕਿਆਂ ਦੇ ਸ਼ੋਰ ਚ ਗਈਆਂ ਉਹਨਾਂ ਵੱਲ ਵਾਰ-ਵਾਰ ਜਾ ਰਿਹਾ ਕਿ ਇਹ ਮੈਡਮ ਨੇ ਬਹੁਤ ਅੱਛੀ ਗੱਲ ਕੀਤੀ ਹੈ ਕਿ ਜੇ ਅਸੀਂ ਜਾਗ ਜਾਈਏ ਤੇ ਸਾਨੂੰ ਕੋਈ ਲੁੱਟ ਨਹੀਂ ਸਕਦਾ ਸਾਨੂੰ ਕੋਈ ਖਤਰਾ ਨਹੀਂ ਹੈ ਇਹਦਾ ਮਤਲਬ ਜੇ ਪਟਾਕਿਆਂ ਦਾ ਸ਼ੋਰ ਹੈ ਪ੍ਰਦੂਸ਼ਣ ਹੈ ਕੁਝ ਵੀ ਹੈ ਉਹਦੇ ਲਈ ਜੇ ਮਠਾਈਆਂ ਨਕਲੀ ਆ ਤਾਂ ਉਹਦੇ ਲਈ ਸਾਨੂੰ ਜਾਗਰੂਕ ਹੋਣਾ ਪੈਣਾ ਅਸੀਂ ਜਾਗ ਜਾਵਾਂਗੇ ਤਾਂ ਸ਼ਾਇਦ ਅਜਿਆ ਕੋਈ ਨਹੀਂ ਹੋ ਸਕੇਗਾ ਜਿੰਨਾ ਤੱਕ ਦੀਵਾਲੀ ਸੁਰੱਖਿਅਤ ਕਰਨ ਦੀ ਗੱਲ ਹੈ ਜੇ ਪਟਾਕੇ ਜਿਵੇਂ ਸੁਪਰੀਮ ਕੋਰਟ ਨੇ ਵੀ ਸਿੱਧਾ ਇਸ ਵਾਰ ਬੰਦ ਨਹੀਂ ਕੀਤਾ ਉਹਦਾ ਸਮਾਂ ਸੀਮਾ ਨਿਰਧਾਰਤ ਕੀਤੀ ਹੈ ਜੀ ਮੈਡਮ ਕਿਵੇਂ ਜੇ ਉਹ ਬੱਚੇ ਚਲਾਉਂਦੇ ਹੀ ਆ ਥੋੜਾ ਬਹੁਤਾ ਇਸ ਤੋਂ ਪਹਿਲੇ ਕਿ ਅਸੀਂ ਕੋਈ ਹੋਰ ਗੱਲ ਕਰੀਏ ਮੇਰੇ ਸੁਪਰੀਮ ਕੋਰਟ ਦੀਆਂ ਜਿਹੜੀਆਂ ਹਦਾਇਤਾਂ ਨਵੀਆਂ ਦਿੱਤੀਆਂ ਗਏਆਂ ਉਹਨਾਂ ਦੇ ਉੱਤੇ ਜ਼ਰੂਰ ਆਪਣੇ ਦਰਸ਼ਕਾਂ ਦੀ ਝਾਤੀ ਮਰਵਾਉਣੀ ਚਾਹਾਂਗੇ ਜੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਦੀਵਾਲੀ ਬਨਾਉਂ ਸੰਬੰਧੀ ਕੁਝ ਜ਼ਰੂਰੀ ਹਦਾਇਤਾਂ ਨੇ ਉਹ ਜ਼ਰੂਰ ਸਾਡੇ ਦਰਸ਼ਕ ਜਿਹੜੇ ਦੇਖਣਗੇ ਤਾਂ ਕਿ ਉਹ ਸੁਪਰੀਮ ਕੋਰਟ ਦਾ ਜੋ ਕੰਮ ਹੈ ਉਹ ਪੂਰਾ ਹੋ ਸਕੇ ਹਾਂਜੀ ਮੈਡਮ ਹਾਂਜੀ ਉਹ ਕਹਿ ਰਹੇ ਜੀ ਕਿ ਸੋਧੇ ਹੋਏ ਅਤੇ ਘੱਟ ਸਮਰੱਥਾ ਵਾਲੇ ਪਟਾਕੇ ਹੀ ਵੇਚੇ ਅਤੇ ਚਲਾਏ ਜਾਣ ਤੇ ਲੜੀਵਾਰ ਪਟਾਕੇ ਜੋ ਕਿ ਇੱਕ ਸਮੇਂ ਨਾਲ ਕਈ ਤਮਾਕੇ ਕਰਦੇ ਹਨ ਉਹਨਾਂ ਨੂੰ ਨਾ ਚਲਾਇਆ ਜਾਵੇ ਦੀਵਾਲੀ ਵਾਲੇ ਦਿਨ ਪਟਾਕੇ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਚਲਾਏ ਜਾਣ ਆਗਲਾਏ ਜਾਣ ਵਾਲੇ ਜਿਹੜੇ ਕੇਂਦਰ ਨੇ ਉਹਨਾਂ ਦੇ 4 ਮੀਟਰ ਦੇ ਦਾਇਰੇ ਦੇ ਵਿੱਚ ਯਾਨੀ ਕਿ 125 ਡੈਸੀਬਲ ਤੋਂ 145 ਡੈਸੀਬਲ ਆਵਾਜ਼ ਪੈਦਾ ਕਰਨ ਵਾਲੇ ਪਟਾਕੇ ਹੀ ਚਲਾਏ ਜਾਣ ਜਿਨ੍ਹਾਂ ਪਟਾਕਿਆਂ ਵਿੱਚ ਆਰਸੈਨਿਕ, ਲੀਥੀਅਮ, ਐਂਟੀਮੋਨੀ, ਲੇਡ ਅਤੇ ਮਰਕਰੀ ਵਰਗੇ ਪਦਾਰਥ ਹੋਣ ਉਹ ਨਾ ਚਲਾਏ ਜਾਣ ਤੇ ਸਕੂਲਾਂ, ਕਾਲਜਾਂ, ਹਸਪਤਾਲਾਂ ਅਤੇ ਧਾਰਮਿਕ ਸੰਸਥਾਵਾਂ ਦੇ 100 ਮੀਟਰ ਦੇ ਦਾਇਰੇ ਵਿੱਚ ਪਟਾਕੇ ਨਾ ਚਲਾਏ ਜਾਣ ਤੇ ਮੈਨੂੰ ਲੱਗਦਾ ਹੈ ਕਿ ਇਹ ਸਾਨੂੰ ਕਮ ਸੇ ਕਮ ਇਨਾਂ ਤੇ ਕਰਨਾ ਹੀ ਚਾਹੀਦਾ ਹੈ ਬਿਲਕੁਲ ਜੀ ਗੱਲ ਜਿਵੇਂ ਕਰ ਰਹੇ ਸੀ ਸਕਰੀਨ ਦੇ ਉੱਤੇ ਅਸੀਂ ਦੇਖਿਆ ਕਿ ਸੁਪਰੀਮ ਕੋਰਟ ਨੇ ਕੁਝ ਬੰਦਨ ਲਗਾਇਆ ਬੰਦਨ ਲਗਾਇਆ ਕੋਸ ਨੂੰ ਹਦਾਇਤਾਂ ਦਿੱਤੀਆਂ ਕਿ ਜੇ ਇਨਾਂ ਬਿਲਕੁਲ 100% ਤੁਸੀਂ ਨਹੀਂ ਰੋਕ ਸਕਦੇ ਤਾਂ ਕਮ ਸਕਮ ਇਨਾਂ ਹਦਾਇਤਾਂ ਦੇ ਉੱਤੇ ਧਿਆਨ ਰੱਖੋ ਤਾਂ ਕਿ ਤੁਹਾਡੀ ਦੀਵਾਲੀ ਜਿਹੜੀ ਹੈ ਖੁਸ਼ੀਆਂ ਵਾਲੀ ਹੋਰ ਸੁਰੱਖਿਅਤ ਰਹਿ ਸਕੇ ਇਹ ਸੁਰੱਖਿਆ ਨਾਲ ਜੁੜਿਆ ਹੋਇਆ ਮਸਲਾ ਸੀਗਾ ਛੋਟੇ ਬੱਚੇ ਜਿਹੜੇ ਦੀਵਾਲੀ ਬਣਾਉਂਦੇ ਆ ਛੋਟੇ ਬੱਚਿਆਂ ਨੂੰ ਕਿਹੜੀਆਂ ਸਾਵਧਾਨੀਆਂ ਲੈਣੀਆਂ ਚਾਹੀਦੀਆਂ ਇੱਕ ਤਾਂ ਸਰ ਸਭ ਤੋਂ ਪਹਿਲੇ ਉਹਨਾਂ ਨੂੰ ਸੂਤੀ ਕੱਪੜੇ ਪਹਿਨਾ ਨਹੀਂ ਚਾਹੀਦੇ ਤੁਸੀਂ ਅਕਸਰ ਸੋਚਿਆ ਹੋਣਾ ਜਿਹੜੇ ਨਾਈਲੋਨ ਵਗੈਰਾ ਵਾਲੇ ਕੱਪੜੇ ਹੁੰਦੇ ਨੇ ਉਹਨੂੰ ਆਪ ਜਿਹੜੀ ਬਹੁਤ ਜਲਦੀ ਪਕੜਦੀ। ਉਹਦੇ ਇਲਾਵਾ ਮੈਂ ਇਹ ਕਵਾਂਗੀ ਕਿ ਥੋੜਾ ਜਿਹਾ ਜਿੱਥੇ ਬੱਚੇ ਪਟਾਕੇ ਚੱਲ ਕੁਝ ਪਾਣੀ ਜ਼ਰੂਰ ਭਰ ਕੇ ਰੱਖੇ। ਜੀ ਕਿਸੇ ਵੇਲੇ ਰੱਬ ਦਾ ਨਾਮ ਕਰੇ ਕੋਈ ਜਹਾਸਾ ਹੋ ਜਾਏ। ਜੀ ਔਰ ਤੀਸਰਾ ਛੋਟੇ ਬੱਚੇ ਨੂੰ ਕਦੇ ਵੀ ਵੱਡਾ ਪਟਾਕਾ ਚਲਾਉਣ ਵਾਸਤੇ ਨਹੀਂ ਦੇਣਾ ਚਾਹੀਦਾ ਕਿਉਂਕਿ ਕੁਝ ਦਿਨ ਪਹਿਲੇ ਇਸ ਤਰ੍ਹਾਂ ਇੱਕ ਬੱਚੇ ਨੇ ਚਲਾਇਆ ਤੇ ਉਹਦੀ ਅੱਖ ਦੇ ਵਿੱਚ ਚਲਾ ਗਿਆ ਸੀ ਔਰ ਉਹਦੀ ਅੱਖ ਡੈਮੇਜ ਹੋ ਗਈ ਸੀ ਕਈ ਵਾਰੀ ਇਹ ਬੱਚਿਆਂ ਦੇ ਕੱਪੜਿਆਂ ਦੇ ਨਾਲ ਲੱਗ ਜਾਂਦੇ ਨੇ ਤੇ ਉਹਦੇ ਚੋਂ ਕੋਈ ਨਾ ਕੋਈ ਨੁਕਸਾਨ ਸੇਤ ਦਾ ਕਰਦੇ ਇਸ ਕਰਕੇ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਪਟਾਕੇ ਦਿਓ ਜਿਹੜੇ ਉਹਨਾਂ ਦੀ ਲਿਮਟ ਦੇ ਵਿੱਚ ਹੋਣ ਆ ਛੋਟੇ ਬੱਚਿਆਂ ਦੀ ਗੱਲ ਅਸੀਂ ਕੀਤੀ ਮੈਡਮ ਨੇ ਬਖੂਬੀ ਦੱਸਿਆ ਸੂਤੀ ਕੱਪੜੇ ਪਾਉਣੇ ਚਾਹੀਦੇ ਆ ਤਾਂ ਕਿ ਬੱਚਾ ਜੇ ਪਟਾਕਾ ਚਲਾਉਂਦਾ ਵੀ ਆ ਉਹਦੀ ਕਮ ਸਿਕਮ ਆਪਣੀ ਜਾਨ ਜਿਹੜੀ ਹੈ ਉਸ ਰੱਖਿਆਤ ਰਹਿ ਸਕੇ ਅ ਲੱਗਦੇ ਹੱਥ ਕਿਉਂਕਿ ਸੁਪਰੀਮ ਕੋਰਟ ਨੇ 2 ਘੰਟੇ ਦਾ ਸਮਾਂ ਦਿੱਤਾ ਹੈ ਦੋਸਤੋ ਜੇ ਸਮਾਂ ਮਿਲ ਵੀ ਗਿਆ ਤਾਂ ਫਿਰ ਵੀ ਸਾਨੂੰ ਸੁਪਰੀਮ ਕੋਰਟ ਰਿਸਪੈਕਟਡ ਬਹੁਤ ਹੀ ਸਤਿਕਾਰਯੋਗ ਹੈ ਔਰ ਉਹਨਾਂ ਨੇ ਇਹ ਸੋਚਿਆ ਕਿ ਸਾਡੇ ਲੋਕ ਇੰਨੀ ਜਲਦੀ ਬਦਲਣ ਵਾਲੇ ਨਹੀਂ ਆ ਉਹਨਾਂ ਨੇ ਕੁਝ ਰੋਕਿਆ ਹੈ ਤੁਹਾਨੂੰ ਸਵਾਦ ਤਾਂ ਹੈ ਕਿ ਜੇ ਸੁਪਰੀਮ ਕੋਰਟ ਨੇ ਰੋਕਿਆ ਤਾਂ ਅਸੀਂ ਉਸ ਤੋਂ ਜ਼ਿਆਦਾ ਰੁੱਕ ਕੇ ਦਿਖਾਈਏ ਅਸੀਂ ਵੀ ਆਪਣੇ ਆਪ ਤੇ ਕੁਝ ਬੰਧਨ ਲਗਾਏ ਕਿ ਅਗਲੇ ਸਾਲ ਤੱਕ ਸੁਪਰੀਮ ਕੋਰਟ ਨੂੰ ਇਸ ਤਰ੍ਹਾਂ ਦੀ ਹਦਾਇਤਾਂ ਜਾਰੀ ਨਾ ਕਰਨੀਆਂ ਪੈਣ ਕਿਉਂਕਿ ਅਸੀਂ ਮਨੁੱਖਤਾ ਨੂੰ ਜਿਉਂ ਜਿਉਂ ਜੋਗੀ ਕਰਨਾ ਹੈ ਜਿਉਂ ਦੇ ਛੱਡਣਾ ਹੈ ਇਹ ਜਨਵਰੀ ਸਾਡੀ ਬਣਦੀ ਹੈ ਮੈਡਮ ਵੱਡੇ ਵੀ ਪਟਾਕੇ ਚਲਾਉਂਦੇ ਆ ਉਹਨਾਂ ਲਈ ਵੀ ਕੋਈ ਸਾਵਧਾਨੀ ਆ ਜ਼ਰੂਰ ਕਿਉਂਕਿ ਕੁਝ ਜੇ ਸਾਰੇ 100% ਲੋਕ ਜਿਹੜੇ ਉਹ ਨਹੀਂ ਸੁਧਰ ਸਕਣਗੇ ਉਹਨਾਂ ਨੇ ਚਲਾਣੇ ਆ ਪਟਾਕੇ ਉਹ ਆਪਣਾ ਔਰ ਆਪਣੇ ਆਂਡ ਗਵਨ ਦਾ ਧਿਆਨ ਕਿਸ ਤਰ੍ਹਾਂ ਰੱਖਣ ਜਿਵੇਂ ਇੱਕ ਹਦਾਇਤ ਵੀ ਆਪਾਂ ਸੁਪਰੀਮ ਕੋਰਟ ਦੀ ਪੜੀ ਹੈ ਬਿਲਕੁਲ ਜੀ ਪਹਿਲਾਂ ਤੇ ਜਿਹੜਾ ਕਿਹਾ ਹੈ ਕਿ ਜਿੰਨੀ ਆਵਾਜ਼ ਡੈਸੀਬਲ ਦਸੀ ਹੈ ਉਹਦੇ ਵਿੱਚ ਹੀ ਇਸ ਚੱਲ ਉਹ ਉਸ ਲਿਮਟ ਚ ਰਹੀ ਹੈ ਦੂਸਰਾ ਹੈ ਕਿ ਸਰੀਰ ਤੋਂ ਦੂਰ ਕਰਕੇ ਚਲਾਇਆ ਜਾਵੇ ਤੇ ਪਟਾਕਿਆ ਨਾ ਖੇਡਿਆ ਨਾ ਜਾਵੇ। ਇਹ ਖੇਡਣ ਵਾਲੀ ਚੀਜ਼ ਨਹੀਂ ਹੈ। ਐ ਸਾਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੀ ਚੀਜ਼ ਡੇਂਜਰਸ ਹੈ ਉਹਨੂੰ ਅਸੀਂ ਉਸੇ ਤਰੀਕੇ ਨਾਲ ਆਪਣਾ ਚਲਾਈਏ। ਤੇ ਜਿਹੜਾ ਸਕੂਲ, ਕਾਲਜ, ਹਸਪਤਾਲਾਂ ਬਦਦਾ ਅਸੀਂ ਖਾਸ ਤੌਰ ਤੇ ਖਿਆਲ ਰੱਖੀਏ। ਹਸਪਤਾਲਾਂ ਦਾ ਖਾਸ ਤੌਰ ਤੇ। ਖਾਲ ਰੱਖੀਏ ਕੋਈ ਬਿਮਾਰ ਹੋਵੇ ਵਿਅਕਤੀ ਉਹਦਾ ਖਿਆਲ ਰੱਖੀਏ ਤੇ ਮੈਨੂੰ ਲੱਗਦਾ ਵੱਡੇ ਜਿਹੜੇ ਵੱਡੇ ਹੈਗੇ ਉਹਨਾਂ ਨੂੰ ਤੇ ਚਲਾਣਾ ਹੀ ਨਹੀਂ ਚਾਹੀਦਾ ਸਰ ਬੱਚਿਆਂ ਦੀ ਤੇ ਜਿਹੜੀ ਗੱਲ ਹੈ ਜਿੱਥੇ ਸ਼ੁਰੂ ਕਰੋਗੇ ਚਲਾਣੇ ਨਹੀਂ ਚਾਹੀਦੇ ਚਲੋ ਕਿ ਬੱਚਿਆਂ ਨੂੰ ਅਸੀਂ ਫੇਰ ਵੀ ਹੋ ਸਕਦਾ ਹੈ ਕਿ ਇੱਕ ਬੱਚਾ ਮਨ ਅਸੀਂ ਜਿਹਨੂੰ ਕਹਿੰਨੇ ਆ ਕਿ ਬਾਲਕ ਮਨ ਹੈ ਉਹਦਾ ਦਿਲ ਕਰ ਗਿਆ ਲੇਕਿਨ ਵੱਡਿਆਂ ਦੀ ਹੁਣ ਸਮਝਦਾਰੀ ਦਾ ਮੌਕਾ ਹੈ ਅਸੀਂ ਆਪਣੀ ਸਮਝਦਾਰੀ ਦਿਖਾਈਏ ਸੋ ਕਿਹਾ ਕਿ ਮੈਂ ਤਾਂ ਕਹਾਂ ਕਿ ਵੱਡਿਆਂ ਨੂੰ ਛੋਟਿਆਂ ਨੂੰ ਸਮਝਾਉਣਾ ਚਾਹੀਦਾ ਹੈ। ਕਿ ਲੇਖਕ ਨੇ ਬਹੁਤ ਵਧੀਆ ਲਿਖਿਆ ਕਿ ਧਰਤੀ ਜਿਸ ਨੂੰ ਮਾਂ ਆਖਦੇ ਤਰਸ ਇਹਦੇ ਤੇ ਖਾਓ ਲੋਕੋ ਇਸ ਦੀ ਮਿੱਟੀ ਹਵਾ ਤੇ ਪਾਣੀ ਗੰਦਗੀ ਤੋਂ ਬਚਾਉ ਲੋਕੋ। ਇਹ ਇਹ ਤਾਂ ਹੀ ਹੋਣਾ ਜੇ ਅਸੀਂ ਸਾਰੇ ਸਮਝਾਂਗੇ ਤਾਂ। ਇੱਕੋ ਕਾਲ ਆਈ ਹੈ ਦਰਸ਼ਕ ਨੇ ਸਾਡੇ ਨਾਲ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜਕੀਸ਼ ਸਿੰਘ ਜੀ ਸਵਾਗਤ ਹੈ। ਹਾਂ ਜੀ ਹਾਂ ਜੀ ਮੈਂ ਜਕੀਸ਼ ਸਿੰਘ ਬੋਲਦਾ ਜੀ ਪਿੰਡ ਕੁਸਲਾ ਜ਼ਿਲ੍ਹਾ ਮਾਨਸਾ ਤੋਂ। ਜੀ। हां जी महाराज मेरी मलवी विनती ये है हेलो जी लगातार काम ਕਰਦੇ ਜਾ ਰਹੇ ਸੀ ਜੀ ਤੁਹਾਨੂੰ ਸੁਣ ਰਹਾ ਸੀ हां जी हां जी ਮੈਂ ਮਲੌਰਟ ਖੋਰੀ ਬਾਰੇ ਗੱਲ ਕਰਦਾ ਜੀ ਜਿਹੜੇ ਮਤਲਬ ਉਹ ਲਾਪਤਾ ਕਰਦੇ ਹੈਗੇ ਨੇ ਮਠਿਆਈਆਂ ਦੇ ਵਿੱਚ ਉਹ ਚੀਜ਼ਾਂ ਦੇ ਵਿੱਚ ਤਿਆਹਾਰਾਂ ਦੇ ਸਮੇਂ ਆ ਕੇ ਜੀ ਉਹਨਾਂ ਨੂੰ ਮਲਵੀ ਬਸ ਇੱਕ ਸਖਤ ਕਾਨੂੰਨ ਹੋਣਾ ਚਾਹੀਦਾ ਦੇਖੋ ਜੇ ਕੋਈ ਇੱਕ ਬੰਦਾ ਕਤਲ ਕਰਦਾ ਹੈਗਾ ਜੀ ਇੱਕ ਉਹਦੇ 302 ਦਾ ਮੁਕੱਦਮਾ ਹੋ ਜਾਂਦਾ ਉਹਨੂੰ ਫਾਂਸੀ ਵੀ ਹੋ ਜਾਂਦੀ ਹੈ ਉਹਦੇ ਵਿੱਚ ਨੇ ਸਜ਼ਾ ਵੀ ਹੋ ਜਾਂਦੀ ਹੈ 20-20 ਸਾਲ ਦੀ ਉਮਰ ਕਾਇਆ ਜਾਂਦੀ ਹੈ ਜਿਹੜੇ ਲੋਕ ਮਲਾਦਾ ਕਰਦੇ ਨੇ ਉਹ ਕਿੰਨੀਆਂ ਜਾਨਾਂ ਲੈਂਦੇ ਨੇਗੇ ਸਾਡੇ ਸਮਾਜ ਦੇ ਵਿੱਚ ਜੀ ਬਿਲਕੁਲ ਉਹ ਦੇਖੋ ਇੱਕ ਕਿੰਨੇ ਪਤਾ ਨਹੀਂ ਲੋਕ ਬਿਮਾਰ ਹੁੰਦੇ ਨੇ ਫਿਰ ਉਹਨਾਂ ਦੀਆਂ ਮੌਤਾਂ ਹੁੰਦੀਆਂ ਨਹੀਂ ਆ ਉਹਨਾਂ ਵਾਸਤੇ ਇਹੋ ਜਿਹਾ ਕਾਨੂੰਨ ਕਿਉਂ ਨਹੀਂ ਹੁੰਦਾ ਹੈਗਾ ਉਹਨਾਂ ਵਾਸਤੇ ਵੀ ਮੈਂ ਕਹਿੰਦਾ ਜਿਹੜੇ ਮਲਾਦਕੋਰ ਨੇ ਉਹਨਾਂ ਦੇ ਉੱਤੇ 302 ਦਾ ਮੁਕੱਦਮਾ ਹੋਣਾ ਚਾਹੀਦਾ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਣਾ ਚਾਹੀਦਾ ਇਸ ਤਰ੍ਹਾਂ ਕਤਲ ਦਾ ਕੇਸ ਉਨਨ ਸੇ ਪੁੱਛਣਾ ਚਾਹੀਦਾ ਕਿ ਕਿੰਨੀ ਜਾਨਾਂ ਦੇ ਉਹ ਮਤਲਬ ਹੀ ਦੁਸ਼ਮਣ ਬਣਦੇ ਹੈਗੇ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਾਲ ਲਈ ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ ਅਸੀਂ ਇਹਨਾਂ ਗੱਲਾਂ ਤੇ ਵੈਸੇ ਥੋੜੀ ਥੋੜੀ ਚਰਚਾ ਕਰ ਚੁੱਕੇ ਹਾਂ ਕਾਨੂੰਨ ਆਪਣਾ ਕੰਮ ਕਰਦਾ ਹੈ ਕਾਨੂੰਨ ਦੀ ਕਾਰਗੁਜ਼ਾਰੀ ਕਦੇ ਲੰਬੀ ਹੋ ਜਾਂਦੀ ਹੈ ਪਰ ਬਚਣ ਵਾਲੇ ਹੋਰ ਵੀ ਬਹੁਤ سارے ਤਰੀਕੇ ਵਰਤ ਕੇ ਬਚ ਵੀ ਜਾਂਦੇ ਆ ਗੱਲ ਜੇ ਮੈਂ ਇਹ ਸਵਾਲ ਤੁਹਾਡਾ ਮੈਡਮ ਤੱਕ ਲੈ ਕੇ ਜਾਣਾ ਉਹਨਾਂ ਨੇ ਫਿਰ ਕਿਹਾ ਕਿ ਅਸੀਂ ਸੁਚੇਤ ਕਿਉਂ ਨਹੀਂ ਹੁੰਦੇ ਗੱਲ ਸਾਡੇ ਤੇ ਫਿਰ ਆ ਕੇ ਖੜਨੀ ਹੈ ਇਸ ਕਰਕੇ ਇਸ ਗੱਲ ਨੂੰ ਇੱਥੇ ਹੀ ਵਿਰਾਮ ਦਿੰਨੇ ਆ ਬਹੁਤ ਅੱਛੀ ਗੱਲ ਕੀਤੀ ਤੁਸੀਂ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਾਲ ਦੇ ਲਈ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਪਰ ਅਸੀਂ ਮਕਸਦ ਸਾਡਾ ਇਹ ਹੈ ਕਿ ਦੀਵਾਲੀ ਨੂੰ ਗ੍ਰੀਨ ਕਿਵੇਂ ਬਣਾਈਏ ਹਰੀ ਕਿਵੇਂ ਬਣਾਈਏ ਉਹਦੇ ਲਈ ਤੁਸੀਂ ਹੋਰ ਕੀ ਐਡ ਕਰਨਾ ਜਿਵੇਂ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਆ ਐਨ ਜੀਓਜ਼ ਹੈਗੀਆਂ ਇਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਔਰ ਦੋ ਸੰਦੇਸ਼ ਮਿਲੇ ਜਿਵੇਂ ਬੂਟੇ ਵੰਡੇ ਜਾਂਦੇ ਆ ਇਸ ਤਰ੍ਹਾਂ ਦਾ ਕੀ ਕੀਤਾ ਜਾ ਸਕਦਾ ਹੈ ਅ ਜਿਸਾ ਪ੍ਰਵੀਨ ਜੀ ਕੰਮ ਕਰ ਹੀ ਰਹੇ ਨੇ ਇਹਨਾਂ ਦੀ ਸੰਸਥਾਵਾਂ ਬਹੁਤ ਅੱਛਾ ਕੰਮ ਕਰ ਰਹੀਆਂ ਨੇ ਕਾਲਜ ਸਕੂਲ ਕੰਮ ਕਰ ਰਹੇ ਨੇ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵਧਾਈ ਦਾ ਪਾਤਰ ਹੈ ਉਹਨਾਂ ਨੇ ਡੀਸੀ ਸਾਹਿਬ ਨੇ ਬਹੁਤ ਅੱਛਾ ਕੰਮ ਕੀਤਾ ਹੈ ਸਾਡੇ ਡਿਸਟ੍ਰਿਕਟ ਦੇ ਵਿੱਚ ਜੀ ਜੀ ਤੇ ਇਸੇ ਤਰ੍ਹਾਂ ਜਿਹਨੀਆਂ ਧਾਰਮਿਕ ਸੰਸਥਾਵਾਂ ਵੀ ਹੈ ਕਿਉਂਕਿ ਦੀਵਾਲੀ ਜਿਹੜੀ ਹੈ ਉਹ ਧਰਮ ਦੇ ਨਾਲ ਜੁੜਿਆ ਹੋਇਆ ਤਿਹਾੜ ਹੈ ਜੇ ਧਾਰਮਿਕ ਸੰਸਥਾਵਾਂ ਦੇ ਵਿੱਚ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾਏਗਾ ਤੇ ਲੋਕ ਉਹਨੂੰ ਜ਼ਿਆਦਾ ਸੀਰੀਅਸਲੀ ਲੈਣਗੇ ਉਹ ਜ਼ਿਆਦਾ ਚੰਗੀ ਤਰ੍ਹਾਂ ਸਮਝਣਗੇ ਬਿਲਕੁਲ ਉਹਨਾਂ ਸਭ ਨੂੰ ਅੱਗੇ ਆਣਾ ਚਾਹੀਦਾ ਹੈ ਕਿਉਂਕਿ ਅਸਲ ਵਿੱਚ ਇਹ ਗੱਲ ਗ੍ਰੀਨ ਦੀਵਾਲੀ ਦੀ ਇੱਕ ਦਿਨ ਦੀ ਜਾਂ ਨਹੀਂ ਹੈਗੀ ਇਹ ਸਾਡੀ ਐਗਜ਼ਿਸਟੈਂਸ ਦੀ ਗੱਲ ਹੈ ਜੇ ਅਸੀਂ ਜੀਣਾ ਚਾਹੁੰਦੇ ਹਾਂ ਜੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਦਾ ਧਰਤੀ ਸਾਨੂੰ ਮਿਲੀ ਅੱਗੇ ਅਸੀਂ ਵੀ ਆਪਣੇ ਜਿਹੜੇ ਆਉਣ ਵਾਲੀਆਂ ਜਨਰੇਸ਼ਨਸ ਆ ਉਹਨਾਂ ਨੂੰ ਦੇਖ ਕੇ ਜਾਈਏ ਤੇ ਸਾਨੂੰ ਹਰੀ ਦੀਵਾਲੀ ਹਰੀ ਹੋਲੀ ਹਰੀ ਹਰ ਤਿਹਾੜ ਜਿਹੜਾ ਹੈ ਉਹ ਹਰਿਆਲੀ ਵਾਲ ਸਰ ਨੂੰ ਚਲਾਣਾ ਪਏਗਾ ਅਦਰਵਾਇਸ ਮਨ ਦੇ ਮਨ ਦੇ ਵਿੱਚ ਇਹ ਗੱਲ ਲੈ ਕੇ ਚਲਣੀ ਪਏਗੀ ਕਿ ਅਸੀਂ ਸਾਡੀ ਜਿਹੜੀ ਮਾਨਵਤਾ ਹੈ ਉਹ ਖਤਰੇ ਦੇ ਵਿੱਚ ਹੈ ਖਤਰੇ ਦੇ ਵਿੱਚ ਚਾਚੀ ਬਿਲਕੁਲ ਅਸੀਂ ਜੇ ਅਸੀਂ ਦੇਖੀਏ ਤੇ ਜਿਹੜਾ ਜਿਹਨੂੰ ਕਹਿੰਦੇ ਕਿ ਟਿਕਟੋਕ ਟਿਕਟੋਕ ਜਿਹੜਾ ਬੰਬ ਹੈਗਾ ਇਸ ਵੇਲੇ ਬਿਲਕੁਲ ਉਸ ਪੁਆਇੰਟ ਤੇ ਪਹੁੰਚ ਚੁੱਕਾ ਹੈ ਕਿ ਜਦ ਜੇ ਅਸੀਂ ਹੁਣ ਨਹੀਂ ਰੁਕੇ ਤਾਂ ਫਿਰ ਸਾਡਾ ਵਿਨਾਸ਼ ਜਿਹੜਾ ਹੈ ਉਹ ਨਿਸ਼ਚਿਤ ਹੈ ਇਹ ਸਾਨੂੰ ਮੰਨ ਲੈਣਾ ਚਾਹੀਦਾ ਬੜੀ ਅੱਛੀ ਗੱਲ ਕੀਤੀ ਹੈ ਕਿ ਜਿਵੇਂ ਟਾਈਮ ਬੰਬ ਦੀ ਟਿਕ 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 ਸ਼ੁਰੂ ਹੋ ਗਿਆ ਤੇ ਸਾਡੇ ਲਈ ਇਹ ਪ੍ਰਦੂਸ਼ਣ ਜਾਂ ਹੋਰ ਜਿਹੜੀਆਂ ਸਮੱਸਿਆਵਾਂ ਤਿਹਾਰਾਂ ਨਾਲ ਜੁੜੀਆਂ ਇਹ ਸਾਡੇ ਲਈ ਸਾਨੂੰ ਸੁਚੇਤਤਾ ਕਰ ਦਿੱਤਾ ਹੈ ਇਹਨਾਂ ਨੇ ਅਸੀਂ ਸੁਚੇਤ ਹੋ ਗਏ ਹਾਂ ਬਸ ਅਸੀਂ ਅਜੇ ਸੁਧਾਰ ਵਾਲੇ ਪਾਸੇ ਨੂੰ ਤੁਰੇ ਹੀ ਹਾਂ ਇਸ ਤੇਜ਼ ਇਸ ਚਾਲ ਨੂੰ ਹੋਰ ਤੇਜ਼ ਕਿਵੇਂ ਕੀਤਾ ਜਾਵੇ ਮੈਡਮ ਮੈਂ ਕਹਿੰਨੀ ਹਾਂ ਕਿ ਸਭ ਤੋਂ ਬੈਸਟ ਕ੍ਰिएशन ਜਿਹੜੀ ਹੈ ਕੁਦਰਤ ਦੀ ਉਹ ਇਨਸਾਨ ਹੈ ਤੇ ਜੇ ਇਨਸਾਨ ਹੀ ਆਪਣੇ ਬਾਰੇ ਨਹੀਂ ਸੋਚੇਗਾ ਕੁਦਰਤ ਨੇ ਕਿੰਨਾ ਬੈਲੈਂਸ ਕੀਤਾ ਕਿ ਐਨੇ ਪੇੜ ਪੌਦੇ ਲਗਾਏ ਕਿ ਉਹ ਕਾਰਬਨ ਡਾਈਆਕਸਾਈਡ ਲੈਣਗੇ ਤੇ ਇਹਨਾਂ ਨੂੰ ਆਕਸੀਜਨ ਦੇਣਗੇ ਕਿੰਨਾ ਬੈਲੈਂਸ ਕੀਤਾ ਉਸ ਦੇ ਵਿੱਚ ਅਸੀਂ ਸਾਹ ਲੈਨੇ ਆ ਜਿੰਦੇ ਆ ਔਰ ਅਸੀਂ ਉਸ ਨੂੰ ਬਦਸੂਰਤ ਕਰ ਰਹੇ ਹਾਂ ਚਾਹੇ ਕੋਈ ਪ੍ਰਾਲੀ ਜਗਾ ਰਿਹਾ ਚਾਹੇ ਕੋਈ ਪਟਾਕੇ ਚਲਾ ਰਿਹਾ ਚਾਹੇ ਕੋਈ ਹੋਰ ਤਰ੍ਹਾਂ ਦਾ ਕਿਸੇ ਤਰ੍ਹਾਂ ਵੀ ਪ੍ਰਦੂਸ਼ਣ ਫਲਾ ਰਿਹਾ ਇੱਕ ਤਾਂ ਸਾਡੇ ਅੱਜਕੱਲ ਇੰਨੇ ਵਹੀਕਲਸ ਹੋ ਗਏ ਨੇ ਉਹਨਾਂ ਨਾਲ ਲੈਣਾ ਜ਼ਿਆਦਾ ਪ੍ਰਦੂਸ਼ਣ ਫੈਲ ਰਿਹਾ ਉਸ ਤੋਂ ਅਸੀਂ ਜਾਗਰੂਕ ਨਹੀਂ ਹੋ ਰਹੇ ਤੇ ਇਹ ਕਿਤੇ ਨਾ ਕਿਤੇ ਅਸੀਂ ਆਪਣੇ ਨੁਕਸਾਨ ਜਿਹੜੇ ਆਪਣੇ ਕਹਿੰਦੇ ਮੌਤ ਦਾ ਖੂਆ ਸੀ ਆਪ ਖੋਲ੍ਹ ਰਹੇ ਹਾਂ ਇਸ ਤੋਂ ਸਾਨੂੰ ਬਚਣਾ ਚਾਹੀਦਾ ਉਹਦੇ ਬਚਣ ਵਾਸਤੇ ਸਭ ਤੋਂ ਵੱਡਾ ਸਾਧਨ ਹੈ ਜੇ ਮੈਡਮ ਵਾਲੀ ਗੱਲ ਕਿ ਅਸੀਂ ਆਪਣੇ ਘਰ ਘਰ ਜਾਗਣਾ ਜੇ ਅਸੀਂ ਪਟਾਕੇ ਨਹੀਂ ਚਲਾਏ ਜੇ ਅਸੀਂ ਮ ਮਨਾਰਟੀ ਮਠਿਆਈਆਂ ਨਹੀਂ ਲਿਆਏ ਤੇ ਨੈਕਸਟ ਟਾਈਮ ਲੋਕਾਂ ਨੂੰ ਸੋਚਣਾ ਪਏਗਾ ਕਿ ਇਹ ਮਠਿਆਈਆਂ ਨਹੀਂ ਬਣਾਈਆਂ ਜਾਣਗੀਆਂ ਇਸ ਤਰ੍ਹਾਂ ਦੀ ਇਹ ਸੋਚਣਾ ਪਏਗਾ ਕਿ ਇਹ ਪਟਾਕੇ ਨਹੀਂ ਐਰਕੀ ਵਿਕੇ ਸਾਨੂੰ ਕੋਈ ਕੰਮ ਬਦਲਣਾ ਪਏਗਾ ਇਹਦਾ ਮਤਲਬ ਕਿ ਜਿਹੜਾ ਕੰਜ਼ਿਊਮ ਕੰਜ਼ਿਊਮਰ ਹੈ ਉਹ ਜਾਗੇਗਾ ਤੇ ਤਦ ਇਹ ਸਾਡਾ ਕੁਝ ਤੇ ਨਾ ਕਿਤੇ ਪਲਾ ਹੋਵੇਗਾ ਦੂਸਰਾ ਇਹ ਵੀ ਜਿਸ ਤਰ੍ਹਾਂ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਵੱਧ ਤੋਂ ਵੱਧ ਪਾਣੀ ਦੀ ਬਚਤ ਕੀਤੀ ਜਾਏ ਤਾਂ ਕਿ ਇਹ ਪਾਣੀ ਜਿਹੜਾ ਹੈ ਉਹ ਪੌਦਿਆਂ ਦੇ ਕੰਮ ਆਵੇ ਅਸੀਂ ਜਿਹੜਾ ਮਿਸਯੂਜ਼ ਕਰ ਲੈਨੇ ਆ ਉਹ ਵੀ ਕਿਤੇ ਨਾ ਕਿਤੇ ਅਸੀਂ ਆਪਣਾ ਨੁਕਸਾਨ ਕਰਦੇ ਆ ਤੇ ਉਸ ਪਾਣੀ ਨੂੰ ਬਚਾ ਕੇ ਪੌਦਿਆਂ ਨੂੰ ਦਿੱਤਾ ਜਾਏ ਔਰ ਪੌਦਿਆਂ ਨੂੰ ਸਿਰਫ ਲਾਇਆ ਨਾ ਜਾਏ ਜੀ ਉਸ ਨੂੰ ਪਾਲਿਆ ਜਾਏ ਪਾਲਿਆ ਜਾਏ ਪਾਲਿਆ ਜਾਏ ਉਸ ਦੀ ਦੇਖਭਾਲ ਕੀਤੀ ਜਾਏ ਔਰ ਇਹ ਤੇ ਚੇਹ ਨਹੀਂ ਅੱਜ ਪ੍ਰਸ਼ਾਸਨ ਬਹੁਤ ਜਾਗਰੂਕ ਹੈ ਅੱਜ ਐਨਜੀਓ ਬਹੁਤ ਕੰਮ ਕਰ ਰਹੀਆਂ ਜੇ ਸਰਕਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਹੀਂ ਅਸੀਂ ਵੀ ਭਾਰਤ ਦੇ ਨਾਗਰਿਕਾਂ ਕੁਛ ਨਾ ਕੁਛ ਸਾਡੀਆਂ ਵੀ ਜ਼ਿੰਮੇਵਾਰੀਆਂ ਸਾਨੂੰ ਵੀ ਉਹ ਜ਼ਿੰਮੇਵਾਰੀਆਂ ਨੂੰ ਪਛਾਣਨਾ ਪਏਗਾ ਕਿ ਇਹ ਜਿਹੜੇ ਪਿਆਰੇ ਐਡੇ ਤਿਉਹਾਰ ਸਾਡੇ ਵਾਸਤੇ ਸਾਡੀ ਸਭਿਤਾ ਨੇ ਸਾਡੀ ਸੰਸਕ੍ਰਿਤੀ ਨੇ ਮਨਾਏ ਨੇ ਇਹਨਾਂ ਨੂੰ ਜ਼ਿੰਦਾ ਰੱਖਣ ਵਾਸਤੇ ਇਹਨਾਂ ਨੂੰ ਖੁਸ਼ਹਾਰ ਰੱਖਣ ਵਾਸਤੇ ਅਸੀਂ ਕਿਸ ਤਰ੍ਹਾਂ ਦੇ ਕਦਮ ਚੁੱਕੀ ਤੇ ਸਾਡੇ ਗ੍ਰੀਨ ਦੀਵਾਲੀ ਸੰਬੰਧਿਤ ਜਿਹੜੇ ਇਹਨਾਂ ਨੇ ਕਿਹਾ ਕਿ ਪੌਦੇ ਦਈਏ ਪੌਦੇ ਲਗਾਈਏ ਔਰ ਘਟ ਤੋਂ ਘਟ ਪਟਾਕੇ ਜਲਾਈਏ ਇਹੀ ਕੁਝ ਸਟੈਪਸ ਹੋਣਗੇ ਜਿਹੜੇ ਸਾਨੂੰ ਅੱਛੀ ਤਰ੍ਹਾਂ ਤੋਂ ਹਾਰ ਬਣਾ ਦੇ ਜਿਵੇਂ ਅਸੀਂ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਸਾਨੂੰ ਸਾਡੇ ਬਜ਼ੁਰਗਾਂ ਨੇ ਸਾਨੂੰ ਸਾਡੇ ਵਡੇਰਿਆਂ ਨੇ ਸਾਫ਼ ਪਾਣੀ ਸਾਫ਼ ਹਵਾ ਸਾਫ਼ ਧਰਤੀ ਜਿਹੜੀ ਸਾਨੂੰ ਦਿੱਤੀ ਹੈ ਉਹਨੂੰ ਪਲੀਤ ਕਰਨ ਦੇ ਵਿੱਚ ਜੇ ਅਸੀਂ ਯੋਗਦਾਨ ਪਾਇਆ ਤਾਂ ਫਿਰ ਪਿੱਛੇ ਵੀ ਸਾਨੂੰ ਮੁੜਨਾ ਪੈਗਾ ਉਹਨੂੰ ਸੁਧਰਨ ਵਾਲੇ ਪਾਸੇ ਉਹਨੂੰ ਸੁਧਾਰਨ ਵਾਲੇ ਪਾਸੇ ਵੀ ਅਸੀਂ ਤੁਰਨਾ ਰੁੱਖ ਲਾਉਣ ਦੀ ਗੱਲ ਕੀਤੀ ਗਈ ਹੈ ਰੁੱਖਾਂ ਨੂੰ ਪਾਲਣ ਦੀ ਗੱਲ ਕੀਤੀ ਗਈ ਹੈ ਜਿਵੇਂ ਬੱਚੇ ਆ ਬਚਪਨ ਤੋਂ ਹੀ ਉਹਨਾਂ ਨੂੰ ਜਿਵੇਂ ਸਾਡੇ ਜੇ ਧਾਰਮਿਕ ਗ੍ਰੰਥਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤੁ ਮਹਾਤਾ ਸੀ ਕਹਿ ਚੁੱਕੇ ਆ ਅਸੀਂ ਪੜਦੇ ਆ ਪਰ ਮੰਦੇ ਨਹੀਂ ਆ ਮੰਦੇ ਨਹੀਂ ਕਦੋਂ ਅਸੀਂ ਪਵਨ ਗੁਰੂ ਨੂੰ ਗੁਰੂ ਬਨਾਂਗੇ ਕਦੋਂ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਪਵਨ ਨੂੰ ਅਸ਼ੁੱਧ ਕਰ ਰਹੇ ਆ ਬਿਲਕੁਲ ਬਿਲਕੁਲ ਕਦੋਂ ਅਸੀਂ ਪਾਣੀ ਦੀ ਸੰਭਾਲ ਕਰਾਂਗੇ ਕਦੋਂ ਅਸੀਂ ਆਪਣੀ ਧਰਤੀ ਨੂੰ ਜਿਹੜਾ ਹੈ ਬਚਾਵਾਂਗੇ ਜੇ ਅਸੀਂ ਗੁਰਬਾਣੀ ਨੂੰ ਮੰਨਣਾ ਹੈ ਤਾਂ ਹੀ ਇਹ ਜਿਹੜਾ ਸੁਧਾਰ ਹੋਣਾ ਹੈ ਇੱਕ ਗ੍ਰਹਿਣੀ ਵਜੋਂ ਮੈਂ ਮੈਡਮ ਜਾਨਣਾ ਚਾਹੁੰਨਾ ਤੁਹਾਡੇ ਕੋਲੋਂ ਕਿ ਇਹ ਜਿਹੜਾ ਘਰ ਦੇ ਵਿੱਚ ਤਿਉਹਾਰ ਸੀ ਜਿਵੇਂ ਪਹਿਲਾਂ ਤਾਂ ਦੀਵੇ ਵੀ ਸੁਣਿਆ ਕਿ ਲੋਕ ਘਰਾਂ ਚ ਆਪ ਬਣਾਉਂਦੇ ਸੀ ਮਿੱਟੀ ਦੇ ਬਣਾਉਂਦੇ ਸੀ ਚਲੋ ਜੇ ਇੱਥੋਂ ਤੱਕ ਸਾਡੀ ਸੱਭਿਆਤਾ ਥੋੜਾ ਵਿਕਾਸ ਕਰ ਗਈ ਜਾਂ ਕੁਝ ਗਰੀਬ ਤਬਕੇ ਦੇ ਲੋਕ ਅਜੇ ਵੀ ਇਹ ਮਿਹਨਤੀ ਲੋਕੇ ਕੰਮ ਕਰਦੇ ਆ ਸਾਨੂੰ ਉਹਨਾਂ ਬਾਰੇ ਵੀ ਇੱਕ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਰੋਜ਼ੀ ਰੋਟੀ ਜਿਹੜੀ ਹੈ ਇਸ ਦੀਵਾਲੀ ਦੇ ਨਾਲ ਚੱਲਦੀ ਹੈ ਕੀ ਕਹੋਗੇ ਮੈਂ ਕਹਿੰਦਾ ਸਿੱਧੇ ਰੂਪ ਚ ਸੰਦੇਸ਼ ਜੋਜੀ ਕਿ ਜਿਹੜਾ ਬਾਜ਼ਾਰੀ ਜਾਂ ਚਾਈਨੀ ਜਾਂ ਹੋਰ ਮਾਲ ਆ ਰਿਹਾ ਹੈ ਉਹਦੀ ਬਜਾਏ ਅਸੀਂ ਆਪਣੇ ਜਿਹੜੇ ਕਾਰੀਗਰ ਹੈ ਸਾਡੇ ਦੇਸ਼ ਦੇ ਜਿਹੜੇ ਹੱਥ ਦੇ ਕਿਰਤੀ ਐ ਉਹਨਾਂ ਦੀ ਕਿਰਤ ਨੂੰ ਕਿਉਂ ਨਾ ਚਾਰ ਚੰਨ ਲਾਇਆ ਜਾਣ ਕੀ ਕਹੋ ਦੇਖੋ ਬਿਲਕੁਲ ਸਰ ਜਿਹੜਾ ਸਾਡਾ ਆਪਣਾ ਜਿਹੜਾ ਸਾਡਾ ਇੱਕ ਇੱਕ ਕਲਚਰ ਹੈ ਸਾਡੀ ਸੰਸਕ੍ਰਿਤੀ ਹੈ ਸਾਡੇ ਲੋਕ ਦੀਵੇ ਬਣਾਉਂਦੇ ਨੇ ਉਹ ਵੀ ਜਦੋਂ ਆਪਾਂ ਉਹਨਾਂ ਕੋਲੋਂ ਦੀਵਾ ਖਰੀਦਦੇ ਹਾਂ ਤੇ ਉਹ ਦੀਵੇ ਦੇ ਨਾਲ ਦੋ ਘਰ ਰਸਟਾਉਂਦੇ ਨੇ ਇੱਕ ਤੇ ਜਿੱਥੇ ਦੀਵਾ ਜਲਦਾ ਹੈ ਤੇ ਦੂਸਰਾ ਜਿੱਥੋਂ ਅਸੀਂ ਖਰੀਦਿਆ ਉਹਦੇ ਘਰ ਕੋਈ ਖਾਣ ਨੂੰ ਜਾਂਦਾ ਇਸ ਤਰ੍ਹਾਂ ਦੀ ਜਿਹੜੇ ਅਸੀਂ ਦੀਵਾਲੀ ਮਨਾਵਾਂਗੇ ਤੇ ਮੈਨੂੰ ਲੱਗਦਾ ਹੈ ਕਿ ਉਹ ਖੁਸ਼ਹਾਲੀ ਲਿਆਏਗੀ ਦੂਸਰੀ ਗੱਲ ਇਹ ਹੈ ਕਿ ਉਹਦੇ ਵਿੱਚ ਪੈਸੇ ਵੀ ਘਟ ਲੱਗਦੇ ਨੇ ਜੀ ਉਹਦੇ ਵਿੱਚ ਖੁਸ਼ੀ ਵੀ ਜ਼ਿਆਦਾ ਹੈ ਉਹਦੇ ਵਿੱਚ ਰੌਸ਼ਨੀ ਵੀ ਹੋ ਗਈ ਹੂੰ ਠੀਕ ਹੈ ਤੇ ਇਹ ਸਾਰੀਆਂ ਜੀਜ਼ਾਂ ਜਿਹਦੇ ਵਿੱਚ ਆ ਗਈਆਂ ਤੇ ਦੀਵਾਲੀ ਦੀਵਾਲੀ ਦਾ ਜਿਹੜਾ ਦੀਪਾਵਲੀ ਵੀ ਹੋ ਗਈ ਤੇ ਅਸੀਂ ਦੀਪ ਵੀ ਜਲਾ ਲਿੱਤੇ ਇਹ ਜਿਹੜਾ ਮੈਸੇਜ ਤੁਸੀਂ ਕਹਿ ਰਹੇ ਹੋ ਕਿ ਦੀਪ ਚਲਾਓ ਦੀਪ ਖਰੀਦੋ ਤੇ ਜਿਹੜਾ ਕੋਈ ਟੋਕਰੀ ਲੈ ਕੇ ਬੈਠਾ ਹੋਇਆ ਹੈ ਰਸਤੇ ਦੇ ਵਿੱਚ ਉਹਦੇ ਕੋਲੋਂ ਖਰੀਦੋ ਬਿਲਕੁਲ ਤਾਂ ਕਿ ਉਹਦੀ ਵੀ ਦੀਵਾਲੀ ਅੱਛੀ ਹੋਵੇ ਬਿਲਕੁਲ ਹੋਰ ਕਹਿਣਾ ਚਾਹਾਂਗੀ ਕਿ ਉੱਥੇ ਫਿਰ ਇਹ ਨਾ ਕਹੋ ਕਿ ਵੀ ਤੂੰ ਮੈਨੂੰ 2 ਰੁਪਏ ਕੱਟ ਕੱਢ ਲਏ ਉਹਦੀ ਭਾਵਨਾ ਉਹਨੂੰ ਮਹਿਸੂਸੀ ਕਰਨਾ ਚਾਹੀਦਾ ਉਹਨੂੰ ਕਰ ਅਸੀਂ ਸਭ ਰਲ ਕੇ ਦੀਵਾਲੀ ਮਨਾਈਏ ਦੋਸਤੋ ਇਹਦੇ ਵਿੱਚ ਗੱਲ ਇਹ ਹੈ ਕਿ ਉਹ ਦੀਵੇ ਜਗਾਉਣੇ ਔਰ ਬਾਜ਼ਾਰ ਦਾ ਜਿਹੜਾ ਰੈਡੀਮੇਡ ਸਮਾਨ ਵਰਤਣਾ ਜਿਹੜਾ ਉਹ ਪ੍ਰਦੂਸ਼ਣ ਪੈਦਾ ਕਰਦਾ ਔਰ ਘਰ ਜਿਹੜੇ ਦੇ ਅਸੀਂ ਦੇਸੀ ਘਿਓ ਦੇ ਜਾਂ ਦੇਸੀ ਤੇਲ ਦੇ ਦੀਵੇ ਜਗਾਉਨੇ ਆ ਹਵਨ ਕਰਦੇ ਆ ਇਹ ਸਾਰਾ ਸਾਡੇ ਵਾਤਾਵਰਨ ਨੂੰ ਸ਼ੁੱਧ ਕਰਦਾ ਇਹਦੇ ਪਿੱਛੇ ਵਿਗਿਆਨਕਤਾ ਛੁਪੀ ਹੋਈ ਆ ਬਹੁਤ ਵੱਡੀ ਇਸ ਕਰਕੇ ਇਹ ਸਾਡੇ ਵਡੇਰਿਆਂ ਨੇ ਇਹ ਦੀਪਾਵਲੀ ਐਵੇਂ ਨਹੀਂ ਸ਼ੁਰੂ ਕੀਤੀ ਜੇ ਖੁਸ਼ੀ ਹੁੰਦੀ ਆ ਤਾਂ ਖੁਸ਼ੀ ਚੰਗਾ ਕੰਮ ਕਰਨਦੀ ਐ ਕਿ ਅਸੀਂ ਦੀਪ ਜਲਾਏ ਆ ਉਹਦੇ ਨਾਲ ਸਾਡਾ ਵਾਤਾਵਰਨ ਜਿਹੜਾ ਉਹ ਸ਼ੁੱਧਤਾ ਵਾਲੇ ਪਾਸੇ ਨੂੰ ਮੁੜਿਆ ਸੋ ਅਸੀਂ ਮੁੜੀਏ ਵਾਪਸ ਜਿਹੜੀ ਮੈਂ ਗੱਲ ਕਰ ਰਿਹਾ ਸੀ ਮੈਡਮ ਸੋਸ਼ਲ ਮੀਡੀਆ ਜਿਹੜਾ ਬਹੁਤ ਕੰਮ ਕਰ ਸਕਦਾ ਹੈ ਇਹਦੇ ਵਿੱਚ ਅਸੀਂ ਵੱਡੇ ਘਰ ਦੇ ਵਿੱਚ ਜਿਹੜੇ ਬੱਚਿਆਂ ਦੇ ਕੋਲ ਮੋਬਾਈਲ ਨਹੀਂ ਹੈਗੇ ਮੋਬਾਈਲ ਦੇ ਉੱਤੇ ਬਹੁਤ ਸਾਰੀਆਂ ਅੱਜ ਕੱਲ੍ਹ ਬੜੀਆਂ ਅਟਰੈਕਟਿਵ ਬੜੀਆਂ ਅੱਛੀਆਂ ਜਿਹੜੀਆਂ ਵੀਡੀਓਜ਼ ਲੋਕ ਬਣਾ ਬਣਾ ਕੇ ਪੋਸਟ ਕਰਦੇ ਆ ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਛੋਟੇ ਛੋਟੇ ਬੱਚਿਆਂ ਨੂੰ ਦਿਖਾ ਦੇਣੀਆਂ ਚਾਹੀਦੀਆਂ ਔਰ ਬੱਚੇ ਜਦੋਂ ਸਿੱਖ ਲੈਂਦੇ ਆ ਕਿ ਮੈਂ ਇਹਦੀ ਹੈਲਪ ਕਰਾਂ ਐਦਾਂ ਕਰਾਂ ਕਿਸੇ ਦੀ ਮਦਦ ਕਰਕੇ ਇਹਨਾਂ ਵਾਲੀ ਬਣਾਵਾ ਉਹ ਇਨਾਂ ਨੇ ਹੁਣੇ ਦੱਸਿਆ ਮੈਨੂੰ ਹੁਣ ਇੱਕ ਗੱਲ ਯਾਦ ਆ ਰਹੀ ਸੀ ਕਿ ਅੱਜ ਤੋਂ ਲਗਭਗ 100 ਸਾਲ ਪਹਿਲਾਂ ਵਿਦੇਸ਼ੀ ਚੀਜ਼ਾਂ ਦਾ ਬਹਿਸ਼ਕਾਰ ਕੀਤਾ ਗਿਆ ਮੈਂ ਇਹ ਸੋਚ ਰਹੀ ਸੀ ਵਿਦੇਸ਼ੀ ਮਜਰੀ ਜੇ ਸਰਦੈਸ਼ ਨਾਂ ਨੂੰ ਲਵਾਗੇ ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਫਿਰ ਉਹਨਾਂ ਨੂੰ ਨਿਯੋਤਤਾ ਦੇ ਰਹੇ ਹਾਂ ਜੀ ਬਿਲਕੁਲ ਤੇ ਕਿਉਂ ਨਾ ਅਸੀਂ ਆਪਣੀਆਂ ਹੀ ਸਵਦੇਸ਼ੀ ਚੀਜ਼ਾਂ ਦਾ ਇਸਤੇਮਾਲ ਕਰੀਏ ਜਿਦੇ ਚ ਸਾਨੂੰ ਆਪਣੀ ਧਰਤੀ ਦੀ ਖੁਸ਼ਬੂ ਨਜ਼ਰ ਆਏ ਤੇ ਬੱਚਿਆਂ ਨੂੰ ਇਹ ਸੰਦੇਸ਼ ਦਈਏ ਕਿਉਂਕਿ ਬੱਚੇ ਉਹ ਚਾਣਗੇ ਲੜੀਆਂ ਲਾ ਲੋ ਜੀ ਚਾਈਨਿਸ ਲੜੀਆਂ ਲਾ ਲੋ ਜੀ ਬੱਚੇ ਨੂੰ ਹੀ ਦੱਸਿਆ ਜਾਏ ਕਿ ਉਹਨਾਂ ਦੀ ਮਿਹਨਤ ਦਾ ਮੁੱਲ ਔਰ ਕਦੀ ਕਦੀ ਬੱਚਿਆਂ ਨੂੰ ਜਾ ਕੇ ਦਿਖਾਇਆ ਜਾਏ ਕਿ ਕਿੱਥੇ ਉਹ ਦੀਵੇ ਬੰਦੇ ਨੇ ਕਿਸ ਤਰ੍ਹਾਂ ਬੰਦੇ ਨੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਤੇ ਅਸੀਂ ਉਹਨੂੰ ਫਿਰ ਪੈਸੇ ਨਾਲ ਵਟਣ ਲੱਗ ਜੰਨੇ ਨਹੀਂ ਸਾਨੂੰ ਉਹਦੀਆਂ ਦੀ ਭਾਵਨਾ ਉਹਨੂੰ ਦੇਖਣਾ ਚਾਹੀਦਾ ਬੱਚਿਆਂ ਨੂੰ ਜ਼ਰੂਰ ਇਹ ਮੀਡੀਆ ਦਿਖਾਓ ਬੱਚਿਆਂ ਤੇ ਇਹ ਚੀਜ਼ਾਂ ਬਹੁਤ ਅਸਰ ਕਰਦੀਆਂ ਜਿਵੇਂ ਅਸੀਂ ਗੱਲ ਕਰ ਰਹੇ ਦੂਜਿਆਂ ਦੀ ਦੀਵਾਲੀ ਖੁਸ਼ੀ ਕਰਨ ਦੀ ਗੱਲ ਕੀਤੀ ਹੈ ਅਸੀਂ ਮਿਲਾਵਟ ਦੀ ਗੱਲ ਕੀਤੀ ਹੈ ਅਸੀਂ ਸੁਰੱਖਿਆ ਦੀ ਗੱਲ ਵੀ ਕੀਤੀ ਹੈ ਇੱਕ ਦੀਵਾਲੀ ਦੇ ਨਾਲ ਜਾਂ ਹੋਰ ਤਿਉਹਾਰਾਂ ਦੇ ਨਾਲ ਇੱਕ ਤੋਹਫਾ ਸੰਸਕਾਰ ਜਿਹੜਾ ਜੁੜ ਗਿਆ ਹੋਇਆ ਹੈ ਬਿਲਕੁਲ ਬਿਲਕੁਲ ਜਿਹੜਾ ਬਾਜ਼ਾਰ ਦੇ ਵਿੱਚ ਰਸ਼ ਹੈ ਉਹ ਜਿਹੜਾ ਸਾਰਾ ਇਸੇ ਸੱਭਿਆਚਾਰ ਨਾਲ ਜੁੜਿਆ ਜੇ ਅਸੀਂ ਮਠਾਈ ਖਰੀਦਦੇ ਹਾਂ ਧੜਾ ਧੜ ਮਠਾਈ ਕੁਇੰਟਲਾਂ ਦੇ ਕੁਇੰਟਲ ਬਣ ਰਹੀ ਹੈ ਵੰਡੀ ਜਾ ਰਹੀ ਹੈ ਜਾਂ ਹੋਰ ਜਿਹੜੇ ਤੋਹਫਿਆਂ ਦੀ ਖਰੀਦ ਇਹਨਾਂ ਦਿਨਾਂ ਚ ਦੌੜ ਲੱਗ ਜਾਂਦੀ ਹੈ ਉਹਦੇ ਬਾਰੇ ਵੀ ਮੈਂ ਚਾਹੁੰਦਾ ਕਿ ਉਹਦੇ ਲਈ ਵੀ ਅਸੀਂ ਕਿਤੇ ਨਾ ਕਿਤੇ ਸਾਡੀਆਂ ਇਨਸਾਨੀ ਕਦਰਾਂ ਕੀਮਤਾਂ ਦੇ ਵਿੱਚ ਫਰਕ ਹੋਣਾ ਚਾਹੋਗੇ ਤੁਸੀਂ ਬਿਲਕੁਲ ਬਿਲਕੁਲ ਇੱਕ ਦੋ ਚੀਜ਼ਾਂ ਇਹਦੇ ਵਿੱਚ ਇਹ ਗਈ ਤੁਸੀਂ ਜਿਹੜੇ ਕਿਹਾ ਕਿ ਮਠਾਈਆਂ ਦੀ ਹੋੜ ਲੱਗ ਜਾਂਦੀ ਬਨਾਂਦੇ ਵਿੱਚ ਤੁਸੀਂ ਇਹ ਦੇਖੋ ਕਿ ਜਿਹੜਾ ਦੁੱਧ ਦੀਆਂ ਮਠਾਈਆਂ ਬਣਦੀਆਂ ਦੁੱਧ ਤੇ ਉਨਾ ਹੀ ਹੈ ਨਾ ਜੀ ਤੇ ਉਹ ਹੁਣ ਸੋਰਸਸ ਤਾਂ ਨਹੀਂ ਨੇ ਇਹ ਸੋਰਸੋਂ ਨਹੀਂ ਹੈ ਠੀਕ ਹੈ ਜੀ ਇਹ ਸਾਡੀ ਡਿਮਾਂਡ ਹੈ ਜਿਹੜੀ ਇਹ ਸਭ ਖਰਾਬ ਕਰੀ ਜੇ ਅਸੀਂ ਇਸ ਤਰ੍ਹਾਂ ਸੋਚ ਲੈਂਦੇ ਆ ਕਿ ਅਸੀਂ ਸ਼ੇਅਰ ਕਰਨਾ ਹੈ ਕਿਸੇ ਦੇ ਨਾਲ ਤੇ ਇੱਕ ਚੰਗੀ ਚੀਜ਼ ਜਿਹੜੀ ਕਿਸੇ ਨੂੰ ਕਿਸੇ ਨੇ ਕਾਲਰ ਨੇ ਵੀ ਇਹ ਦੱਸਿਆ ਸੀਗਾ ਕਿ ਕਿਸੇ ਨੂੰ ਜਿਵੇਂ ਵੰਡ ਕੇ ਜੀ ਹੈਨਾ ਜੇ ਸ਼ੇਅਰ ਕਰਕੇ ਅਸੀਂ ਕਿਸੇ ਦੇ ਨਾਲ ਮਨਾਈਏ ਦੀਵਾਲੀ ਔਰ ਇੱਕ ਛੋਟੀ ਵੀ ਜੀ ਚੀਜ਼ ਵੀ ਜਿਹੜੀ ਹੈ ਉਹ ਬੜੀ ਖੁਸ਼ੀ ਦੇ ਸਕਦੀ ਹੈ ਜ਼ਰੂਰੀ ਨਹੀਂ ਹੈ ਉਹਦੇ ਵਿੱਚ ਕਿ ਅਸੀਂ ਬਹੁਤ ਪੈਸੇ ਖਰਚ ਕਰਨੇ ਆ ਜਾਂ ਬਹੁਤ ਸਾਰੀਆਂ ਚੀਜ਼ਾਂ ਇਹ ਜਿਹੜਾ ਇੱਕ ਬਾਜ਼ਾਰੀਕਰਨ ਹਰ ਚੀਜ਼ ਦਾ ਹੋ ਗਿਆ ਹੈ ਨਾ ਇਹ ਗਲਤ ਹੈ ਤਿਹਾਰ ਚਾਹੇ ਕੋਈ ਵੀ ਹੈ ਵੈਲਿਊਜ਼ ਨਿਕਲ ਗਈਆਂ ਹੈ ਜਿਹੜਾ ਉਹਦੇ ਉੱਤੇ ਹਾਵੀ ਹੋ ਗਿਆ ਹੈ ਹਾਵੀ ਹੋ ਗਿਆ ਹੈ ਵੈਲਿਊ ਨਿਕਲ ਗਈ ਵੈਲਿਊ ਕੀ ਸੀਗੀ ਸਾਂਝ ਦੀ ਸੀ ਖੁਸ਼ੀ ਦੀ ਸੀ ਚਾਹੇ ਉਹ ਬੰਦੀ ਛੋੜ ਦਿਵਸ ਅਸੀਂ ਮਨਾਨੇ ਆ ਚਾਹੇ ਅਸੀਂ ਰਾਮ ਜੰਦਰ ਜੀ ਦੀ ਦੀਵਾਲੀ ਮਨਾਨੇ ਆ ਉਹਦੇ ਵਿੱਚ ਖੁਸ਼ੀ ਸੀ ਉਹਦੇ ਵਿੱਚ ਇੱਕ ਸਾਂਝ ਸੀਗੀ ਖੁਸ਼ ਖੁਸ਼ਹਾਲੀ ਸੀਗੀ ਅਸੀਂ ਖੁਸ਼ ਹੋਣਾ ਆਪਸ ਚ ਰਲ ਕੇ ਕਿ ਸਾਡੇ ਲਈ ਕੋਈ ਖੁਸ਼ੀ ਦਾ ਮੌਕਾ ਆਇਆ ਉਹਨੂੰ ਅਸੀਂ ਸੈਲੀਬ੍ਰੇਟ ਕਰਨਾ ਇਕੱਠੇ ਬਹਿ ਕੇ ਖਾਣਾ ਪੀਣਾ ਕਈ ਦੇਸ਼ ਦੇ ਬਾਕੀ ਜਗ੍ਹਾ ਤੇ ਗੋਵਰਦਨ ਪੂਜਾ ਕੀਤੀ ਜਾਂਦੀ ਹੈ ਮਤਲਬ ਪੂਜਾ ਦੇ ਨਾਲ ਪੂਜਾ ਪਾਠ ਕਰਨਾ ਲక్ష్ਮੀ ਦੀਵੀ ਪੂਜਾ ਕਰਨੀ ਹੈ ਜੇ ਉਹ ਵੀ ਪੂਜਾ ਪਾੜ ਦੇ ਨਾਲ ਰਿਲੇਟਡ ਇਹ ਇਥੇ ਨਾ ਤੇ ਕਿਤੇ ਪ੍ਰਦੂਸ਼ਾਣ ਆਂਦਾ ਹੈ ਨਾ ਕਿਤੇ ਕੋਈ ਬਜਾਰੀ ਕਰਨ ਸੀਗਾ ਨਾ ਕਿਤੇ ਉਹਦੇ ਵਿੱਚ ਤੇ ਸਿਰਫ ਖੁਸ਼ੀ ਸੀ ਜਿਹੜੀ ਅਸੀਂ ਸਾਰੀ ਹੁਣ ਉਹਦਾ ਕੁਝ ਹੋਰ ਹੀ ਬਣਾ ਚੁੱਕਿਆ ਸਾਡੀ ਸਾਡੀ ਜ਼ਿੰਦਗੀ ਦੇ ਵਿੱਚ ਸਹਿਜ ਬੜਾ ਜ਼ਰੂਰੀ ਆ ਸਹਿਜ ਮੈਂ ਸਹਿਜ ਦੀ ਗੱਲ ਕਰਾਂਗਾ ਕਿਉਂਕਿ ਸਾਡੇ ਨਾਲ ਜੁੜਿਆ ਹੋਇਆ ਗੱਲ ਹੈ ਉਸ ਤੋਂ ਪਹਿਲਾਂ ਇੱਕ ਦਰਸ਼ਕ ਲੈਣਿਆ ਕੀ ਗੱਲ ਕਰਦੇ ਆ ਜੀ ਸਵਾਗਤ ਹੈ ਹਲੋ ਹਲੋ ਸਤਿ ਸ੍ਰੀ ਅਕਾਲ ਜੀ ਕੁਲਦੀਪ ਸਿੰਘ ਜੀ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ ਹਾਂਜੀ ਮੈਂ ਕਹਿੰਦਾ ਬਾਜੀ ਇਹ ਜਿੱਦਾਂ ਹੁਣ ਦੀਵਾਲੀ ਹੈ ਹੈਲੋ ਅਸੀਂ ਤੁਹਾਡੀ ਆਵਾਜ਼ ਸੁਣ ਸਕਦੇ ਹਾਂ ਜੀ ਬੋਲੋ ਹਾਂਜੀ ਪਟਾਕੇ ਜਿਹੜੇ ਉਠਾਉਂਦੇ ਘੱਟ ਆਵਾਜ਼ ਵਾਲੇ ਹੋਣੇ ਚਾਹੀਦੇ ਐ ਤੇ ਇਹ 2 ਘੰਟੇ ਦਾ ਫੋਨ ਮੈਂ ਬੁੱਲ ਨਹੀਂ ਰਿਹਾ ਹਾਂ ਤਾਂ ਠੀਕ ਹੈ ਇਹ ਪ੍ਰਦੀਪ ਸਿੰਘ ਜੀ ਅਸੀਂ ਤੁਹਾਡੀ ਆਵਾਜ਼ ਸੁਣ ਸਕਦੇ ਹਾਂ ਜੀ ਪ੍ਰੋਗਰਾਮ ਸਵਾਗਤ ਹੈ ਤੁਹਾਡਾ ਹਾਂਜੀ ਬੋਲਿਆ ਜੀ ਸਵਾਗਤ ਹੈ ਦੀਵਾਲੀ ਦੇ ਦਿਨ ਪਟਾਕੇ ਜਿਹੜੇ ਉਠਾਉਂਦੇ ਆ ਉਹ ਤਾਂ ਇੱਕ ਦਿਨ ਵਾਸਤੇ ਉਠਾਉਂਦੇ ਆ ਜੀ ਪਰ ਜਿਹੜੇ ਇਹਦੇ ਨਾਲ ਨਾਲ ਜਿਦਾ ਕਣਕ ਦੀ ਕਾਨੀ ਨੂੰ ਅੱਗ ਲਾਉਂਦੇ ਆ ਪ੍ਰਾਲੀ ਨੂੰ ਅੱਗ ਲਾਉਂਦੇ ਆ ਤੇ ਦਿੱਲੀ ਵਿੱਚ ਵਿਆਹ ਸ਼ਾਦੀਆਂ ਤੇ ਜਿਹੜੇ ਪੋਲੀਟਿਸ਼ੀਅਨ ਆ ਜਿਹੜੇ ਆਪਣੇ ਫੰਕਸ਼ਨਾਂ ਤੇ ਬੜਾ ਕੇ ਜਿਹੜੇ ਠਾਉਂਦੇ ਆ ਇਹ ਜਿਹੜੇ ਆ ਦਿੱਲੀ ਬੇਸ ਤੇ ਹੋ ਗਿਆ ਇਹਦੇ ਨਾਲ ਸਾਡਾ ਦਿਵਾਲੀ ਵਾਲੇ ਦਿਨ ਇੱਕ ਤਰੀਕੂ ਦੱਸਦਾ ਕਿ ਇਹ ਬਾਤੀ ਆ ਇਹ ਸਾਰਾ ਸਾਲ ਡੇ ਬਾਏ ਡੇ ਬੱਤਾ ਜਾ ਰਿਹਾ ਇਹਨਾਂ ਤੇ ਜ਼ਿਆਦਾ ਰੋਕ ਲੱਗਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਬਹੁਤ ਅੱਛੀ ਗੱਲ ਕੀਤੀ ਹੈ ਤੁਸੀਂ ਇਕੱਲੇ ਤਿਉਹਾਰਾਂ ਦੀ ਗੱਲ ਨਹੀਂ ਹੈ ਮੈਡਮ ਚਾਹੇ ਘਰ ਵਿੱਚ ਵਿਆਹ ਹੋ ਰਿਹਾ ਚਾਹੇ ਕੋਈ ਅਖੰਡ ਪਾਠ ਕਰਵਾਇਆ ਜਾ ਰਿਹਾ ਕੋਈ ਜਾਗਰਨ ਕਰਵਾਇਆ ਜਾ ਰਿਹਾ ਕਿਸੇ ਛੋਟਾ ਮੋਟਾ ਪ੍ਰੋਗਰਾਮ ਵੀ ਹੈ ਅਸੀਂ ਗੁਰੇਜ਼ ਨਹੀਂ ਕਰਦੇ ਪਤਾ ਨਹੀਂ ਅਸੀਂ ਸ਼ੋਰ ਸ਼ਰਾਬੇ ਨੂੰ ਇੰਨਾ ਪਸੰਦ ਕਰਨਾ ਕਿਉਂ ਸ਼ੁਰੂ ਕਰ ਦਿੱਤਾ ਕੰਮ ਅਸੀਂ ਗੁਰਬਾਣੀ ਪੜਨ ਦਾ ਕਰ ਰਹੇ ਹਾਂ ਕੰਮ ਅਸੀਂ ਧਾਰਮਿਕ ਸਮਾਗਮ ਕਰ ਰਹੇ ਹਾਂ ਜਿਹਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਣੀ ਹੈ ਅਸੀਂ ਆਪਣੇ ਮਨ ਦੀ ਸ਼ਾਂਤੀ ਔਰ ਆਪਣੇ ਸਮਾਜ ਆਂਢ ਗੁਆਂਢ ਦੀ ਸਭ ਦੀ ਸ਼ਾਂਤੀ ਭੰਗ ਕਰਨ ਤੇ ਤੁਲੇ ਹੋਏ ਹਾਂ ਠੀਕ ਹੈ ਮੈਡਮ ਜਰੂਰ ਗੱਲ ਜੋੜੋ ਬਿਲਕੁਲ ਇਹ ਜੀ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਬਹੁਤ ਸਾਰੇ ਲੋਕ ਆਪਣੇ ਸ਼ੌਂਕ ਵਾਸਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਹਫ਼ਤਾ ਪੂਰਾ ਸੁਣਦਾ ਨਹੀਂ ਉਹਨਾਂ ਦੀ ਮਾਈਕ ਦੀ ਆਵਾਜ਼ ਇੰਨੀ ਹੁੰਦੀ ਜਿਹੜੀ ਦੂਸਰਿਆਂ ਨੂੰ ਡਿਸਟਰਬ ਕਰਦੀ ਖਾਸ ਕਰਕੇ ਜਦੋਂ ਬੱਚਿਆਂ ਦੇ ਪੇਪਰਾਂ ਦੇ ਦਿਨ ਹੁੰਦੇ ਉਦੋਂ ਕੋਈ ਇਹ ਸੋਚਦਾ ਨਹੀਂ ਕਿ ਉਹਨਾਂ ਦੀ ਪੂਰੇ ਸਾਲ ਦੀ ਮਤਲਬ ਉਹਨਾਂ ਦੀ ਮਿਹਨਤ ਤੇ ਕਿੰਨਾ ਅਸਰ ਪੈਂਦਾ ਇਹਦੇ ਨਾਲ ਨਾਲ ਕਈ ਘਰਾਂ 'ਚ ਬਜ਼ੁਰਗ ਨੇ ਇਹ ਕਰਾਜ ਛੋਟੇ ਬੱਚੇ ਨੇ ਉਹ ਇਸ ਦਾ ਵੀ ਲਿਮਟ ਟਾਈਮ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਜ਼ਰੂਰੀ ਸੁਪਰੀਮ ਕੋਰਟ ਹੀ ਆਦੇਸ਼ ਦਵੇ ਕਿ 10 ਵਜੇ ਮਾਈਕ ਬੰਦ ਹੋ ਜਾਣ ਸਾਡੀ ਨੈਤਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਕਿ ਅਸੀਂ ਆਪਣੀ ਖੁਸ਼ੀ ਲਈ ਕਰ ਰਹੇ ਹਾਂ ਇਸ ਨੂੰ ਅਸੀਂ ਸੁਣਨਾ ਜੇ ਲੋਕ ਪਸੰਦ ਕਰਦੇ ਤਾਂ ਸਾਡੇ ਘਰ ਆ ਕੇ ਰਿਹਾ ਸ਼ਾਦੀਆਂ ਦੇ ਵਿੱਚ ਵੀ ਪਟਾਕੇ ਚਲਾਏ ਜਾ ਰਹੇ ਆ ਔਰ ਬਾਕੀ ਸਮਾਗਮਾਂ ਦੇ ਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕਿ ਇਹ ਪਟਾਕੇਆਂ ਦੇ ਜਗ੍ਹਾ ਤੇ ਕਿਸੇ ਹੋਰ ਢੰਗ ਨਾਲ ਖੁਸ਼ੀ ਦੇਖੋ ਜੀ ਵਿਆਹ ਸ਼ਾਦੀਆਂ ਤੇ ਤੁਸੀਂ ਕਈ ਵਾਰ ਸੁਣ ਚੁੱਕੇ ਹੋਵੋਗੇ ਕਿ ਕੋੜੀ ਡਰ ਗਈ ਤੇ ਉਹ ਮਸਮਲੈਂਸ ਹੋ ਜਾਂਦੇ ਬਿਲਕੁਲ ਬਿਲਕੁਲ ਤੇ ਇਹ ਕਾਫੀ ਅਸੀਂ ਦੇਖੋ ਸਾਰੀ ਅਸੀਂ ਗੱਲਬਾਤ ਆ ਜਿਹੜੀ ਪਟਾਕਿਆਂ ਬਾਰੇ ਕੀਤੀ ਹੈ ਤੁਸੀਂ ਇਹ ਵੀ ਦੇਖੋ ਕਿ ਵਾਤਾਵਰਣ ਦੇ ਵੀ ਜਿਹੜੇ ਜਿੰਨੇ ਜਾਨਵਰ ਐ ਸੀ ਉਹਨਾਂ ਨੂੰ ਵੀ ਡਰਾਨੇ ਬਿਲਕੁਲ ਬਿਲਕੁਲ ਔਰ ਜਿਹੜੀ ਇਹਨਾਂ ਨੇ ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਬਾਕੀ ਦੇ ਦਿਨਾਂ ਤੇ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਉਹ ਬਿਲਕੁਲ ਸਹੀ ਗੱਲ ਹੈ ਕੀ ਬਾਕੀ ਦੇ ਦਿਨਾਂ ਦੇ ਨਾ ਕੇਵਲ ਪਟਾਕਿਆਂ ਤੇ ਖਿਆਲ ਰੱਖਣਾ ਚਾਹੀਦਾ ਬਰਕਿ ਮੈਂ ਸਮਝਦੀ ਆ ਕਿ ਜਿਹੜੀ ਇੰਡਸਟਰੀਅਲ ਪੋਲਿਊਸ਼ਨ ਹੋ ਰਹੀ ਆ ਉਹਦੇ ਤੇ ਸਾਨੂੰ ਖਾਸ ਤੌਰ ਤੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਆਪਣਾ ਜਿਹੜਾ ਸ਼ਿਕੰਜਾ ਕਰਨਾ ਚਾਹੀਦਾ ਔਰ ਜਿਹੜੀ ਵਹੀਕੂਲਰ ਹੋ ਰਹੀ ਆ ਜਿਹੜੀ ਅਸੀਂ ਗੱਡੀਆਂ ਦੀ ਜਿਹੜੀ ਪੋਲਿਊਸ਼ਨ ਹੁੰਦੀ ਆ ਉਹਦੇ ਬਾਰੇ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਬਾਕੀ ਦੇ 365 ਦਿਨ ਪਰਾਲੀ ਵਾਲੀ ਵੀ ਜਿਹੜੀ ਗੱਲ ਹੈਗੀ ਹਰ ਇੱਕ ਚੀਜ਼ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਣਾ ਪਏਗਾ ਇਹ ਜਿਹੜੀ ਮੈਂ ਪਹਿਲਾਂ ਹੀ ਗੱਲ ਇੱਥੋਂ ਹੀ ਸ਼ਾਇਦ ਅਸੀਂ ਸ਼ ਦੀਵਾਲੀ ਤੇ ਇਸ ਤਰੀਕੇ ਤੇ ਪਹੁੰਚ ਜਾਂਦੇ ਆ ਕਿ ਇੱਕ ਜਿਹੜਾ 0.1% ਵੀ ਐਡ ਕਰਨ ਤੇ ਉਹ ਸਾਡੇ ਲਈ ਡੇਂਜਰਸ ਲੈਵਲ ਪਾਰ ਕਰ ਜਾਂਦਾ ਹੈ ਖਤਰੇ ਦਾ ਨਿਸ਼ਾਨ ਜਿਹੜਾ ਪਾਰ ਕਰ ਜਾਂਦਾ ਹੈ ਤੇ ਅਸੀਂ ਕਿਉਂ ਉਸ ਖਤਰੇ ਦੇ ਨਿਸ਼ਾਨ ਤੱਕ ਪਹਿਲਾਂ ਪਹੁੰਚਦੇ ਆ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਹਰ ਇੱਕ ਚੀਜ਼ ਨੂੰ ਚਾਹੇ ਉਹ ਸ਼ਾਦੀ ਵਿਆਹ ਹੈ ਚਾਹੇ ਕੋਈ ਸੈਲੀਬ੍ਰੇਸ਼ਨ ਹੈ ਚਾਹੇ ਕੁਝ ਵੀ ਹੈ ਅਸੀਂ ਆਪਣੇ ਦਿਮਾਗ ਨਾਲ ਸੋਚ ਕੇ ਸਮਝ ਕੇ ਅਵੇਅਰਨੈਸ ਨਾਲ ਇੱਕ ਜਾਗਰੂਕ ਇਨਸਾਨ ਦੀ ਤੌਰ ਤੇ ਹਰ ਇੱਕ ਚੀਜ਼ ਨੂੰ ਸੈਲੀਬ੍ਰੇਟ ਕਰੀਏ ਦੋਸਤੋ ਸੰਦੇਸ਼ ਬੜੇ ਮਿਲ ਰਹੇ ਆ ਟੀਵੀ ਤੋਂ ਅਖਬਾਰਾਂ ਤੋਂ ਸਰਕਾਰ ਰਾਹੀਂ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਬਹੁਤ ਸਾਰੇ ਐਨ ਜੀਓਜ਼ ਬੜਾ ਜ਼ੋਰੋ ਜ਼ੋਰ ਇਸਪੋਰਟ 'ਤੇ ਕੰਮ ਕਰ ਰਹੀਆਂ ਹਨ ਤੇ ਕਿਹਾ ਜਾਂਦਾ ਨਾ ਕਿ تعلیم ਕਾ ਹੈ ਜ਼ੋਰ ਇਤਨਾ ਤੇਹਜ਼ੀਬ ਕਾ ਜ਼ੋਰ ਇਤਨਾ ਮਗਰ ਬਰਕਤ ਕਿਉਂ ਨਹੀਂ ਹੁੰਦੀ ਤੁਹਾਡੀ ਨੀਅਤ ਮੇਂ ਖਰਾਬੀ ਹੈ ਬਿਲਕੁਲ ਕਿਉਂਕਿ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਹੈਗੀ ਆ ਕਿ ਅਸੀਂ ਪੜ੍ਹੇ ਲਿਖੇ ਆ ਅਸੀਂ ਕੋਸ਼ਿਸ਼ ਕਰਦੇ ਆ ਅਸੀਂ ਪ੍ਰਚਾਰ ਬਹੁਤ ਕਰੇ ਜਾ ਰਹੇ ਆ ਪਰ ਆਪਣੇ ਵੱਲ ਉਂਗਲ ਨਹੀਂ ਉਠਾ ਰਹੇ ਅਸੀਂ ਇਹਦੇ ਬਾਰੇ ਕੀ ਕਰੀ ਅਸੀਂ ਸਰ ਐਸੀ ਗੱਲ ਨਹੀਂ ਅਸੀਂ ਆਪਣੇ ਵੱਲ ਕੋਸ਼ਿਸ਼ ਕਰ ਰਹੇ ਆ ਅਸੀਂ ਪਰਸੋ 2 ਨਵੰਬਰ ਨੂੰ 2 ਨਵੰਬਰ ਨੂੰ ਅਸੀਂ ਆ ਰਾਸ਼ਟਰੀ ਅੰਦਿਵਿਦਿਆਲੇ ਚ ਜਾ ਕੇ ਬੱਚਿਆਂ ਨਾਲ ਦੀਵਾਲੀ ਮਨਾਈ ਹੂੰ ਉਹਨਾਂ ਦਾ ਟੈਲੈਂਟ ਦੇਖਣ ਵਾਲਾ ਹੈ ਬਹੁਤ ਸਾਰੇ ਸਮਾਜ 'ਚ ਐਸੇ ਲੋਕ ਨੇ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਨਹੀਂ ਕਿ ਉਹ ਟੈਲੈਂਟ ਹੈ ਔਰ ਕਿਤੇ ਨਾ ਕਿਤੇ ਜੇ ਕਿਸੇ ਚੀਜ਼ ਤੋਂ ਵંચિત ਨੇ ਤੇ ਪਰਮਾਤਮਾ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਬLESSED ਵੀ ਕੀਤਾ ਜੀ ਜੀ ਜੇ ਜਿਸ ਤਰ੍ਹਾਂ ਵਰਦਮ ਨੇ ਕਿਹਾ ਕਿ ਜੇ ਅੱਜ ਅਸੀਂ ਬਿਲਕੁਲ ਐਜ ਤੇ ਖੜੇ ਆ ਜੇ ਅਸੀਂ ਨਾ ਜਾਗੇ ਤਾਂ ਸਾਡੇ ਬੱਚਿਆਂ ਦੀਆਂ ਸੁਵਿਧਾਵਾਂ ਤਾਂ ਜ਼ਰੂਰ ਪੂਰੀਆਂ ਹੋ ਜਾਣਗੀਆਂ ਪਰ ਉਹਨਾਂ ਦੀ ਪਰਵਿਸ਼ਾ ਅਧੂਰੀ ਰਹਿ ਜਾਏਗੀ ਇਸ ਕਰਕੇ ਜੇ ਸੀ ਉਹਨਾਂ ਦੀ ਪਰਵਿਸ਼ ਨੂੰ ਪੂਰਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੰਤੁਲਿਤ ਜੀਵਨ ਦੇਣਾ ਚਾਹੁੰਦੇ ਆ ਤਾਂ ਕਿ ਇੱਕ ਸੰਤੁਲਿਤ ਸਮਾਜ ਬਣਾ ਸਕ ਜਿਹੜਾ ਕਿਉਂਕਿ ਅੱਜ ਆਉਣ ਵਾਲੇ ਬੱਚਿਆਂ ਦੇ ਸਾਡੇ ਦੇਸ਼ ਦਾ ਭੇਕ ਹੈ ਜੇ ਸਾਡੇ ਬੱਚਿਆਂ ਦੇ ਕੰਦੇ ਹੀ ਕਮਜ਼ੋਰ ਹੋ ਗਏ ਤੇ ਉਹ ਕਿਸ ਤਰ੍ਹਾਂ ਇਹਨੂੰ ਚੁੱਕਣਗੇ ਜਿਹੜੀ ਮੈਂ ਗੱਲ ਪਹਿਲਾਂ ਸ਼ੁਰੂ ਕੀਤੀ ਸੀ ਉਹ ਤਾਂ ਬਿਲਕੁਲ ਰਲਦੀ ਮਿਲਦੀ ਗੱਲ ਹੈ ਸਹਿਜ ਸਾਡੀ ਜ਼ਿੰਦਗੀ ਚੋਂ ਖਤਮ ਹੋ ਗਿਆ ਇਹ ਸਹਿਜ ਸਹਿਜ ਇਹ ਘਰ ਤੋਂ ਹੀ ਆਣਾ ਸਰ ਇਹ ਬੱਚਿਆਂ ਨੂੰ ਮਾਂ ਨੇ ਔਰ ਉਸ ਤੋਂ ਬਾਅਦ ਸਕੂਲ ਚ ਅਧਿਆਪਕ ਨੇ ਸਿਖਾਇਆ ਅਸੀਂ ਅਸੀਂ ਬੱਚਿਆਂ ਨੂੰ ਹੋਰ ਬਹੁਤ ਕੁਝ ਸਿਖਾਉਣਾ ਹੈ ਸਾਡੀਆਂ ਜਿਹੜੀਆਂ ਸੰਸਥਾਵਾਂ ਸਕੂਲਾਂ ਚ ਬੱਚੇ ਨੇ ਡਿਸਪਲਿਨ ਜਾਂ ਅਨੁਸ਼ਾਸਨ ਸਿੱਖ ਲੈਣਾ ਹੈ ਔਰ ਸ਼ੋਰ ਸ਼ਰਾਬਾ ਕਰਨਾ ਤੇ ਉਹ ਆਸ-ਪਾਸ ਤੋਂ ਸਿੱਖਦਾ ਹੀ ਹੈ ਪਰ ਜਿਹੜਾ ਸਹਿਜ ਹੈ ਉਹਨਾਂ ਦੀ ਜ਼ਿੰਦਗੀ ਚੋਂ ਖਤਮ ਹੋ ਜਾ ਰਿਹਾ ਸਿਲੇਬਸ ਦੇ ਵਿੱਚ ਅਜਿਹਾ ਕੁਝ ਮੋੜ ਕਰਨ ਦੀ ਲੋੜ ਹੈ ਜਿੱਥੇ ਸਾਨੂੰ ਦੁਬਾਰਾ ਨੈਤਿਕਤਾ ਵਾਲੇ ਪਾਸੇ ਨੂੰ ਸਹਿਜਤਾ ਵਾਲੇ ਪਾਸੇ ਨੂੰ ਲੈ ਕੇ ਜਾਣਾ ਚਾਹੀਦਾ ਮੈਡਮ ਕੀ ਕਹਿਣਾ ਜੀ ਬਿਲਕੁਲ ਜੀ ਸਹਿਜਤਾ ਔਰ ਨੈਤਿਕਤਾ ਜਿਹੜੀ ਹੈ ਉਹ ਜ਼ਿੰਦਗੀ ਦਾ ਬੇਸਿਸ ਹੈ ਬੱਚੇ ਨੂੰ ਸਮਝਣਾ ਪਏਗਾ ਕਿ ਲਾਈਫ ਸਿਰਫ ਧੂਮ ਧੜਕਾ ਹੀ ਨਹੀਂ ਹੈ ਇਹ ਤਾਂ ਬਿਨਾਂ ਤਾਂ ਜੀਵਨ ਹੀ ਅਧੂਰਾ ਹੈ ਸਾਨੂੰ ਦੱਸਣਾ ਪਏਗਾ ਉਹਨਾਂ ਨੂੰ ਔਰ ਸਾਨੂੰ ਕਿਸੇ ਡਿਗਰੀ ਤੱਕ ਉਹਨਾਂ ਦੀ ਜ਼ਿੰਦਗੀ 'ਚ ਥੋੜਾ ਜਿਹਾ ਕੰਪੀਟੀਸ਼ਨ ਘਟਾਉਣਾ ਪਏਗਾ ਤਾਂ ਹੀ ਉਹ ਸਹਿਜ ਹੋ ਸਕਣਗੇ ਬਿਲਕੁਲ ਬਿਲਕੁਲ ਅਸੀਂ ਸਾਨੂੰ ਇਹ ਦੱਸਣਾ ਪਏਗਾ ਕਿ ਸ਼ੇਅਰਿੰਗ ਵੀ ਕੋਈ ਚੀਜ਼ ਹੁੰਦੀ ਹੈ ਆਪਸ 'ਚ ਵੰਡਣਾ ਵੀ ਕੋਈ ਚੀਜ਼ ਹੁੰਦੀ ਹੈ ਜੀ ਠੀਕ ਹੈ ਤੇ ਇਹ ਚੀਜ਼ਾਂ ਜਿਹੜੀਆਂ ਅੱਜ ਕੱਲ ਦੇ ਕੀ ਹੈਗਾ ਕਿ ਬੱਚੇ ਦਾ ਜੇ 0.1 ਕਿਤੇ ਨੰਬਰ ਕੱਟਾ ਗਿਆ ਹੈ ਤੇ ਅਸੀਂ ਉਹਨੂੰ ਮਤਲਬ ਲਤਾੜਨਾ ਸ਼ੁਰੂ ਕਰ ਦਿੰਦੇ ਆ ਕਿ ਤੂੰ ਕਿਸੇ ਕੰਮ ਦਾ ਨਹੀਂ ਰਿਹਾ ਉਹ ਜਿਹੜੀ ਇੱਕ ਕੰਪੀਟੀਸ਼ਨ ਦੀ ਜਿਹੜੀ ਸਪਿਰਿਟ ਹੈ ਚੰਗੀ ਗੱਲ ਹੈ ਹੋਣੀ ਚਾਹੀਦੀ ਹੈ ਪਰ ਇੱਕ ਡਿਗਰੀ ਤੱਕ ਅ ਅਸ ਬੜਾ ਬੜਾ ਮੈਂ ਜਦੋਂ ਕੋਈ ਗੱਲ ਕਰਦਾ ਮੇਰੇ ਦਿਮਾਗ ਜ਼ਿਹਨ ਦੇ ਵਿੱਚ ਚੱਲਦਾ ਹੈ ਕਿ ਬੜਾ ਪੋਜ਼ਿਟਿਵ ਵੀ ਹੋ ਰਿਹਾ ਹੈ ਇਹ ਜਿਵੇਂ ਤੁਸੀਂ ਕਹਿ ਰਹੇ ਕਿ ਮੋੜ ਹੋ ਰਿਹਾ ਮੋੜ ਪਿਆ ਹੈ ਜਦੋਂ ਮੈਂ ਧਿਆਨ ਮਾਰਦਾ ਸਾਡੇ ਨੌਜਵਾਨ ਬੱਚੇ ਆ ਡਾਕਟਰਸ ਇੰਜੀਨੀਅਰਸ ਮੈਨੂੰ ਨਹੀਂ ਲੱਗਦਾ ਉਹ ਪਟਾਕੇ ਚਲਾਉਂਦੇ ਹੋਣਗੇ ਸਾਡੇ ਜਿਹੜੇ ਛੋਟੇ ਬੱਚੇ ਆ ਜਿਹੜੇ ਸਕੂਲਾਂ ਕਾਲਜਾਂ ਦਾ ਅਸੀਂ ਗਾਈਡ ਕਰਦੇ ਆ ਉਹਨਾਂ ਦੀ ਬੜੀ ਮਕਦਾਰ ਘਟਦੀ ਹੈ ਘਟ ਗਈ ਹੈ ਫਿਰ ਇਹ ਸ਼ੋਰ ਸ਼ਰਾਬਾ ਕਿਉਂ ਨਹੀਂ ਘਟ ਰਿਹਾ ਕਿਹੜੇ ਉਹ ਲੋਕ ਨੇ ਜਿਹੜੇ ਅਜੇ ਵੀ ਜਿਹੜੇ ਪਟਾਕੇ ਚਲਾਉਣ ਦੀ ਮਕਦਾਰ ਹਰ ਸਾਲ ਵੱਧ ਹੀ ਕਿਉਂ ਜਾ ਰਹੀ ਹੈ ਪ੍ਰਦੂਸ਼ਣ ਵੱਧਾ ਕਿਉਂ ਜਾ ਰਿਹਾ ਕਿੱਥੋਂ ਆ ਰਿਹਾ ਇਹ ਮੈਂ ਤਾਂ ਇਹ ਗੱਲ ਕਵਾਂਗੀ ਕਿ ਅੱਗੇ ਨਾਲੇ ਘਟਦਾ ਜਾ ਰਿਹਾ ਜਦੋਂ ਤੇ ਲੋਕ ਕੌਂਸ਼ੀਅਸ ਹੋਏ ਨੇ ਜਾਗਰੂਕ ਹੋਏ ਨੇ ਕਾਫੀ ਫਰਕ ਪਿਆ ਪੈਸਾ ਜਿਵੇਂ ਜਿਵੇਂ ਵੱਧ ਰਿਹਾ ਤੇ ਉਹ ਜਿਹੜੀ ਪਟਾਕਿਆਂ ਦੀ ਮਕਦਾਰ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਸੀ ਸ਼ਾਇਦ ਤੁਸੀਂ ਕਿ ਮੁਕਾਬਲੇਬਾਜ਼ੀ ਉਹਦੇ ਚ ਕਈ ਬੀ ਲੋਕ ਬਿਜ਼ਨਸਮੈਨ ਜਾਂ ਕੋਈ ਵੀ ਹੈ ਜਿਹੜਾ ਕੌਣ ਜ਼ਿਆਦਾ ਪਟਾਕੇ ਚਲਾ ਰਿਹਾ ਹੈ ਕਿ ਜਿਹਦੀ ਦੀਵਾਲੀ ਜ਼ਿਆਦਾ ਲੰਬੀ ਹੈ ਮੈਨੂੰ ਲੱਗਦਾ ਉਹ ਪਤਾ ਨਹੀਂ ਕਿਉਂ ਇਸ ਗੱਲ ਦੇ ਉੱਤੇ ਖੁਸ਼ ਹੋ ਰਿਹਾ ਕਿਤੇ ਕਿਤੇ ਨਾ ਜਿਹੜ ਕੀ ਕਵਾਂਗੇ ਮੈਨੂੰ ਪੰਜਾਬੀ ਚ ਜੇ ਮੈਂ ਕਹਿ ਦਿੰਨੀ ਆ ਕਿ ਉਹ ਅੱچھے ਲੋਕ ਹਾਂ ਉਹ ਕਿਉਂਕਿ ਡੀਡੀ ਪੰਜਾਬੀ ਤੇ ਬੈਠੇ ਆ ਤੇ ਇਹ ਸੋਚਦੇ ਆ ਕਿ ਜਿਹੜੇ ਅੱچھے ਲੋਕ ਨੇ ਕਈ ਵਾਰੀ ਇਹ ਸੋਚਦੇ ਨੇ ਕਿ ਜੇ ਅਸੀਂ ਪਟਾਕੇ ਥੋੜੀ ਲੇਟ ਨਾਈਟ ਚਲਾਵਾਂਗੇ ਜਦੋਂ ਲੋਕਾਂ ਦੇ ਖਤਮ ਹੋ ਜਾਣਗੇ ਹਾਂ ਲੋਕਾਂ ਨੂੰ ਜ਼ਿਆਦਾ ਪਤਾ ਲੱਗੇਗਾ ਜ਼ਿਆਦਾ ਪਤਾ ਲੱਗੇਗਾ ਜਦੋਂ ਲੋਕ ਚਲਾ ਚੁੱਕਣਗੇ ਤੇ ਉਦੋਂ ਚਲਾਵਾਂਗੇ ਔਰ ਉਦੋਂ ਚਲਾਵਾਂਗੇ ਤੇ ਨੈਚਰਿਕ ਤਾਂ ਪ੍ਰਦੂਸ਼ਣ ਪਹਿਲੇ ਫੈਲ ਚੁੱਕਾ ਹੁੰਦਾ ਬਹੁਤ ਔਰ ਉਹ ਉਹਦੇ ਚ ਹੋਰ ਐਡ ਕਰਦੇ ਨੇ ਔਰ ਉਹਦੇ ਚ ਉਹ ਸੋਚਦੇ ਕਿ ਸਾਡਾ ਸਟੇਟਸ ਸਿੰਬਲ ਹੈ ਵੀ ਅਸੀਂ ਲੇਟ ਚਲਾਏ ਬਹੁਤ ਭਾਰੀ ਪਟਾਕੇ ਚਲਾਏ ਜਿੱਦਾਂ ਜੋ ਬਹੁਤ ਜ਼ਿਆਦਾ ਪਰ ਤੇ ਸ਼ਾਇਦ ਅਸੀਂ ਸਭ ਤੋਂ ਅਮੀਰ ਲੋਗਾ ਚ ਕੀ ਨ ਜਾਵਾਂਗੇ ਕੀ ਕਹੀਏ ਇਹਨੂੰ ਇਹਨਾਂ ਨੂੰ ਲੋਕਾਂ ਦੀ ਸੋਚ ਦਾ ਦੀਵਾਲੀ ਆਪਾਂ ਨੂੰ ਕਹਾਂਗਾ ਮੈਂ ਤਾਂ ਮੇਰੇ ਸ਼ਬਦਾਂ ਦੇ ਤੇ ਹੀ ਹੋਏਗਾ ਕਿ ਅਸੀਂ ਆਪਣੀ ਸੋਚ ਦੀ ਕਮਜ਼ੋਰੀ ਹੈ ਕਮਜ਼ੋਰੀ ਇਹ ਆਪਣੇ ਆਪ ਦੀ ਇੱਕ ਬੜੀ ਕਮਜ਼ੋਰੀ ਛੋਟੀ ਸੋਚ ਹੈ ਬਲਕਿ ਮੈਂ ਕਹਾਂਗੇ ਇੱਕ ਛੋਟੀ ਸੋਚ ਹੈ ਸੋਚ ਇਹ ਲੈ ਕੇ ਚੱਲੀਏ ਕਿ ਅਸੀਂ ਲੋਕਾਂ ਨੂੰ ਕਿਸ ਤਰ੍ਹਾਂ ਦੀ ਦੀਵਾਲੀ ਦੇਣੀ ਹੈ ਮੈਡਮ ਗੱਲ ਆਪਾਂ ਕੀਤੀ ਸੀ ਸੁਰੱਖਿਆ ਦੀ ਜਿਵੇਂ ਬਹੁਤ ਛੋਟੇ ਬੱਚੇ ਆ ਜਿਹੜੇ ਇਨਫੈਂਟ ਆ ਨਵੇਂ ਜੰਮੇ ਬੱਚੇ ਆ ਜਾਂ ਜਿਹੜੇ ਬਹੁਤ ਬਜ਼ੁਰਗ ਨੇ ਬਿਮਾਰ ਪਏ ਆ ਉਹਨਾਂ ਲਈ ਕਿਸ ਤਰ੍ਹਾਂ ਦੀ ਸਾਵਧਾਨੀਆਂ ਹੋ ਸਕਦੀਆਂ ਕਿ ਜਿਵੇਂ ਬੱਚੇ ਦੇ ਕੰਨਾਂ ਚ ਰੂ ਵਗੈਰਾ ਜਾਂ ਉਹ ਕਿਵੇਂ ਸੰਭਾਲ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਕੰਨ ਜਾਂ ਜਿਹੜੇ ਬਜ਼ੁਰਗ ਨੇ ਉਹ ਹੋਰ ਜ਼ਿਆਦਾ ਉਹਨਾਂ ਨੂੰ ਨੁਕਸਾਨ ਨਾ ਪਹੁੰਚੇ ਦੇਖੋ ਹਾਰਟ ਪੇਸ਼ੈਂਟ ਨੇ ਜਿਹੜੇ ਉਹ ਆਵਾਜ਼ ਨਹੀਂ ਸਹਿ ਸਕਦੇ ਬਿਲਕੁਲ ਨਹੀਂ ਸਹਿ ਸਕਦੇ ਦੇ ਪੇਸ਼ੈਂਟ ਨੇ ਉਹ ਧੂਆ ਨਹੀਂ ਸਹਿ ਸਕਦੇ ਠੀਕ ਹੈ ਤਮਾਕਾ ਨਹੀਂ ਸਹਿ ਸਕਦੇ ਛੋਟੇ ਬੱਚੇ ਨਹੀਂ ਸਹਿ ਸਕਦੇ ਜੀ ਉਹ ਉਹਨਾਂ ਦੇ ਕੰਨਾਂ 'ਚ ਰੂਈ ਦੇ ਕੇ ਉਹਨਾਂ ਨੂੰ ਅੰਦਰ ਸੁਰੱਖਿਅਤਾਂ ਤੇ ਬਿਠਾ ਕੇ ਹੂੰ ਤੇ ਫਿਰ ਜੇ ਛੋਟੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਅੰਦਰ ਕਰਕੇ ਦੀਵਾਲੀ ਮਨਾਣੀ ਹੈ ਮੇਰਾ ਫਿਰ ਉਹੀ ਸਵਾਲ ਹੈ ਕਿ ਮਨਾਣੀ ਕਿਹਦੇ ਨਾਲ ਹੈ ਫਿਰ ਮੇਰਾ ਸਵਾਲ ਉਹੀ ਰਹਿ ਜਾਂਦਾ ਕਿ ਕਿਹਦੇ ਨਾਲ ਮਨਾ ਜੇ ਤੁਹਾਡੇ ਪਰਿਵਾਰ ਦੇ ਆਪਣੇ ਲੋਕ ਨਹੀਂ ਮਨਾ ਸਕਦੇ ਫਿਰ ਤੁਸੀਂ ਕਿ ਕਿਹਨੂੰ ਦਿਖਾ ਨਹੀਂ ਮੈਡਮ ਮੈਂ ਸੋਚਦੀ ਇੱਥੇ ਕਿ ਜੇ ਆਪਾਂ ਕਮਿਊਨਿਟੀ ਦੇ ਵਿੱਚ ਇਕੱਠੇ ਇੱਕ ਜਗ੍ਹਾ ਬੈਠ ਜਾਈਏ ਇੱਕ ਇੱਕ ਗਲੀ ਵਾਲੇ ਜਿਹੜੇ ਆ ਜੀ ਜੀ ਬਿਲਕੁਲ ਬਿਲਕੁਲ ਬਹੁਤ ਅਚੀ ਗੱਲ ਕੀਤੀ ਮੇਰਾ ਸਵਾਲ ਤੁਸੀਂ ਲੈ ਲਿਆ ਬਹੁਤ ਚੰਗਾ ਕੀਤਾ ਕਿਉਂਕਿ ਜੇ ਅਸੀਂ ਘਟ ਕਰਨਾ ਹੀ ਹੈ ਪਟਾਕੇ ਦਾ ਉਹਦਾ ਇੱਕ ਇਹ ਬਹੁਤ ਅੱਛਾ ਤਰੀਕਾ ਹੋ ਸਕਦਾ ਹੈ ਕਿ ਅਸੀਂ ਤੁਸੀਂ ਇੱਕ ਗਲੀ ਕਿਉਂ ਕਹਿੰਦੇ ਹੋ ਜੀ ਮੈਂ ਤਾਂ ਕਹਿੰਦਾ ਇੱਕ ਪਿੰਡ ਮੈਂ ਉਹ ਪੂਰਾ ਕਸਬਾ ਕਿਉਂ ਨਹੀਂ ਇੱਕ ਖੁੱਲੀ ਜਗ੍ਹਾ ਤੇ ਗਰਾਊਂਡ ਤੇ ਚੱਲ ਜਾਂਦੇ ਹਾਂ ਕਮਨ ਪਲੇਸ ਦੇ ਉੱਤੇ ਜਾ ਕੇ ਜੇ ਦੋ ਤੁਸੀਂ ਚਲਾਏ ਦੋ ਮੈਂ ਪਲਾਏ 100 ਬੰਦਿਆਂ ਦੇ 200 ਪਟਾਕੇ ਅਸੀਂ ਹੌਲੀ ਹੌਲੀ ਛੋਟੇ ਛੋਟੇ ਲੜੀਆਂ ਦੇ ਜਾਂ ਫੁੱਲ ਛੜੀਆਂ ਦਾ ਇੰਜੋਏ ਕਰ ਸਕਦੇ ਹਾਂ ਉਹਦੇ ਨਾਲ ਇਸੇ ਗੀਤ ਗਾਏ ਜਾਂ ਕਮਿਊਨਿਟੀ ਵੀ ਦੇਖ ਫੀਲਿੰਗ ਵੀ ਵਧਦੀ ਹੈ ਅਚੀ ਸਭਿਆਚਾਰਕ ਪ੍ਰੋਗਰਾਮ ਹੈ ਇੱਕ ਅਸੀਂ ਸਾਡੀ ਆਪਸੀ ਕੁਝ ਖਾਣ ਪੀਣ ਦਾ ਜਿਹੜਾ ਪ੍ਰੋਗਰਾਮ ਲੈ ਕੇ ਕੀਤਾ ਜਾ ਸਕ ਕਰਨਾ ਹੈ ਤਾਂ ਲੋੜ ਹੈ ਇਹ ਕੋਈ ਉਪਰਾਲੇ ਕਰਨ ਕਮਿਊਨਿਟੀ ਪ੍ਰੋਗਰਾਮ ਇਦਾਂ ਦਾ ਜਿਵੇਂ ਫੋਰਨ ਕੰਟਰੀ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਉੱਥੇ ਵੀ ਬਈ ਉੱਥੇ ਤੁਸੀਂ ਹਰ ਜਗ੍ਹਾ ਤੇ ਪਟਾਕੇ ਨਹੀਂ ਚਲਾ ਸਕਦੇ ਨਹੀਂ ਚਲਾ ਸਕਦੇ ਇਸ ਤਰ੍ਹਾਂ ਦਾ ਬਜਾਏ ਇਹਦੇ ਕਿ ਸਰਕਾਰ ਸਾਡੇ ਤੇ ਕੋਈ ਇਸ ਤਰ੍ਹਾਂ ਦਾ ਥੋਪੇ ਅਸੀਂ ਸਾਨੂੰ ਆਪਸ ਚ ਕਰ ਲੈਣਾ ਚਾਹੀਦਾ ਰਲ ਕੇ ਠੀਕ ਹੈ ਇੱਕ ਤੇ ਜੇ 10 ਪਰਿਵਾਰ ਜਿਵੇਂ ਮੈਡਮ ਨੇ ਕਿਹਾ ਅਸੀਂ 10 ਤੋਂ ਸ਼ੁਰੂ ਕਰਦੇ ਹਾਂ ਆਸ ਪਰਿਵਾਰ ਇਕੱਠੇ ਹੋ ਗਏ ਇੱਕ ਗਲੀ ਇਕੱਠੀ ਹੋ ਗਈ ਇੱਕ ਗਲੀ ਇਕੱਠੀ ਹੋ ਗਈ ਮਹੱਲਾ ਇਕੱਠਾ ਹੋ ਗਿਆ ਜਿਆਦਾ ਨਹੀਂ ਤਾਂ ਉਹ ਕਮ ਸੇ ਕਮ ਅਸੀਂ 10 ਗੁਣਾ 9 ਗੁਣਾ ਤਾਂ ਘਟ ਕਰ ਹੀ ਦੇਵਾਂਗੇ ਕਿਉਂਕਿ ਜੇ ਪਟਾਕੇ ਜਿੰਨੇ ਵੀ ਅਸੀਂ ਚਲਾਣੇ ਸੀ ਉਹ ਪਟਾਕੇ ਅਸੀਂ 9 ਪਰਿਵਾਰਾਂ ਦੇ ਕੱਟ ਕਰਕੇ ਇੱਕ ਹੀ ਪਰਿਵਾਰ ਜਿੰਨੇ ਪਟਾਕੇ ਚਲਾਵਾਂਗੇ ਔਰ ਉਹਦੇ ਨਾਲ ਮੇਰੇ ਖਾਤੇ ਖੁਸ਼ੀ ਵੀ ਸਾਨੂੰ ਜਿਹੜੀ ਆ ਉਹ ਕਿਤੇ ਕਿਤੇ ਜ਼ਿਆਦਾ ਹੋਏਗੀ ਮੈਡਮ ਐਨ ਜੀਓਜ਼ ਬਹੁਤ ਕੰਮ ਕਰਦੀਆਂ ਜੀ ਉਹਨਾਂ ਦੇ ਰੋਲ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿ ਐਨ ਜੀਓ ਜਾਂ ਧਾਰਮਿਕ ਸੰਸਥਾਵਾਂ ਦੀ ਅਸੀਂ ਗੱਲ ਕਰ ਚੁੱਕੇ ਹਾਂ ਐਨ ਜੀਓਜ਼ ਬੜਾ ਕੰਮ ਕਰਦੀਆਂ ਜੀ ਕੀ ਉਹਨਾਂ ਨੂੰ ਉਤਸ਼ਾਹਿਤ ਕਰੋਗੇ ਜਾਂ ਪ੍ਰੋਤਸਾਹਨ ਦਿਓਗੇ ਕਿ ਉਹ ਇਸੇ ਮਾਮਲੇ ਦੇ ਵਿੱਚ ਹੋਰ ਜ਼ਿਆਦਾ ਕੰਮ ਕਰਨ ਦੇਖੋ ਜੀ ਐਨ ਜੀਓ ਦਾ ਇਹ ਹੈਗਾ ਕਿ ਐਨ ਜੀਓ ਨੂੰ ਲੋਕ ਸੁਣਦੇ ਨੇ ਉਹਨਾਂ ਦੇ ਨਾਲ ਜੁੜਦੇ ਨੇ ਹਮ ਤੇ ਜੋ ਸਰਕਾਰ ਨਹੀਂ ਕਰ ਸਕਦੀ ਉਹ ਐਨਜੀਓ ਕਰ ਸਕਦੀ ਜੀ ਕਿਉਂਕਿ ਉਹਨਾਂ ਨੇ ਲੋਕਾਂ ਦੇ ਵਿੱਚ ਜਾ ਕੇ ਕੰਮ ਕਰਨਾ ਹੁੰਦਾ ਔਰ ਪਹਿਲਾਂ ਕਰ ਚੁੱਕੇ ਹੁੰਦੇ ਐਨਜੀਓਜ਼ ਨੂੰ ਇਹ ਸਾਰਾ ਜਿਹੜਾ ਹੈ ਲੈਣਾ ਚਾਹੀਦਾ ਹੈ ਉਪਰਾਲਾ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਇਹ ਕੰਮ ਕਰਨੇ ਚਾਹੀਦੇ ਨੇ ਠੀਕ ਹੈ ਇਹ ਸੋਗੰਦ ਜਿਹੜੀ ਅਸੀਂ ਚਕਾਈ ਹੈ ਜੀ ਸੋਗੰਦ ਆ ਗਈ ਹੈ ਇਹ ਅਸੀਂ ਚਾਹੁੰਦੇ ਹਾਂ ਕਿ ਪੂਰੇ ਦਰਸ਼ਕ ਜਿਹੜੇ ਘਰ ਬੈਠੇ ਇਹਨੂੰ ਦੇਖਣ ਪੜੀ ਦਿਨਾ ਮੈਂ ਇਹਨੂੰ ਇਸ ਦੀਵਾਲੀ ਇਸ ਦੀਵਾਲੀ ਦੀਵੇ ਨਾਲ ਦੀਵਾ ਬਾਲ ਕੇ ਰੋਸ਼ਨੀ ਨਾਲ ਅਗਿਆਨਤਾ ਦਾ ਹਨੇਰਾ ਦੂਰ ਕਰਾਂਗੇ ਜੀ ਅਸੀਂ ਵਾਤਾਵਰਣ ਨੂੰ ਕਿਸੇ ਵੀ ਕੀਮਤ ਤੇ ਦੂਸ਼ਿਤ ਨਹੀਂ ਕਰਾਂਗੇ ਅਤੇ ਦੀਵਾਲੀ ਦੇ ਤਿਹਾਰ ਨੂੰ ਸਦ ਭਾਵਨਾ ਅਤੇ ਭਾਈਚਾਰਕ ਸਾਂਝ ਨਾਲ ਮਿਲ ਕੇ ਮਨਾਵਾਂਗੇ ਨਾਲ ਹੀ ਅਸੀਂ ਇਸ ਦੀਵਾਲੀ ਦੇ ਕਿਸੇ ਇੱਕ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਨੂੰ ਤੋਹਫਾ ਦੇ ਕੇ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰਾਂਗੇ ਅਸੀਂ ਕੇਵਲ ਆਪਣੇ ਦੇਸ਼ ਵਿੱਚ ਬਣੀਆਂ ਚੀਜ਼ਾਂ ਦੀ ਵਰਤੋਂ ਕਰਕੇ మేడ్ ఇన్ ఇండియా ਦਾ ਲੋਹਾ ਹੁਰਾਰਾ ਦੇਵਾਂਗੇ ਇਸ ਨੂੰ ਮੈਂ ਚਾਹੁੰਦਾ ਇੱਕ ਵਾਰੀ ਦੁਬਾਰਾ ਪੜ ਦਿੱਤਾ ਜਾਵੇ ਜੀ ਬਹੁਤ ਚੰਗੀ ਗੱਲ ਹੋਏਗੀ ਤਾਂ ਕਿ ਸਾਡੇ ਦਰਸ਼ਕ ਜਿਹੜੇ ਆ ਉਹ ਵੀ ਮੈਂ ਹੀ ਪੜ ਦਿੰਦਾ ਜੀ ਮੈਂ ਦਰਸ਼ਕਾਂ ਨੂੰ ਘਰ ਬੈਠੇ ਸੋਚ ਕਾਉਣਾ ਚਾਹੂੰਗਾ ਤੁਸੀਂ ਪਲੀਜ਼ ਸਾਡੇ ਨਾਲ ਜੁੜੋ ਔਰ ਇਹਨੂੰ ਮੰਨਣਾ ਹੈ ਤੁਸੀਂ ਆਪਣੇ ਮਨ ਤੋਂ ਇਹ ਸੋਚਣੀ ਹੈ ਕਿ ਇਸ ਦੀਵਾਲੀ ਦੀਵੇ ਨਾਲ ਦੀਵਾ ਬਾਲ ਕੇ ਰੌਸ਼ਨੀ ਨਾਲ ਅਗਿਆਨਤਾ ਦਾ ਹਨੇਰਾ ਦੂਰ ਕਰਾਂਗੇ ਅਸੀਂ ਵਾਤਾਵਰਨ ਨੂੰ ਕਿਸੇ ਵੀ ਕੀਮਤ ਤੇ ਦੂਸ਼ਿਤ ਨਹੀਂ ਕਰਾਂਗੇ ਅਤੇ ਦੀਵਾਲੀ ਦੇ ਤਿਉਹਾਰ ਨੂੰ ਸਦਭਾਵਨਾ ਅਤੇ ਭਾਈਚਾਰਕ ਸਾਂਝ ਨਾਲ ਮਿਲ ਕੇ ਮਨਾਵਾਂਗੇ ਨਾਲ ਹੀ ਅਸੀਂ ਇਸ ਦੀਵਾਲੀ ਤੇ ਕਿਸੇ ਇੱਕ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਨੂੰ ਤੋਹਫਾ ਦੇ ਕੇ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰਾਂਗੇ ਅਸੀਂ ਕੇਵਲ ਆਪਣੇ ਦੇਸ਼ ਵਿੱਚ ਬਣੀਆਂ ਚੀਜ਼ਾਂ ਦੀ ਵਰਤੋਂ ਕਰਕੇ ਮੇਕ ਇਨ ਇੰਡੀਆ ਨੂੰ ਹੁਲਾਰਾ ਦੇਵਾਂਗੇ ਜੈ ਹਿੰਦ ਮੈਂ ਇਹ ਇਹਨੂੰ ਅਸੀਂ ਇੱਕ ਫਰਜ਼ ਨਾ ਸਮਝੀਏ ਇਹਨੂੰ ਅਸੀਂ ਆਪਣੇ ਮਨ ਤੋਂ ਮੰਨੀਏ ਕਿ ਸਾਨੂੰ ਇਸ ਚੀਜ਼ ਦੀ ਲੋੜ ਹੈ ਤਾਂ ਅਸੀਂ ਚਾਹਾਂਗੇ ਕਿ ਇਹਨੂੰ ਮਨ ਤੋਂ ਮੰਨੋ ਔਰ ਕਿਰਪਾ ਕਰਕੇ ਸਾਡੇ ਨਾਲ ਸਾਡੇ ਪ੍ਰੋਗਰਾਮ ਦਾ ਮਕਸਦ ਜਿਹੜਾ ਹੈ ਉਹਨੂੰ ਅਸੀਂ ਪੂਰਾ ਕਰਨਾ ਹੈ ਕਿਉਂਕਿ ਇਸ ਵੇਲੇ ਸਮਾਜ ਦਾ ਹਰ ਪੱਖ ਜਿਹੜਾ ਹੈ ਉਹ ਚਿੰਤਤ ਹੈ ਉਹ ਚਿੰਤਾ ਅਸੀਂ ਰਲ ਕੇ ਦੂਰ ਕਰਨੀ ਹੈ ਮੈਡਮ ਬੁੱਧੀਜੀਵੀ ਹੋ ਜੀ ਲੇਖਕ ਹੋ ਤੁਸੀਂ ਇੱਕ ਲੇਖਕ ਦੀ ਕਿੰਨੀ ਜ਼ਿੰਮੇਵਾਰੀ ਬਣਦੀ ਹੈ ਉਹ ਕਿਸ ਤਰ੍ਹਾਂ ਇਸ ਪਾਸੇ ਹੱਥ ਵਟਾ ਸਕਦਾ ਹੈ ਸਰ ਮੈਂ ਤਾਂ ਲੇਖਕ ਹੀ ਮੈਨੂੰ ਇਸ ਸਮਾਜ ਨੇ ਬਣਾਇਆ ਕਿੰਨੇ ਕਿੰਨੇ ਟੌਪਿਕ ਹੁਣ ਤੱਕ ਤੁਸੀਂ ਲਿਖਿਆ ਹੈ ਇਹਦੇ ਤੇ ਮੈਂ ਸਰ ਇਹਦੇ ਤੇ ਕਮ ਸੇ ਕਮ ਕੋਈ 2-300 ਟੌਪਿਕ ਲਿਖ ਸਕੀ ਹਾਂ ਜੀ ਅਲੱਗ-ਅਲੱਗ ਵਿਸ਼ੇ ਆ ਥੇ ਔਰ ਉਹਨਾਂ ਮੈਂ ਆਪਣੀ ਇੱਕ ਬੁੱਕ ਤਿਆਰ ਕਰ ਰਹੀ ਏ ਜਿਹਦੇ ਚ ਮੈਂ ਆਦਰਸ਼ ਜੀਵਨ ਜਾਚ ਉਹਦਾ ਨਾਮ ਰੱਖਿਆ ਅੱਛਾ ਕਿ ਉਹ ਉਸ ਦੇ ਵਿੱਚ ਕਿਸ ਤਰ੍ਹਾਂ ਜੀਆ ਜਾ ਸਕਦਾ ਹੈ ਤੇ ਇਸ ਦੇ ਵਿੱਚ ਮੇਰਾ ਇੱਕ ਹੀ ਸੰਦੇਸ਼ ਹੁੰਦਾ ਹੈ ਕਿ ਇਨਸਾਨ ਤੋਂ ਵੱਡਾ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਇਨਸਾਨ ਵਾਸਤੇ ਔਰ ਜੇ ਉਹ ਇਸ ਨੂੰ ਸਮਝਦਾ ਹੈ ਤੇ ਉਸ ਦੀ ਬਣਾਈ ਹੋਈ ਕੁਦਰਤ ਦੇ ਹਰ ਬੰਦੇ ਨਾਲ ਪਿਆਰ ਕਰੇ ਤੇ ਉਹਦੇ ਦੁੱਖ ਸੁੱਖ ਦਾ ਸਾਥ ਵੀ ਹੋਣ ਦੇ ਨਾਲ ਨਾਲ ਇਹੋ ਜਿਹੜੀਆਂ ਦੇ ਤਿਹਾਰ ਨੇ ਉਹਨਾਂ 'ਚ ਕਿਸੇ ਤਰ੍ਹਾਂ ਦਾ ਵਿਗਨ ਨਾ ਪਏ ਸਾਹਿਤ ਜਿਹੜਾ ਨਾ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਮੈਡਮ ਸ਼ਰਦਾ ਜੀ ਤੁਹਾਨੂੰ ਮੈਂ ਸੰਦੇਸ਼ ਲੈਣਾ ਚਾਹਾਂਗਾ ਕੁਝ ਸ਼ਬਦਾਂ 'ਚ ਸੰਦੇਸ਼ ਸਿਰਫ ਇੰਨਾ ਹੀ ਹੈ ਜੀ ਕਿ ਅਸੀਂ ਆਪ ਜਾਗਰੂਕ ਹੋ ਜਾਈਏ ਚੰਗੇ ਜੇ ਅਸੀਂ ਨਾਗਰਿਕ ਬਣਨਾ ਚਾਹੁੰਦੇ ਆ ਜੇ ਅਸੀਂ ਚੰਗਾ ਦੇਸ਼ ਚੰਗੀ ਦੁਨੀਆ ਸਭ ਕੁਝ ਚੰਗਾ ਚਾਹੁੰਦੇ ਆ ਆਪ ਚੰਗੇ ਬਣ ਜਾਈਏ ਬਸ ਇਹਨੇ ਆਪ ਚੰਗੇ ਤੇ ਜਾਗਦੇ ਗੱਲ ਅਸੀਂ ਆਪਣੇ ਮਹਿਮਾਨਾਂ ਤੋਂ ਕਾਫੀ ਗੱਲਾਂ ਲੈਣ ਦੀ ਕੋਸ਼ਿਸ਼ ਕੀਤੀ ਹੈ ਸਰਜੀਤ ਪਾਤਰ ਨਾਲ ਸ਼ੁਰੂ ਕੀਤਾ ਸੀ ਤੇ ਸਰਜੀਤ ਪਾਤਰ ਨਾਲ ਹੀ ਖਤਮ ਕਰਾਂਗੇ ਕਿ ਦੀਵੇ ਤਾਂ ਹੋਰ ਵੀ ਰੋਸ਼ਨ ਕਰੋ ਮਨ ਦੀਆਂ ਮਮਟੀਆਂ ਉੱਤੇ ਵੀ ਧਰੋ ਪਰ ਪਟਾਕਿਆਂ ਦੇ ਬੇਸ਼ੋਰੇ ਤੇ ਗੰਦਲੇ ਸ਼ੋਰ ਤੋਂ ਅਲਵਿਦਾ ਕਹੋ ਸ਼ੁੱਧ ਵਾਤਾਵਰਨ ਵਿੱਚ ਰਹੋ ਮੈਡਮ ਸ਼ਰਦਾ ਜੀ ਔਰ ਮੈਡਮ ਅਬਰੋਲ ਜੀ ਤੁਸੀਂ ਆਏ ਬਹੁਤ ਬਹੁਤ ਸ਼ੁਕਰੀਆ ਕਾਰੇ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਬਹੁਤ ਸਾਰੇ ਫੋਨ ਕਾਲਸ ਕੀਤੀਆਂ ਜੋ ਸਾਡਾ ਪ੍ਰੋਗਰਾਮ ਦਾ ਮਕਸਦ ਸੀ ਉਹਨੂੰ ਪੂਰਾ ਕਰੀਏ ਔਰ ਸ਼ੁੱਧਤਾ ਸੁਰੱਖਿਆ ਦਾ ਧਿਆਨ ਰੱਖਦਿਆਂ ਹੋਇਆ ਅਸੀਂ ਆਪਣੀ ਦੀਵਾਲੀ ਜਿਹੜੀ ਉਹਨੂੰ ਹਰੀ ਮਨਾਈਏ ਤਾਂ ਕਿ ਸਾਡੀ ਮਾਨਵਤਾ ਜਿਹੜੀ ਹੈ ਉਹ ਬਚੀ ਰਵੇ ਔਰ ਇੱਕ ਚੰਗਾ ਸੰਦੇਸ਼ ਜਿਹੜਾ ਸਾਡੀ ਮਾਨਵਤਾ ਲਈ ਜਾਏਗਾ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ